ਹਾਂਜੀ ਵਿਦਿਆਰਥੀਓ ਤਾਂ ਜਮਾਤ 10ਵੀਂ ਵਾਲਿਆਂ ਦਾ ਕੱਲ੍ਹ ਯਾਨੀ ਕਿ 14 ਫਰਵਰੀ ਨੂੰ ਸਰੀਰਕ ਸਿੱਖਿਆ ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਦਾ ਇਹ ਪੇਪਰ ਆ ਤਾਂ ਅਸੀਂ ਲੈ ਕੇ ਆ ਚੁੱਕੇ ਹਾਂ ਸ਼ਾਂਤੀ ਗੈਸ ਪੇਪਰ ਤੋਂ ਤੁਹਾਡੀ ਰਿਵੀਜ਼ਨ ਕਰਾ ਦਿੰਨੇ ਆ 2024 ਦਾ ਇਹ ਸ਼ਾਂਤੀ ਗੈਸ ਪੇਪਰ ਆ ਜਿਵੇਂ ਕਿ ਤੁਸੀਂ ਇਹ ਡੇਟ ਵੀ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਵਾ ਕਦੋਂ ਛਪਿਆ ਇਹ ਫਰਵਰੀ 10 2024 ਠੀਕ ਹੈ ਜੀ ਨਿਊ ਆਹ ਜਿਹੜਾ ਹੈਗਾ ਵਾ ਸ਼ਾਂਤੀ ਗੈਸ ਪੇਪਰ ਆ ਇਹ ਨਹੀਂ ਕਿ ਕੋਈ ਪੁਰਾਣਾ ਸ਼ਾਂਤੀ ਗੈਸ ਪੇਪਰ ਅਸੀਂ ਤੁਹਾਡੇ ਨੂੰ ਰਿਵੀਜ਼ਨ ਕਰਾ ਰਹੇ ਆ ਨਿਊ ਸਿਲੇਬਸ ਅਕੋਰਡਿੰਗ ਜਿਵੇਂ ਕਿ ਦੇਖ ਛੱਪਿਆ ਬਾ ਤਾਂ ਦੋਸਤੋ ਚਲੋ ਆਪਾਂ ਤੁਹਾਡੀ ਹੁਣ ਜਿਹੜੀ ਹੈਗੀ ਤਿਆਰੀ ਕਰਾ ਦਿੰਨੇ ਆ ਸ਼ਾਂਤੀ ਗੈਸ ਪੇਪਰ ਕਲਾਸ 10th ਸ੍ਰੇੜਿਕ ਸਿੱਖਿਆ ਇਹ 50 ਨੰਬਰ ਦਾ ਤੁਹਾਡਾ ਪੇਪਰ ਆਏਗਾ ਠੀਕ ਹੈ ਜੀ ਤੇ ਅੱਜ ਦਾ ਤੁਹਾਡਾ ਜਿਹੜਾ ਹੈਗਾ ਪੰਜਾਬੀ A ਦਾ ਪੇਪਰ ਸੀਗਾ ਬਹੁਤ ਹੀ ਵਧੀਆ ਗਿਆ ਪੇਪਰ ਪੇਪਰ ਜਿਹੜਾ ਹੈਗਾ ਬਹੁਤ ਹੀ ਸੌਖੇ ਆ ਰਹੇ ਹਨ ਸ਼ਾਂਤੀ ਗੈਸ ਪੇਪਰ ਦੇ ਵਿੱਚ ਉਹ ਹੀ ਸਾਰਾ ਪੇਪਰ ਆ ਗਿਆ ਸੀਗਾ ਠੀਕ ਹੈ ਜੀ ਤਾਂ ਦੇਖਦੇ ਆ ਸਭ ਤੋਂ ਪਹਿਲਾਂ ਨਾ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਵੀ ਆਉਣਗੇ ਤਾਂ ਦੇਖੋ ਕੀਏ ਸਾਡੇ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਤਾਂ ਇਸ ਦਾ ਆਨਸਰ ਆਏਗਾ 650 ਤੋਂ ਜ਼ਿਆਦਾ ਹਾਈ ਹਾਂਜੀ ਥੈਰੇਪੀ ਕਿਸ ਨਾਲ ਸੰਬੰਧਿਤ ਹੈ ਤਾਂ ਇਸ ਦਾ ਆਨਸਰ ਆਏਗਾ ਪਾਣੀ ਨਾਲ ਇੰਡੋਮੋਰਫ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੁੰਦਾ ਹੈ ਗੋਲ ਮਟੋਲ 골ਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ਫੁੱਟਬਾਲ ਦੇ ਵਿੱਚ ਗੁਰਬਚਨ ਸਿੰਘ ਦੀ ਕਿਹੜੀ ਖੇਡ ਹੈ ਠੀਕ ਹੈ ਜੀ ਤਾਂ ਇਸ ਦਾ ਆਨਸਰ ਹੈ ਐਥਲੈਟਿਕਸ ਅਗਿਆ ਸਰੀਰਕ ਯੋਗਤਾ ਟੈਸਟ ਰਾਹੀਂ ਕਿੰਨੇ ਤਰੀਕਿਆਂ ਨਾਲ ਉਮੀਦਵਾਰ ਯੋਗਤਾ ਦਾ ਨਿਰਖਣ ਜਿਹੜਾ ਹੈਗਾ ਕੀਤਾ ਜਾਂਦਾ ਹੈ ਤਾਂ ਇਸ ਦਾ ਜਿਹੜਾ ਹੈਗਾ ਆਨਸਰ ਕਿੰਨਾ ਆ ਜਾਏਗਾ 2 ਹੇੜ ਦਿੱਤਿਆਂ ਵਿੱਚੋਂ ਸਾਹ ਗੇੜ ਪ੍ਰਣਾਲੀ ਦਾ ਕਿਹੜਾ ਜਿਹੜਾ ਹਿੱਸਾ ਹੈ ਤਾਂ ਪੇਟ ਅੱਗੇ ਹੈ ਆਪਣਾ ਸਾੜੀਆਂ ਲੱਤਾਂ ਅਤੇ ਬਾਹਾਂ ਵਿੱਚ ਕਿਹੜੀਆਂ ਮਾਸਪੇਸ਼ੀਆਂ ਮੌਜੂਦ ਹੈ ਹੁੰਦੀਆਂ ਹਨ ਤਾਂ ਦੋਸਤੋ ਇਛੂ ਕਮਾਸ਼ ਪੇਸ਼ੀਆਂ ਇੱਥੇ ਕਰ ਲੋ ਇੱਥੇ ਗਲਤ ਲਿਖਿਆ ਹੋਇਆ ਹੈ ਇਹਨਾਂ ਨੇ ਮਾਦ ਪੇਸ਼ੀਆਂ ਲਿਖਿਆ ਇੱਥੇ ਮਾਸ਼ ਪੇਸ਼ੀਆਂ ਆਵੇਗਾ ਆਹ ਵਾਲਾ ਸਪੈਲਿੰਗ ਅੱਗੇ ਆਪਾਂ ਹੀੜ ਦਿਤਿਆ ਸਿਰਾਵਾ ਵਿੱਚੋਂ ਕਿਹੜੀ ਦਿਲ ਨੂੰ ਸ਼ੁੱਧ ਲਹੂ ਭੇਜਦੀ ਹੈ ਤਾਂ ਫੇਫੜਾ ਤਮਣੀ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਕਿ ਸਰੀਰ ਦੇ ਕਿਨਾ ਕਣਾਂ ਨੂੰ ਲਹੂ ਆਕਸੀਜਨ ਪ੍ਰਦਾਨ ਜਿਹੜਾ ਹੈਗਾ ਕਰਦਾ ਹੈ ਤਾਂ ਲਾਲ ਲਹੂ ਜਿਹੜੇ ਹੈਗੇ ਆ ਲਾਲ ਲਹੂ ਕਣਾਂ ਨੂੰ ਇੱਥੇ ਲਣਾ ਲਿਖਿਆ ਹੋਇਆ ਵਾ ਇੱਥੇ ਇਹ ਨਹੀਂ ਦੋਸਤੋ ਕਣਾਂ ਨੂੰ ਆਏਗਾ ਅੱਗੇ ਸਰੀਰ ਦਾ ਕਿਹੜਾ ਅੰਦੂਰਨੀ ਅੰਗ ਪੂਰੇ ਸਰੀਰ ਨੂੰ ਸੁੱਧ ਲਹੂ ਪਹੁੰਚਾਉਂਦਾ ਹੈ ਤਾਂ ਦੋਸਤੋ ਦਿਲ ਹੀੜ ਦਿੱਤਿਆਂ ਵਿੱਚੋਂ ਕਿਹੜਾ ਲਹੂ ਗੇੜ ਪ੍ਰਣਾਲੀ ਦਾ ਅੰਗ ਨਹੀਂ ਹੈ ਤਾਂ ਫੇਫੜੇ ਬਾਕੀ ਦਿਲ ਫੇਫੜੇ ਦਿਲ ਧਮਣੀਆਂ ਸ਼ੀਰਾਵਾਂ ਇਹ ਜਿਹੜੇ ਹੈਗੇ ਆ ਕੀ ਇਹ ਲਹੂ ਇਹ ਜਿਹੜੇ ਹੈਗੇ ਆ ਇਸ ਦੇ ਲਹੂ ਗੇੜ ਪ੍ਰਣਾਲੀ ਦੇ ਅੰਗ ਹਨ ਅੱਗੇ ਆਪਣਾ ਕ੍ਰਾਇਪੋਥੈਰੇਪੀ ਵਿੱਚ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਬਰਫ਼ ਦੀ ਤੇ ਅੱਗੇ ਹੈ ਆਪਣਾ ਪ੍ਰਸ਼ਨ ਇੰਡੋ ਹਾਂਜੀ ਇਨ ਫਰਾ ਹਾਂਜੀ ਕੀ ਲਿਖਿਆ ਦੋਸਤੋ ਆਪਣਾ ਇਨਫਰਾਹੈਡ ਥੈਰੇਪੀ ਵਿੱਚ ਜਿਹੜਾ ਹੈਗਾ ਵਾ ਕਿਰਨਾਂ ਨੂੰ ਡੈਸ਼ ਦੇ ਇਲਾਜ ਲਈ ਵਰਤਿਆ ਜਾਂਦਾ ਹੈ ਤਾਂ ਦੋਸਤੋ ਇਸ ਦਾ ਅਨਸਰ ਆਏਗਾ ਮਾਸਪੇਸ਼ੀਆਂ ਤੇ ਜੋੜਾ ਕਿਸ ਭੌਤਿਕ ਵਿਕਿਚਾ ਵਿੱਚ ਇਲਾਜ ਦੇ ਲਈ ਜਿਹੜਾ ਹੈਗਾ ਵਾ ਬਿਜਲਈ ਊਰਜਾ ਨੂੰ ਵਰਤਿਆ ਜਾਂਦਾ ਹੈ ਤਾਂ ਇਸ ਦਾ ਅਨਸਰ ਆਏਗਾ ਬਿਜਲਈ ਊਰਜਾ ਥੈਰੇਪੀ ਮਾਲਿਸ਼ ਦੀ ਕਿਸ ਕਿਸਮ ਵਿੱਚ ਉਂਗਲਾਂ ਅਤੇ ਅੰਗੂਠੇ ਨਾਲ ਰਗੜ ਨੂੰ ਪੈਦਾ ਕੀਤਾ ਜਾਂਦਾ ਹੈ ਤਾਂ ਦੋਸਤੋ ਇਸ ਦਾ ਅਨਸਰ ਜਿਹੜਾ ਹੈਗਾ ਵਾ ਆਵੇਗਾ ਰਗੜ ਮਾਲਿਸ਼ ਦੇ ਕਿਸ ਕਿਸਮ ਵਿੱਚ ਖਿਡਾਰੀ ਦੇ ਅੰਗਾਂ ਨੂੰ ਗਲ ਕੇ ਹੱਥਾਂ ਨਾਲ ਉੱਪਰ ਵੱਲ ਜਿਹੜਾ ਹੈਗਾ ਵਾ ਸੁੱਕਿਆ ਜਾਂਦਾ ਹੈ ਤਾਂ ਇਸ ਦਾ ਅਨਸਰ ਆਏਗਾ ਦਬਣਾ ਹੇਰ ਦਿੱਤਾ ਵਿੱਚੋਂ ਕਿਹੜਾ ਤੱਤ ਬੱਚੇ ਦੇ ਵਾਧੇ ਅਤੇ ਵਿਕਾਸ ਨਾਲ ਸੰਬੰਧਿਤ ਨਹੀਂ ਰੱਖਦਾ ਹੈ ਤਾਂ ਸਰੀਰ ਦੀ ਕਿਸਮ ਹੇਰ ਦਿੱਤਾ ਵਿੱਚੋਂ ਕਿਹੜੀ ਸਰੀਰ ਦੀ ਸਮੈਟੋ ਕਿਸਮ ਨਹੀਂ ਹੈ ਬਾਕੀ ਦੋਸਤੋ ਇਸ ਦਾ ਅਨਸਰ ਆਏਗਾ ਆਪਣਾ ਇਨਫੈਂਸੀ ਠੀਕ ਹੈ ਜੀ ਇਨਫੈਂਸੀ ਉਸ ਤੋਂ ਬਾਅਦ ਦੇਖੋ ਕੀ ਹੈ ਜਿਸ ਵਿਅਕਤੀ ਦਾ ਸਰੀਰ ਪਤਲਾ ਲੰਮਾ ਅਤੇ ਕਮਜ਼ੋਰ ਹੋਵੇ ਉਹ ਕਿਸ ਕਿਸਮ ਦਾ ਹੋਵੇਗਾ ਤਾਂ ਦੋਸਤੋ ਉਹ ਜਿਹੜਾ ਹੈਗਾ ਵਾ ਐਲਟੋਮੋਰ ਦਾ ਹੋਵੇਗਾ ਵਿਕਾਸ ਦੀਆਂ ਕਿੰਨੀਆਂ ਅਵਸਥਾ ਹਨ ਤਾਂ ਦੋਸਤੋ 4 ਨਏ ਕਿਸ ਉਮਰ ਵਿੱਚ ਵੋਟ ਪਾਉਣ ਦਾ ਹੱਕ ਅਤੇ ਗੱਡੀ ਚਲਾਉਣ ਦਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ 18 ਸਾਲ ਗਿਣਤੀ ਡੈਸ਼ ਦਾ ਰਿਕਾਰਡ ਹੈ ਤਾਂ ਉਪਰੋਕਤ ਸਾਰੇ ਯਾਨਕੀ ਗੁਣਾ ਲੱਛਣਾ ਤੇ ਖਿਡਾਰੀਆਂ ਦੇ ਸਿੱਟਿਆਂ ਠੀਕ ਹੈ ਜਿਸਰੀ ਰਿਕ ਤੰਦਰੁਸਤੀ ਦੇ ਭਾਗ ਹਨ ਯਾਨਕੀ ਉਪਰੋਕਤ ਸਾਰੇ ਗਤੀਵਿਤਾ ਲਤ ਵੀ ਤੇ ਕੰਮ ਕਰਨ ਦੀ ਸਮਰੱਥਾ ਵੀ ਯਾਨੀ ਕਿ ਇੱਥੇ ਦੋਸਤੋ ਗਤੀ ਨਹੀਂ ਇੱਥੇ ਮਿਲਦਾ ਤਾਲਤ ਨਹੀਂ ਇੱਥੇ ਤਾਕਤ ਹੋਏਗਾ ਸਪੈਲਿੰਗ ਮਿਸਟੈਕ ਕੀਤੀ ਹੋਈ ਹੈ ਸ਼ਾਂਤੀ ਕੈਸ ਪੇਪਰ ਵਾਲਿਆਂ ਨੇ ਕੁਝ ਕੁ ਕਿਉਂਕਿ ਜਲਦਬਾਜ਼ੀ ਦੇ ਵਿੱਚ ਇਹਨਾਂ ਨੇ ਛਾਪਿਆ ਵਾ ਪੇਪਰ ਤੁਹਾਡੇ ਜਿਹੜੇ ਹੈਗੇ ਆ ਬਹੁਤ ਜਲਦੀ ਜਲਦੀ ਹੋ ਰਹੇ ਹਨ ਛੁੱਟੀ ਕੋਈ ਵੀ ਨਹੀਂ ਹੈ ਵਿੱਚ ਜਿਵੇਂ ਜ਼ਿਆਦਾਤਰ ਪੇਪਰਾਂ ਦੇ ਵਿੱਚ ਵੱਖ-ਵੱਖ ਔਜ਼ਾਰਾ ਦੇ ਅਨੁਸਾਰ ਮਿੰਤੀ ਨੂੰ ਜਿਹੜਾ ਹੈਗਾ ਵਾ ਡੈਸ਼ ਨਾਲ ਮਾਪਿਆ ਜਾਂਦਾ ਹੈ ਉਪਰੋਕਤ ਸਾਰੇ ਸੈਕਿੰਡ ਦੇ ਵਿੱਚ ਵੀ ਮੀਟਰ ਦੇ ਵਿੱਚ ਵੀ ਤੇ ਕਿਲੋਗ੍ਰਾਮਾ ਦੇ ਵਿੱਚ ਵੀ ਮੁਲਾਂਕਣ ਡੈਸ਼ ਵਿੱਚ ਸਹਾਇਤਾ ਕਰਦਾ ਹੈ ਦੋਵੇਂ ਊੜਾ ਤੇ ਆੜਾ ਯਾਨੀ ਵਿਚ ਗਤੀ ਟੈਸਟ ਵਿੱਚ ਇੱਕ ਖਿਡਾਰੀ ਨੂੰ ਕਿੰਨੀਆਂ ਦੂਰੀ ਵਿੱਚ ਦੌੜਨ ਲਈ ਕਿਹਾ ਜਾਂਦਾ ਹੈ ਤਾਂ 50 ਗੱਜ ਗੁਰੂਵਚਨ ਸਿੰਘ ਦੇ ਪਿਤਾ ਦਾ ਨਾਂ ਕੀ ਸੀ ਤਾਂ ਮੁਜ਼ਰ ਤਹਿਲ ਸਿੰਘ ਉਸ ਤੋਂ ਬਾਅਦ ਗੁਰੂਵਚਨ ਸਿੰਘ ਦੇ ਕਿਹੜੇ ਸਨ ਵਿੱਚ ਜਿਹੜਾ ਹੈਗਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਸੀ 1956 ਦੇ ਵਿੱਚ ਉਸ ਤੋਂ ਬਾਅਦ ਗੁਰੂਵਚਨ ਸਿੰਘ ਨੇ ਕਦੋਂ ਦਿੱਲੀ ਵਿਖੇ ਹੋਈ ਓਪਨ ਕੌਮੀ ਐਥਲੈਟਿਕਸ ਓਪਨ ਹਾਂਜੀ ਉਹ ਚੈਂਪੀਅਨਸ਼ਿਪ ਵਿੱਚ ਜਿਹੜਾ ਹੈਗਾ ਦੋਸਤੋ ਆਪਣਾ ਡਿਕੇ ਹਾਂਜੀ ਡਿਕੇ ਲੈਥਨਲ ਦਾ ਜਿਹੜਾ ਹੈਗਾ ਕੌਮੀ ਜਿਹੜਾ ਰਿਕਾਰਡ ਤੋੜਿਆ ਸੋਨੇ ਦਾ ਤਮਗਾ ਜਿੱਤੇ ਆ ਠੀਕ ਹੈ ਜੀ ਠੀਕ ਹੈ ਦੋਸਤੋ ਇੱਕ ਵਾਰੀ ਦੁਬਾਰਾ ਪੜ੍ਹ ਲਓ ਆਹ ਵਾਲੇ ਕੁਐਸਚਨ ਨੂੰ ਕਿ ਗੁਰਬਚਨ ਸਿੰਘ ਨੇ ਕਦੋਂ ਦਿੱਲੀ ਵਿਖੇ ਠੀਕ ਹੈ ਜੀ ਓਪਨ ਕੌਮੀ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿਹੜਾ ਹੈਗਾ ਵਾ ਦੋਸਤੋ ਡੀ ਕੈਥਲਨ ਦਾ ਕੌਮੀ ਰਿਕਾਰਡ ਤੋੜਿਆ ਤੋੜਦਿਆ ਸੋਨੇ ਦਾ ਜਿਹੜਾ ਹੈਗਾ ਵਾ ਤਮਗਾ ਜਿੱਤੇ ਆ ਠੀਕ ਹੈ ਜੀ ਤਾਂ ਇਸ ਦਾ ਆਨਸਰ ਜਿਹੜਾ ਹੈਗਾ ਆਏਗਾ 1960 ਦੇ ਵਿੱਚ 1964 ਵਿੱਚ ਜਿਹੜਾ ਹੈਗਾ 올림픽 ਖੇਡਾਂ ਕਿੱਥੇ ਹੋਈਆਂ ਤਾਂ ਦੋਸਤੋ ਇਹ ਜਿਹੜਾ ਹੈਗਾ ਵਾ ਟੋਕਿਓ ਵਿੱਚ ਹੋਈਆਂ 1964 ਦੇ ਵਿੱਚ ਰਣਦਾਵਾ ਨੂੰ ਪਹਿਲਾ ਅਰਜੁਨ ਅਵਾਰਡ ਵਾਡੀ ਹੋਣ ਦਾ ਮਾਣ ਕਦੋਂ ਹਾਸਿਲ ਹੋਇਆ ਤਾਂ ਦੋਸਤੋ 1961 ਵਿੱਚ ਹਾਕੀ ਦਾ ਪ੍ਰਸਿੱਧ ਖਿਡਾਰੀ ਕੌਣ ਸੀ ਤਾਂ ਮੇਜਰ ਧਿਆਨ ਚੰਦ ਜੀ ਵਿਸ਼ਵ ਮਿਲਟਰੀ ਖੇਡਾਂ ਦਾ ਆਯੋਜਨ ਕਿੰਨੇ ਸਾਲਾਂ ਬਾਅਦ ਹੁੰਦਾ ਹੈ ਤਾਂ ਦੋਸਤੋ 4 ਸਾਲਾਂ ਬਾਅਦ ਜਨਰਲ ਡਿਊਟੀ ਦੇ ਲਈ ਜਵਾਨ ਕਦ ਕਿੰਨਾ ਹੋਣਾ ਚਾਹੀਦਾ ਹੈ ਤਾਂ ਇਸ ਦਾ ਆਨਸਰ ਆਏਗਾ 170 ਸੈਂਟੀਮੀਟਰ ਜੇਕਰ ਇੱਕ ਉਮੀਦਵਾਰ 1600 ਮੀਟਰ ਦੀ ਦੌੜ 5 ਮਿੰਟ ਤੇ 30 ਸਕਿੰਡ ਤੋਂ ਘੱਟ ਸਮੇਂ ਵਿੱਚ ਪੂਰੀ ਕਰ ਲਿੰਦਾ ਹੈ ਤਾਂ ਉਸ ਨੂੰ ਜਿਹੜੇ ਹੈਗੇ ਆ ਕਿੰਨੇ ਅੰਕ ਜਿਹੜੇ ਹੈਗੇ ਆ ਉਸ ਨੂੰ ਮਿਲਦੇ ਹਨ ਤਾਂ ਉਸ ਨੂੰ 60 ਅੰਕ ਮਿਲਦੇ ਹਨ ਐਨਸੀਸੀ ਵਿੱਚ ਇਹ ਸਰਟੀਫਿਕੇਟ ਪ੍ਰਾਪਤ ਉਮੀਦਵਾਰ ਨੂੰ ਕਿੰਨੇ ਅੰਕ ਦਿੱਤੇ ਜਾਂਦੇ ਹਨ 5 ਅੰਕ ਭਾਰਤੀ ਜਲ ਸੈਨਾ ਵਿੱਚ ਜਿਹੜਾ ਹੈਗਾ ਵਾ ਐਡਮਿਰਲ ਕੌਣ ਸੀ ਤਾਂ ਇਸ ਦਾ ਆਨਸਰ ਕਿਹਾ ਜਾਵੇਗਾ ਇਸ ਦਾ ਆਨਸਰ ਆਏਗਾ ਦੋਸਤੋ ਆਪਣਾ ਕਰਮਵੀਰ ਸਿੰਘ ਸਾਡੇ ਸਰੀਰ ਵਿੱਚ ਕਿੰਨਾ ਲਹੂ ਪਾਇਆ ਜਾਂਦਾ ਹੈ ਤਾਂ ਸਾਡੇ ਸਰੀਰ ਦਾ ਕੁੱਲ ਭਾਰ ਦਾ 1/12 ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਹੈਗਾ ਵਾ ਫਿਜ਼ੀਓਥੈਰੇਪੀ ਦਾ ਕਿਹੜਾ ਤਰੀਕਾ ਹੱਥਾਂ ਤੇ ਉਂਗਲੀਆਂ ਦੀ ਹਰਕਤ ਦੀ ਇੱਕ ਕਲਾ ਹੈ ਤਾਂ ਮਾਲਿਸ਼ ਬਾਲਵਸਥਾ ਦਾ ਪੜਾ ਇਸੇ ਤੋਂ ਸ਼ੁਰੂ ਹੁੰਦਾ ਹੈ 6 ਤੋਂ ਲੈ ਕੇ 12 ਸਾਲ ਦੇ ਵਿੱਚ ਅੱਗੇ ਆਪਣਾ ਸਕਿਨ ਫੋਲਡ ਟੈਸਟ ਦੀ ਵਰਤੋਂ ਕਿਸ ਨੂੰ ਮਾਪਣ ਲਈ ਕੀਤੀ ਜਾਂਦੀ ਹੈ ਤਾਂ ਦੋਸਤੋ ਇਸ ਦਾ ਜਿਹੜਾ ਹੈਗਾ ਆਨਸਰ ਕੀ ਆਵੇਗਾ ਦੇਖ ਲਓ ਕਿ ਚਮੜੀ ਦੀ ਮੋਟਾਈ ਅੱਗੇ ਹਟ ਦਿੱਤੇ ਵਿੱਚ ਟੈਸਟਾਂ ਵਿੱਚੋਂ ਕਿਹੜਾ ਇੱਕ ਖਿਡਾਰੀ ਦੀਆਂ ਬਾਹਾਂ ਤੇ ਮੋਢਿਆਂ ਦੀ ਤਾਕਤ ਦੀ ਜਾਂਚ ਕਰਨ ਵਿੱਚ ਮਦਦ ਕਰਦਾ ਹੈ ਤਾਂ ਦੋਸਤੋ ਇਸ ਦਾ ਆਨਸਰ ਆਏਗਾ ਆਪਣਾ ਚਿਨ ਅਪ ਟੈਸਟ ਖਿਡਾਰੀ ਨੂੰ ਹੇਠ ਲਿਖਿਆ ਹੈ ਟੈਸਟਾਂ ਵਿੱਚੋਂ ਕਿਸ ਟੈਸਟ ਵਿੱਚ 50 ਗਜ ਦੀ ਦੂਰੀ ਪੂਰੀ ਗਤੀ ਨਾਲ ਦੌੜਨ ਲਈ ਕਿਹਾ ਜਾਂਦਾ ਹੈ ਤਾਂ ਇਸ ਦਾ ਅਨਸਰ ਆਏਗਾ ਸਪੀਡ ਟੈਸਟ ਗੁਰਬਚਨ ਸਿੰਘ ਨੇ 올림픽 ਖੇਡਾਂ ਵਿੱਚੋਂ ਕਦੋਂ ਭਾਗ ਲਿਆ ਸੀ 1960 ਦੇ ਵਿੱਚ ਜਰਮਨੀ ਦੇ ਜਿਹੜੇ ਗਿਆ ਕਸੇਲ ਵਿਖੇ ਹੋਈ ਮੀਟ ਦਾ ਰਨ ਗੁਰਬਚਨ ਸਿੰਘ ਕਿੰਨਾ ਸਮਾਂ ਕੱਢਿਆ ਤਾਂ ਉਸ ਨੇ 14.1 ਸੈਕਿੰਡ ਦਾ ਸਮਾਂ ਕੱਢਿਆ ਗੁਰਬਚਨ ਸਿੰਘ ਦਾ ਜਨਮ 6 ਜੂਨ 1939 ਨੂੰ ਕਿੱਥੇ ਹੋਇਆ ਸੀ ਤਾਂ ਅੰਮ੍ਰਿਤਸਰ ਵਿਖੇ ਗੁਰਬਚਨ ਸਿੰਘ ਦਾ ਹਰਪਜਨ ਸਿੰਘ ਨਾਲ ਕੀ ਰਿਸ਼ਤਾ ਸੀ ਵੱਡਾ ਭਰਾ ਦਾ ਰਿਸ਼ਤਾ ਸੀ ਗੁਰਬਚਨ ਸਿੰਘ ਕਿਸ ਕਾਲਜ ਵਿੱਚ ਦਾਖਲਾ ਲਿਆ ਸੀ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਟੈਕਨੀਕਲ 에어ਮੈਨ ਲਈ ਉਮੀਦਵਾਰ ਦੀ ਜਿਹੜੀ ਹੈਗੀ ਉਮਰ ਸਿਵਾ 17 ਤੋਂ 21 ਸਾਲ ਹੈ ਅਤੇ ਉਮੀਦਵਾਰ ਨੇ ਇਹਨਾਂ ਵਿਸ਼ਿਆਂ ਵਿੱਚੋਂ ਘੱਟੋ-ਘੱਟ 50% ਅੰਕਾਂ ਨਾਲ +2 ਸ਼੍ਰੇਣੀ ਪਾਸ ਕੀਤੀ ਹੋਣੀ ਚਾਹੀਦੀ ਹੈ ਤਾਂ ਇਹ ਨਾਨ ਮੈਡੀਕਲ ਦੇ ਵਿੱਚੋਂ ਅੱਗੇ ਉਮੀਦਵਾਰਾਂ ਨੂੰ 1600 ਮੀਟਰ ਲਈ ਦਿੱਤੇ ਵਿੱਚੋਂ ਹਾਂਜੀ ਦਿੱਤੇਆਂ ਵਿੱਚੋਂ ਕਿਹੜਾ ਸਮਾਂ ਪੂਰਾ ਕਰਨਾ ਹੁੰਦਾ ਹੈ ਤਾਂ 5 ਮਿੰਟ 30 ਸਕਿੰਟ ਦਾ ਸਮਾਂ ਅੱਗੇ ਕਿਸ ਟੈਸਟ ਵਿੱਚ ਕਿਸ ਟੈਸਟ ਵਿੱਚ ਜ਼ਮੀਨ ਤੋ 3 ਫੁੱਟ ਦੀ ਉਚਾਈ ਤੇ ਲੱਕੜ ਬਣਿਆ ਟੇਡਾ ਮੇਡਾ ਇੱਕ ਰਸਤਾ ਹੁੰਦਾ ਹੈ ਤਾਂ ਉਸ ਤੋਂ ਇਸ ਦਾ ਅਨਸਰ ਹੈਗਾ ਸੰਤੁਲਨ ਟੈਸਟ ਉਸ ਤੋਂ ਬਾਅਦ ਹੁਣ ਆਪਣਾ ਮਿਲਾਨ ਕਰੋ ਇੱਥੇ ਤੁਹਾਡੇ ਜਿਹੜੇ ਮੈਚ ਦੀ ਕਾਲਿੰਗ ਦਿੱਤੀ ਹੋਈਆਂ ਨੇ ਤਾਂ ਦੇਖੋ ਕੀ ਹੈ ਇਸ ਦਾ ਅਨਸਰ ਬਈ ਜਿਹੜਾ ਹੈਗਾ ਤੁਹਾਡਾ ਹਾਂਜੀ ਇਹਦਾ ਅਨਸਰ ਦੇਖੋ ਕੀ ਹੈ पहले दा का ज्यादा है दोस्तों भौतिक चिकित्सा इसका जो है आंसर की आ जाएगा इसका आ जाएगा इलाज की एक पुरातन विधि है यह ठीक है जी दूसरा है अपना फिजियोथेरेपी का माहर तो दोस्तों यह जो है वा की आ जाएगा भौतिक चिकित्सक ठीक है जी येगा उसद तो है अपना की लिखा दोस्तों, दोस्तों अपना पैटरी का पाबंदी अनुवाद तो दोस्तो तीसरे का जोड़ा है वा आ जाएगा अपना इतने आह वाला ऑप्शन जो है वा थले वाला गुणना ठीक है जी गणना ਤੇ ਉਸ ਨਹੀਂ ਗਿਣਨਾ ਨਹੀਂ ਗੁਨਨਾ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਵਾ ਤਾਪ ਜਾਂ ਗਰਮੀ ਨਾਲ ਇਲਾਜ ਤਾਂ ਇਸ ਦਾ ਜਿਹੜਾ ਹੈਗਾ ਵਾ ਗਰਮ ਹੈਲ ਪੈਕਟ ਠੀਕ ਹੈ ਜੀ ਗਰਮ ਹੈਲ ਪੈਕਟ ਇਸ ਦਾ ਆਨਸਰ ਆ ਜਾਏਗਾ ਤੇ ਟੈਪਿੰਗ ਦਾ ਦੋਸਤੋ ਕੀ ਆ ਜਾਏਗਾ ਥਪ ਥਪ ਪਾਉਣਾ ਠੀਕ ਹੈ ਜੀ ਥਪ ਥਪ ਪਾਉਣਾ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਤਾਂ ਦੋਸਤੋ ਇਸ ਦਾ ਤੁਸੀਂ ਅਨਸਰ ਥੱਲੇ ਦੇਖ ਸਕਦੇ ਹੋ ਪਹਿਲੇ ਦਾ ਇਹ ਆ ਦੂਸਰੇ ਦਾ ਇਹ ਆ ਤੀਸਰਾ ਚੌਥਾ ਤੇ ਪੰਜਵਾਂ ਉਸ ਤੋਂ ਬਾਅਦ ਸੈੱਟ 2 ਦਾ ਦਿੱਤਾ ਹੋਇਆ ਬਈ ਦੋਸਤੋ ਸੈੱਟ 2 ਦਾ ਪਹਿਲੇ ਦਾ ਅਨਸਰ ਜਿਹੜਾ ਹੈਗਾ ਮਨੁੱਖੀ ਸਰੀਰ ਵਿੱਚ ਜਿਹੜਾ ਹੈਗਾ ਵਾ ਕੀ ਹੁੰਦਾ ਵਾ ਦੋਸਤੋ ਕੀ ਹੈ ਅ 1.650 ਤੋਂ ਜ਼ਿਆਦਾ ਮਾਸਪੇਸ਼ੀਆਂ ਹੁੰਦੀਆਂ ਹਨ ਉਸ ਤੋਂ ਬਾਅਦ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ ਜਿਹੜਾ ਹੈਗਾ ਦੋਸਤੋ ਕੀ ਹੈ 40% ਆਹ ਆਨਸਰ ਆਏਗਾ ਇਹਦਾ 40% ਸਾਡੀ ਮਾਸਪੇਸ਼ੀਆਂ ਦਾ ਹੀ ਹੁੰਦਾ ਹੈ ਉਸ ਤੋਂ ਬਾਅਦ ਲਹੂ ਗ੍ਰਹਿਣ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ ਤਾਂ ਦਿਲ ਧਮਨੀਆਂ ਤੇ ਸਿਰਾਵਾਂ ਤੇ ਕੋਸ਼ਿਕਾਵਾਂ ਤੇ ਲਹੂ ਠੀਕ ਹੈ ਜੀ ਤਾਂ ਯਾਨੀ ਕਿ ਦਿਲ ਧਮਨੀਆਂ ਸਿਰਾਵਾਂ ਕੋਸ਼ਿਕਾ ਅਤੇ ਲਹੂ ਅਗੇ ਮਨੁੱਖੀ ਸਰੀਰ ਤਾਂ ਦੋਸਤੋ 14ਵੇਂ ਦਾ ਚੌਥੇ ਦਾ ਆਨਸਰ ਕੀ ਆ ਜਾਏਗਾ ਦੋਸਤੋ ਗੁੰਜਲਦਾਰ ਮਸ਼ੀਨ ਹੈ ਮਨੁੱਖੀ ਸਰੀਰ ਤਾਂ ਇਹਦਾ ਆਨਸਰ ਕੀ ਆ ਜਾਏਗਾ ਗੁੰਜਲਦਾਰ ਮਸ਼ੀਨ ਹੈ ਸਧਾਰਨ ਵਿਅਕਤੀ ਦਾ ਦਿਲ ਇੱਕ ਸਟ੍ਰੋਕ ਵਿੱਚ ਜਿਹੜਾ ਹੈਗਾ ਵਾ ਕੀ ਹੁੰਦਾ ਹੈ ਤਾਂ ਦੋਸਤੋ ਇਸ ਦਾ ਆਨਸਰ ਆ ਜਾਏਗਾ ਆਪਣਾ ਦੇਖ ਸਕਦੇ ਹੋ ਦੋਸਤੋ ਇਥੇ ਪੰਜਵੇਂ ਦਾ ਜਿਹੜਾ ਹੈਗਾ 70 ਤੋਂ 75 ਐਮ ਐਲ ਲਹੂ ਬਾਹਰ ਕੱਢਦਾ ਹੈ ਉਸ ਤੋਂ ਬਾਅਦ ਸੈੱਟ 3 ਦੇ ਵਿੱਚ ਉਹ ਦਿੱਤੀ ਹੋਈਆਂ ਹਨ ਤੁਸੀਂ ਆਹ ਇਹਨਾਂ ਦੇ ਆਨਸਰ ਵੀ ਦੇਖ ਸਕਦੇ ਹੋ ਦੋਸਤੋ ਇਹਨਾਂ ਦੇ ਆਨਸਰ ਇਥੇ ਲਿਖੇ ਹੋਏ ਹਨ ਜਿਵੇਂ ਕਿ ਪਹਿਲਾ ਵਾ ਨਾ ਇਹ ਸੰਤੁਲਿਤ ਭੋਜਨ ਕੀ ਹੈ ਮਹੱਤਵਪੂਰਨ ਤੱਤ ਨੇ ਇਹ ਆਰ ਆਨਸਰ ਠੀਕ ਹੈ ਜੀ ਇੰਡੋਮੋਰਫ ਕੀ ਹੈ ਦੋਸਤੋ ਗੋਲ ਮਟੋਲ ਇਹਦਾ ਆਨਸਰ ਆ ਰਿਹਾ ਦੋਸਤੋ ਦੂਸਰੇ ਦਾ ਜਿਹੜਾ ਹੈਗਾ ਵਾ ਗੋਲ ਮਟੋਲ ਹੋਏਗਾ ਆ ਰਿ ਅ ਮਾਤਪਰਨ ਤਾਤ ਹੈ ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਦੋਸਤੋ ਮੈਂ ਥੱਲੇ ਜਿਹੜਾ ਹੈਗਾ ਸਕਰੀਨ ਇਸ ਨੂੰ ਸਵਾਈਪ ਅਪ ਕਰ ਦੇਣਾ ਤੁਸੀਂ ਆਨਸਰ ਇਹਨਾਂ ਦੇ ਚੰਗੀ ਤਰ੍ਹਾਂ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਆ ਤੁਹਾਨੂੰ ਚਲੋ ਆਨਸਰ ਹੀ ਦੱਸ ਦਿੰਦੇ ਹਾਂ ਸਿੱਧਾ ਆ ਐਂਡੋਮੋਰਫ ਕੀ ਹੈ ਦੋਸਤੋ ਸੌਰੀ ਮੋਜੋ ਹਾਂਜੀ ਮੈਜ਼ੋਮੋਰਫ ਜਿਹੜਾ ਹੈਗਾ ਵਾ ਦੋਸਤੋ ਕੀ ਹੈ ਇਸ ਦਾ ਆਨਸਰ ਆ ਜਾਏਗਾ ਮੈਜ਼ੋਮੋਰਫ ਦਾ ਹੁੰਦਾ ਮਤਲਬ ਦੋਸਤੋ ਮਜ਼ਬੂਤ ਸੁਢੋਲ ਅਤੇ ਆਕਰਸ਼ਕ ਤੇ ਇਕਟੋ ਮੋਰਫ ਦਾ ਕੀ ਆ ਜਾਏਗਾ ਦੋਸਤੋ ਲੰਮਾ ਦੁਬਲਾ ਅਤੇ ਪਤਲਾ ਠੀਕ ਹੈ ਜੀ ਉਸ ਤੋਂ ਬਾਅਦ ਹੈ ਆਪਣਾ ਜਿਹੜਾ ਕੀ ਹੈ ਦੋਸਤੋ ਇੱਥੇ ਆਪਣਾ ਇਕਟੋ ਮੋਰ ਹਾਸੀ ਸ਼ਿਸ਼ੂ ਕਾਲ ਦਾ ਦੋਸਤੋ ਕੀ ਆ ਜਾਏਗਾ ਜਨਮ ਤੋਂ ਲੈ ਕੇ 6 ਸਾਲ ਤੱਕ ਦਾ ਹੁੰਦਾ ਹੈ ਸ਼ਿਸ਼ੂ ਕਾਲ ਤੇ ਬਾਲਗ ਅਵਸਥਾ ਦੋਸਤੋ 18 ਸਾਲ ਤੋਂ ਬਾਅਦ ਦੀ ਹੁੰਦੀ ਹੈ ਉਸ ਤੋਂ ਬਾਅਦ ਸੈੱਟ 4 ਦੇ ਵਿੱਚੋਂ ਆ ਗੁਰਵੰਧਨ ਸਿੰਘ ਰੰਦਾਵਾ ਨੂੰ ਪਹਿਲਾ ਅਰਜੁਨ ਅਵਾਰਡ ਜਿਹੜਾ ਹੈਗਾ ਵਾ ਕਦੋਂ ਮਿਲਿਆ ਤਾਂ ਇਹਦਾ ਆਨਸਰ ਜਿਹੜਾ ਹੈਗਾ ਦੋਸਤੋ ਕੀ ਆ ਜਾਵੇਗਾ ਇਸਦਾ ਆਨਸਰ ਆ ਜਾਏਗਾ 1961 ਵਿੱਚ ਯਾਨੀ 1961 ਦੇ ਵਿੱਚ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਦੇਖੋ ਕਿ ਇੱਥੇ ਗੁਰਵਚਨ ਸਿੰਘ ਨੂੰ ਪਦਮਸ਼ਰੀ ਜਿਹੜਾ ਹੈਗਾ ਵਾ ਕਦੋਂ ਮਿਲਿਆ ਤਾਂ 2005 ਦੇ ਵਿੱਚ ਮਿਲਿਆ ਉਸ ਤੋਂ ਬਾਅਦ ਯੂਰਪ ਦੇ ਯੂਰਪ ਦੌਰੇ ਮੁਕਾਬਲੇ ਵਿੱਚ ਹਿੱਸਾ ਲਿਆ ਤਾਂ ਇਸ ਦਾ ਆਨਸਰ ਜਿਹੜਾ ਹੈਗਾ ਵਾ ਨੌ ਮੁਕਾਬਲਿਆਂ ਵਿੱਚ ਉਹਨਾਂ ਨੇ ਹਿੱਸਾ ਲਿਆ ਯੂਰਮ ਦੌਰੇ ਵਿਸ਼ ਹਾਂਜੀ ਯੂਰਮ ਦੌਰੇ ਵਿੱਚ ਜਿੱਤੇ ਮੁਕਾਬਲੇ ਠੀਕ ਹੈ ਜੀ ਤਾਂ ਚੌਥੇ ਦਾ ਆਨਸਰ ਕੀ ਆ ਜਾਏਗਾ ਆਪਣੇ ਇੱਥੇ ਚੌਥੇ ਦਾ ਆ ਜਾਏਗਾ ਦੋਸਤੋ ਆਪਣਾ ਅੱਠੇ ਮੁਕਾਬਲੇ उस तो बाद अपना है राष्ट्रीय सत्र के मुकाबलिया तो पंजवें का आ जाएगा आंसर दोस्तों अपना इतने चौंती सोन तमगे जितते ठीक है उस तो बाद है अपना पुलिस खेडा इस इसका आंसर जोड़ा है बई सोना तमगे यानी कि यह वाला आंसर दूसरा ऑप्शन ਉਸ ਤੋਂ ਬਾਅਦ ਆਪਣੇ ਜਿਹੜੇ ਹੈ ਗਿਆ ਸੈੱਟ 5 ਦੇ ਵਿੱਚ ਦਿੱਤਾ ਹੋਇਆ ਭਾਰਤੀ ਹਵਾਈ ਸੈਨਾ ਦੀ ਸਥਾਪਨਾ ਕਦੋਂ ਹੋਈ ਤਾਂ 1932 ਦੇ ਵਿੱਚ ਹੋਈ ਅੰਗਰੇਜ਼ੀ ਰਾਜ ਦੇ ਸ਼ਾਸਕਾਂ ਦੇ ਸਮੇਂ ਜਲ ਸੈਨਾ ਜਿਹੜੀ ਹੈਗੀ ਆ ਕਿੰਨੀ ਸੀ ਹਾਂਜੀ ਦੂਸਰੇ ਦਾ ਆਨਸਰ ਹੈਗਾ 1934 ਦੇ ਵਿੱਚ ਅੰਗਰੇਜ਼ੀ ਰਾਜ ਦੇ ਸ਼ਾਸਕਾਂ ਸਮੇਂ ਜਲ ਸੈਨਾ ਜਿਹੜੀ ਹੈਗੀ ਆ ਇੱਥੇ 1934 ਵਿੱਚ ਇਹਨਾਂ ਨੇ ਆਨਸਰ ਲਿਖਿਆ ਹੋਇਆ ਹੈ ਦੂਸਰੇ ਦਾ ਕਿ ਇਸ ਦਾ ਆਨਸਰ ਆਏਗਾ 1934 ਦੇ ਵਿੱਚ ਅੱਗੇ ਹੈ ਦੋਸਤੋ ਆਪਣਾ ਜਲ ਸੈਨਾ ਵਿੱਚ ਮੈਟ੍ਰਿਕ ਭਰਤੀ ਦੀ ਉਮਰ ਤਾਂ ਇਸ ਦਾ ਆਨਸਰ ਆ ਜਾਏਗਾ 3 ਦਾ 17 ਤੋਂ 20 ਸਾਲ ਅ ਅੱਗੇ ਆਪਣਾ ਹਵਾਈ ਸੈਨਾ ਨੇ ਤਕਨੀਕੀ ਜਿਹੜੀ ਹੈਗੀ ਹੈ 에어ਮੈਨ ਤਾਂ 4 ਦਾ ਆ ਜਾਏਗਾ 17 ਤੋਂ 21 ਸਾਲ 5 ਮਾ ਦਾ ਹੈਗਾ ਮਿਲਖਾ ਸਿੰਘ ਤਾਂ ਦੋਸਤੋ ਉੱਡਣੇ ਸਿੱਖਿਆ ਨੀ ਕਿ ਫਲਾਈਂਗ ਸਿੱਖਿਐਸ ਨੂੰ ਕਹਿੰਦੇ ਸੰਤ ਹੈ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਵੇਗਾ ਉਸ ਤੋਂ ਬਾਅਦ ਦੋਸਤੋ ਹੁਣ ਤੁਹਾਡੇ ਜਿਹੜੇ ਹੈਗੇ ਠੀਕ ਗੱਲ ਦਿੱਤੇ ਹੋਏ ਹਨ ਜਿਵੇਂ ਕਿ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 50% ਭਾਰ ਸਾਡੀਆਂ ਮਾਸਪੇਸ਼ੀਆਂ ਹੀ ਹੁੰਦੀਆਂ ਹਨ ਤਾਂ ਇਸ ਦਾ ਅਨਸਰ ਕੀ ਹੋਏਗਾ ਦੋਸਤੋ ਇਹ ਗਲਤ ਹੈ ਇਲਾਜ ਇੱਕ ਨਵੀਂ ਵਿਧੀ ਹੈ ਗਲਤ ਵਾਧੇ ਅਤੇ ਵਿਕਾਸ ਦੀ ਪ੍ਰਤੀਕਿਰਿਆ ਉੱਪਰ ਬਾਤਾਵਨ ਨੂੰ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ ਗਲਤ ਵੱਧ ਭਾਰ ਵਾਲੇ ਖਿਡਾਰੀ ਗੋਲ ਗੋਲਾ ਸੁੱਟਣ ਅਤੇ ਕੁਸ਼ਤੀਆਂ ਵਰਗੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ ਇਹ ਗਲਤ ਹੈ ਕਿ ਸਹੀ ਤਾਂ ਇਹ ਗਲਤ ਹੈ ਤਾਂ ਤੁਸੀਂ ਇਸ ਨੂੰ ਰੀਡ ਵੀ ਕਰ ਸਕਦੇ ਹੋ ਦੋਸਤੋ ਇਹ ਤੁਹਾਡੇ ਜਿਹੜੇ ਹੈਗੇ ਸਹੀ ਗੱਲ ਦਿੱਤੇ ਹੋਏ ਹਨ ਤੁਸੀਂ ਇਸ ਨੂੰ ਪੂਰਾ ਹੀ ਰੀਡ ਕਰ ਲਓ ਦੋਸਤੋ ਇਹ ਦੋਸਤੋ ਤੁਸੀਂ ਇਸ ਨੂੰ ਇੱਕ ਇੱਕ ਵਾਰੀ ਜਿਵੇਂ ਕਿ ਕੁੜੀਆਂ ਬਾਧੇ ਤੇ ਵਿਕਾਸ ਵਿੱਚ ਮੁੰਡਿਆਂ ਨੂੰ ਪਛੜ ਦਿੰਦੀਆਂ ਹਨ ਸਹੀ ਠੀਕ ਹੈ ਜੀ ਇਸ ਪ੍ਰਸ਼ਨਾਂ ਨੂੰ ਤੁਸੀਂ ਰੀਡ ਕਰ ਸਕਦੇ ਹੋ ਵੈਰੀ ਇਜ਼ੀ ਕੁਐਸਚਨ ਨੇ ਠੀਕ ਹੈ ਜੀ ਜਿਵੇਂ ਕਿ ਉਸ ਦੇ ਨਾ ਉਡਣਾ ਬਾਜ ਜੀਵਨੀ ਲਿਖੀ ਤਾਂ ਇਹ ਜਿਹੜੀ ਹੈਗੀ ਆ ਠੀਕ ਹੈ ਉਸ ਦੇ ਨਾਂ ਤੇ ਉਡਣਾ ਬਾਜ ਜੀਵਨੀ ਲਿਖੀ ਗਈ ਤਾਂ ਬਿਲਕੁਲ ਸਹੀ ਹੈ ਠੀਕ ਹੈ ਇਸੇ ਤਰ੍ਹਾਂ ਦੇ ਪ੍ਰਸ਼ਨ ਹੈ ਤੁਸੀਂ ਇਸ ਨੂੰ ਇੱਕ ਵਾਰੀ ਰੀਡ ਕਰ ਲਓਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਖੁਦ ਹੀ ਆਟੋਮੈਟਿਕਲੀ ਇਹ ਵਝ ਜਾਏਗੀ ਠੀਕ ਹੈ ਜੀ ਸ਼ਿਸ਼ੂ ਕਾਲ ਜਿਹੜਾ ਹੈਗਾ ਦੋਸਤੋ 1 ਤੋਂ 6 ਸਾਲ ਤੱਕ ਦਾ ਹੁੰਦਾ ਹੈ ਤਾਂ ਬਿਲਕੁਲ ਦੋਸਤੋ ਇਹ 1 ਤੋਂ 6 ਸਾਲ ਤੱਕ ਦਾ ਹੀ ਹੁੰਦਾ ਹੈ ਇਸ ਲਈ ਇਥੇ ਇਹ ਸਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਖਾਲੀ ਥਾਵਾਂ ਤੁਹਾਡੇ ਦਿੱਤੀ ਹੋਈਆਂ ਹਨ ਮਨੁੱਖੀ ਸਰੀਰ ਇੱਕ ਗੁੰਜਲਦਾਰ ਮਸ਼ੀਨ ਹੈ ਪੌਤਿਕ ਚਿਕਤਸਾ ਜਿਹੜੀ ਹੈਗੀ ਆ ਪੌਤਿਕ ਚਿਕਤਸਾ ਇੱਕ ਜਿਹੜੀ ਹੈਗੀ ਆ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਦੀ ਜਿਹੜੀ ਹੈਗੀ ਇੱਕ ਪ੍ਰਕਿਰਿਆ ਹੈ ਵਾਧਾ ਇੱਕ ਜਿਹੜਾ ਹੈਗਾ ਵਾ ਕੁਦਰਤੀ ਪ੍ਰਕਿਰਿਆ ਹੈ ਗਤੀ ਟੈਸਟ ਨੂੰ ਸਕਿੰਡਾਂ ਵਿੱਚ ਸਮੇਂ ਵਿੱਚ ਜਿਹੜਾ ਹੈਗਾ ਵਾ ਅ ਦਰਜ ਕੀਤਾ ਜਾਂਦਾ ਹੈ ਗੁਰਵਚਨ ਸਿੰਘ ਰਣਦਾਵਾ ਦਾ ਜਨਮ 6 ਜੂਨ 1939 ਈਸਵੀ ਦੇ ਵਿੱਚ ਹੋਇਆ ਦੇਸ਼ ਦੀਆਂ ਅ ਤਿੰਨੋਂ ਸਿਨਾਵਾ ਦੀ ਕਮਾਨ ਜਿਹੜੀ ਹੈਗੀ ਆ ਰਾਸ਼ਟਰਪਤੀ ਦੇ ਹੱਥ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਸਾਡੇ ਸਰੀਰ ਦੀਆਂ ਸਾਰੀਆਂ ਹੀ ਪ੍ਰਣਾਲੀਆਂ ਇਕੱਠੀਆਂ ਕੰਮ ਕਰਦੀਆਂ ਹਨ ਸਾਡੇ ਸਰੀਰ ਤੋਂ ਵੱਧ ਮਾਸਪੇਸ਼ੀਆਂ ਹਨ ਜੋ ਕਿ ਵੱਖ-ਵੱਖ ਹੱਡੀਆਂ ਨਾਲ ਜੁੜੀਆਂ ਰਹਿੰਦੀਆਂ ਹਨ ਯਾਨੀ ਕਿ 650 ਤੋਂ ਵੱਧ ਮਾਸਪੇਸ਼ੀਆਂ ਹਨ ਇੱਕ ਸਧਾਰਨ ਵਿਅਕਤੀ ਦੀ ਵਾਈਟਲ ਹਾਂਜੀ ਵਾਈਟਲ ਜਿਹੜੀ ਹੈਗੀ ਵਾਈਟਲ ਕਪੈਸਿਟੀ ਡੈਸ਼ ਹੈ ਤਾਂ 3-4 ਲੀਟਰ ਹੈ ਅ ਦਿਲ ਨੂੰ ਜਿਹੜਾ ਹੈਗਾ ਵਾ ਚਾਰ ਭਾਗਾਂ ਵਿੱਚ ਵੰਡਿਆ ਜਾ ਵੰਡਿਆ ਜਾ ਸਕਦਾ ਹੈ ਅ ਚਿਕਿਤਸਾ ਇੱਕ ਜਿਹੜੀ ਹੈਗੀ ਹੈ ਪੁਰਾਤਨ ਵਿਧੀ ਹੈ ਪਰ ਪੌਤਿਕ ਚਿਕਿਤਸਾ ਦਾ ਡੈਸ਼ ਦੇ ਖੇਤਰ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ ਯਾਨੀ ਕਿ ਖੇਡਾਂ ਦੇ ਖੇਤਰ ਦੇ ਵਿੱਚ ਪੌਤਿਕ ਚਿਕਿਤਸਾ ਦੇ ਮਾਹਰ ਨੂੰ ਡੈਸ਼ ਕਹਿੰਦੇ ਹਨ ਯਾਨੀ ਕਿ ਭੌਤਿਕ ਚਿਕਿਤਸਕ ਅੱਗੇ ਹੈ ਆਪਣੇ ਦੋਸਤੋ ਪੈਟਰੀ ਸੇਜ ਦਾ ਅਰਥ ਕੀ ਹੈ ਗੁੰਨਣਾ ਤੇ ਉਸ ਤੋਂ ਬਾਅਦ ਹੈ ਟਪਟ ਮੈਂਟ ਤੋਂ ਕੀਪਾਬ ਹੈ ਥਬਥਪਉਣਾ ਠੀਕ ਹੈ ਜੀ ਉਸ ਤੋਂ ਬਾਅਦ ਹੈ ਆਪਣਾ ਡੈਸ਼ ਸ਼ਬਦ ਦਾ ਸੰਬੰਧ ਬੱਚੇ ਦੇ ਸਰੀਰ ਵਿੱਚ ਹੋ ਰਹੇ ਸਰੀਰਕ ਪਰਿਵਰਤਨਾਂ ਨਾਲ ਹੁੰਦਾ ਹੈ ਤਾਂ ਦੋਸਤੋ ਇਸ ਦਾ ਅਨਸਰ ਆਏਗਾ ਵਾਧਾ ਯਾਨੀ ਕਿ ਇਨਕਰੀਜ਼ਿੰਗ ਦਾ ਇਸ ਦਾ ਮਤਲਬ ਵਾਧਾ ਮਤਲਬ ਵੋਧ ਠੀਕ ਹੈ ਦੋਸਤੋ ਵਾਧੇ ਅਤੇ ਵਿਕਾਸ ਵਿੱਚ ਡੈਸ਼ ਗ੍ਰੰਥੀ ਆਪਣਾ ਮਹੱਤਵਪੂਰਨ ਭੂਮਿਕਾ ਨਿਭਦੀ ਹੈ ਯਾਨੀ ਕਿ ਥਾਇਰੋਇਡ ਠੀਕ ਹੈ ਜੀ ਜੀਵਨ ਵਿੱਚ ਵਾਧਾ ਤੇ ਵਿਕਾਸ ਦੀ ਚਾਲ ਡੈਸ਼ ਨਹੀਂ ਹੁੰਦੀ ਹੈ ਇੱਕਸਾਰ ਠੀਕ ਹੈ ਜੀ ਤਾਂ ਤੁਸੀਂ ਆਹ ਵਾਲੇ ਜਿਹੜੇ ਪ੍ਰਸ਼ਨ ਨੇ ਦੋਸਤੋ ਜਿਵੇਂ ਕਿ ਡੈਸ਼ ਕਿਸਮ ਦਾ ਵਿਅਕਤੀ ਲੰਮਾ ਦੁਬਲਾ ਪਤਲਾ ਤੇ ਕਮਜ਼ੋਰ ਹੁੰਦਾ ਹੈ ਤਾਂ ਇਸ ਦਾ ਆਨਸਰ ਆਏਗਾ ਦੋਸਤੋ ਆਪਣਾ ਐਕਟੋਮੋਰਫ ਠੀਕ ਹੈ ਜੀ ਐਕਟੋਮੋਰਫ ਹੀ ਇਸ ਦਾ ਆਨਸਰ ਹੋਏਗਾ ਤੇ ਤੁਸੀਂ ਆਹ ਵਾਲੇ ਜਿਹੜੇ ਹੈਗੇ ਪ੍ਰਸ਼ਨਾਂ ਦੇ ਆਨਸਰ ਦੇਖ ਸਕਦੇ ਹੋ ਦੋਸਤੋ ਆਪ ਪ੍ਰਸ਼ਨ ਤੁਹਾਡਾ ਲਿਖਿਆ ਹੋਇਆ ਤੇ ਉੱਤਰ ਇਹ ਥੱਲੇ ਲਿਖਿਆ ਹੋਇਆ ਨੇ ਸਾਰਿਆਂ ਦੇ ਠੀਕ ਹੈ ਜੀ ਤੁਸੀਂ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਇਵੇਂ 25ਵਾਂ ਕੁਐਸਚਨ 26ਵਾਂ 27ਵਾਂ 2005 ਵਿੱਚ ਰੰਧਾਵਾ ਨੇ ਡੈਸ਼ ਸਨਮਾਨ ਪ੍ਰਾਪਤ ਕੀਤਾ ਯਾਨੀ ਕਿ ਪਦਮਸ਼੍ਰੀ ਪ੍ਰਾਪਤ ਕੀਤਾ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਵਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਕਿ ਦਿਮਾਗ ਅਤੇ ਮਾਸਪੇਸ਼ੀਆਂ ਨੂੰ ਲਗਾਤਾਰ ਕੰਮ ਜਿਹੜਾ ਹੈਗਾ ਵਾ ਕਰਮ ਕਰਨ ਲਈ ਜਿਹੜਾ ਹੈਗਾ ਵਾ ਉਸ ਊਰਜਾ ਦੇ ਰੂਪ ਵਿੱਚ ਡੈਸ਼ ਦੀ ਲੋੜ ਹੁੰਦੀ ਹੈ ਯਾਨੀ ਕਿ ਆਕਸੀਜਨ ਦੀ ਲੋੜ ਹੁੰਦੀ ਹੈ ਡੈਸ਼ ਸਰੀਰ ਵਿੱਚ ਕੰਮ ਕਰਨ ਲਈ ਊਰਜਾ ਇਕੱਠੀ ਕਰਦੀ ਹੈ ਚੁੰਬਕੀ ਊਰਜਾ ਤਾਂ ਦੁਬਾਰੀ ਇਸ ਨੂੰ ਵੀ ਰੀਡ ਕਰ ਸਕਦੇ ਹੋ ਦੋਸਤੋ ਇਹ ਜਿਹੜੇ ਹੈਗੇ ਤੁਹਾਡੇ ਫਿਲਪਸ ਨੇ ਵੈਰੀ ਇੰਪੋਰਟੈਂਟ ਹੈ ਫਿਲਪਸ ਨੇ ਇਹਨਾਂ ਵਿੱਚੋਂ ਹੀ ਪੂਲ ਪੂਲ ਚਾਂਸ ਹੈ ਆਉਣ ਦੇ ਹੁਣ ਅਗਲਾ ਦੇਖੋ ਪ੍ਰਸ਼ਨ ਤੁਹਾਡੇ ਵਸਤੂਨਿਛ ਪ੍ਰਸ਼ਨ ਆਣਗੇ ਪ੍ਰਸ਼ਨ ਨੰਬਰ 2 ਤੇ 4 ਉਪ ਭਾਗ ਹਨ ਇਸ ਭਾਗ ਵਿੱਚ 21 ਤੋਂ 24 ਤੱਕ ਜਿਹੜੇ ਹੈਗੇ ਵਸਤੂਨਿਛ ਪ੍ਰਸ਼ਨ ਹੋਣਗੇ 4 2 8 ਮਾਰਕਸ ਦੀ ਟੋਟਲ ਆਏਗੀ ਤੁਹਾਨੂੰ ਤਾਂ ਦੇਖੋ ਮਨੁੱਖ ਲਈ ਸਭ ਤੋਂ ਵਧੀਆ ਭੋਜਨ ਕਿਹੜਾ ਹੈ ਤਾਂ ਸੰਤੁਲਿਤ ਭੋਜਨ ਮਨੁੱਖ ਲਈ ਸਭ ਤੋਂ ਵਧੀਆ ਭੋਜਨ ਹੈ ਭੌਤਿਕ ਚਿਕਿਤਸਾ ਵਿੱਚ ਭੌਤਿਕ ਸ਼ਬਦ ਦਾ ਕੀ ਅਰਥ ਹੈ ਭੌਤਿਕ ਸ਼ਬਦ ਦਾ ਅਰਥ ਹੈ ਸਰੀਰ ਹੈ ਵਾਧੇ ਅਤੇ ਵਿਕਾਸ ਲਈ ਕਿਹੋ ਜਿਹਾ ਭੋਜਨ ਲੈਣਾ ਚਾਹੀਦਾ ਹੈ ਵਾਧੇ ਅਤੇ ਵਿਕਾਸ ਲਈ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ ਸਕਿੰਨ ਕੀ ਲਿਖਿਆ ਦੋਸਤੋ ਆਪਣੇ ਇੱਥੇ ਹਾਂਜੀ ਸਕਿਨ ਫੋਲਡਰ ਕੈਲੀਪਰ ਮਾਪਨ ਵਾਲਾ ਯੰਤਰ ਕਿਸ ਕੰਮ ਆਉਂਦਾ ਹੈ ਤਾਂ ਇਸ ਦਾ ਆਨਸਰ ਆਏਗਾ ਦੋਸਤੋ ਕੀ ਹੈ ਹਾਂਜੀ ਯੰਤਰ ਦੀ ਵਰਤੋਂ ਜਿਹੜੀ ਕਿ ਚਮੜੀ ਦੀ ਮੋਟਾਈ ਮਾਪਣ ਲਈ ਕੀਤੀ ਜਾਂਦੀ ਹੈ ਕਿਹੜੇ ਸਾਲ ਵਿੱਚ ਗੁਰਵਚਨ ਸਿੰਘ ਸੀਆਰਪੀਐਫ ਵਿੱਚ ਭਰਤੀ ਹੋਇਆ ਤਾਂ 1958 ਦੇ ਵਿੱਚ ਭਾਰਤੀ ਹਵਾਈ ਸੈਨਾ ਦੀ ਸਥਾਪਨਾ ਕਿਹੜੇ ਸਾਲ ਹੋਈ ਤਾਂ ਇਸ ਦਾ ਆਨਸਰ ਆਏਗਾ 1932 ਦੇ ਵਿੱਚ ਖਿਡਾਰੀਆਂ ਨੂੰ ਲਗਾਤਾਰ ਅਭਿਆਸ ਦੀ ਲੋੜ ਕਿਉਂ ਪੈਂਦੀ ਹੈ ਖਿਡਾਰੀਆਂ ਨੂੰ ਆਪਣੇ ਸਰੀਰਕ ਅਤੇ ਸਿਹਤ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਲਈ ਅਭਿਆਸ ਦੀ ਲੋਡ ਪੈਂਦੀ ਹੈ ਸਾਡੇ ਸਰੀਰ ਵਿੱਚ ਕਿਹੜੀਆਂ ਜਿਹੜੀ ਹੈਗੀਆਂ ਨੇ ਆਪਣੀਆਂ ਪ੍ਰਣਾਲੀਆਂ ਦਾ ਪ੍ਰਮੁੱਖ ਸਥਾਨ ਹੈ ਤਾਂ ਇਸ ਦਾ ਅਨਸਰ ਜਿਹੜਾ ਹੈਗਾ ਬਾਕੀ ਆ ਜਾਏਗਾ ਮਾਸਪੇਸ਼ੀ ਪ੍ਰਣਾਲੀ ਸਾਕਿਰੇ ਪ੍ਰਣਾਲੀ ਲਹੂਗ੍ਰੜ ਪ੍ਰਣਾਲੀ ਸਾਡੇ ਸਰੀਰ ਵਿੱਚ ਮਾਸਪੇਸ਼ੀਆਂ ਕਿੰਨੀਆਂ ਹਨ 650 ਤੋਂ ਵੱਧ ਨੇ ਇਚੂਕ ਮਾਸਪੇਸ਼ੀਆਂ ਕਿਹੜੀਆਂ ਹਨ ਇਚੂਕ ਮਾਸਪੇਸ਼ੀਆਂ ਸਾਡੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਜਿਹੜਾ ਹੈਗਾ ਵਾ ਮੁੜਨ ਵਿੱਚ ਮਦਦ ਕਰਦੀਆਂ ਹਨ ਠੀਕ ਹੈ ਦੋਸਤੋ ਤੁਸੀਂ ਇਸ ਨੂੰ ਦੇਖ ਸਕਦੇ ਹੋ ਚੰਗੀ ਤਰ੍ਹਾਂ ਕਿ ਇੱਛੂ ਕੁਮਾਸਪੇਸ਼ੀਆਂ ਕੀ ਹੁੰਦੀਆਂ ਹਨ ਅਣਿਛੂ ਕੁਮਾਸਪੇਸ਼ੀਆਂ ਕਿ ਕਿੱਥੇ ਪਾਈਆਂ ਜਾਂਦੀਆਂ ਹਨ ਭੋਜਨ ਗੁਰ ਭੋਜਨ ਲਈ ਗੁਰਦਿਆਂ ਤੇ ਲਹੂ ਧਮਣੀਆਂ ਵਿੱਚ ਪੋਤਿਕ ਚਿਕਤਸਾ ਦੇ ਭਾਗ ਕਿਹੜੇ-ਕਿਹੜੇ ਹਨ ਮਾਲਿਸ਼ ਬਰਫ਼ ਨਾਲ ਰਗੜਨਾ ਗਰਮ ਕੱਪੜੇ ਨਾਲ ਗਰਮ ਕਰਨਾ ਆਦਿ ਪੋਤਿਕ ਚਿਕਤਸਾ ਤੋਂ ਤੁਸੀਂ ਕੀ ਸਮਝਦੇ ਹੋ ਇਹ ਇਲਾਜ ਦੀ ਉਹ ਵਿਧੀ ਹੈ ਜਿਸ ਵਿੱਚ ਵਿਅਕਤੀ ਦੇ ਵਿਚਾਰਾਂ ਅਤੇ ਆਯੋਗਤਾਵਾਂ ਅਤੇ ਅਪਾਹਜਤਾ ਦਾ ਇਲਾਜ ਕਰਕੇ ਵਿਅਕਤੀਆਂ ਨੂੰ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈ ਤੇ ਤੁਸੀਂ ਆਹ ਜਿਹੜੇ ਹੈਗੇ ਪ੍ਰਸ਼ਨ ਨੰਬਰ 14ਵਾਂ 15ਵਾਂ 16ਵਾਂ ਤੁਸੀਂ ਪੜ੍ਹ ਸਕਦੇ ਹੋ ਦੋਸਤੋ ਚੰਗੀ ਤਰ੍ਹਾਂ ਜਿਹੜਾ ਹੈਗਾ ਦੋਸਤੋ ਟੱਪੋ ਹਾਂਜੀ ਟਪਟਮੈਂਟ ਤੋਂ ਕੀ ਭਾਵ ਹੈ ਤਤਪਤਪੋਣਾ ਉਸ ਤੋਂ ਬਾਅਦ ਦੋਸਤੋ ਵਾਧੇ ਨੂੰ ਪ੍ਰਭਾਸ਼ਿਤ ਕਰੋ ਵਿਕਾਸ ਕੀ ਹੈ ਠੀਕ ਹੈ ਜੀ ਤੁਸੀਂ ਆ ਵਾਲੇ ਜਿਹੜੇ ਹੈਗੇ ਪ੍ਰਸ਼ਨ ਦੇਖ ਸਕਦੇ ਹੋ ਦੋਸਤੋ ਮੈਂ ਜਿਹੜਾ ਹੈਗਾ ਸਕਰੀਨ ਜਿਹੜਾ ਹੈਗਾ ਉੱਪਰ ਵੱਲ ਕਰ ਰਿਹਾ ਹਾਂ ਤੇ ਤੁਸੀਂ ਇਸ ਦੇ ਅਨਸਰ ਜਿਹੜੇ ਹੈਗੇ ਆ ਰੀਡ ਵੀ ਕਰ ਸਕਦੇ ਹੋ ਠੀਕ ਹੈ ਜੀ ਦੋ ਖਿਡਾਰੀ ਸਭ ਨਾਲੋਂ ਵੱਧ ਗੋਲ ਕਰਕੇ ਦਿਖਾਉਂਦਾ ਹੈ ਉਸ ਨੂੰ ਫੁੱਟਬਾਲ ਵਰਲਡ ਕੱਪ ਵਿੱਚ 골ਡਨ ਬੂਟ ਨਾਲ ਸਨਮਾਨਿਤ ਕੀਤਾ ਜੰਦ ਹੈ ਉਸ ਤੋਂ ਬਾਅਦ ਦੇਖ ਸਕਦੇ ਹੋ ਦੋਸਤੋ ਗੁਰਵਚਨ ਸਿੰਘ ਨੇ ਕਿਹੜੀ ਖੇਡ ਰਹੀ ਆਪਣੀ ਜੀਵਨ ਦੀ ਸ਼ੁਰੂਆਤ ਕੀਤੀ ਤਾਂ ਦੋਸਤੋ ਇਸ ਦੇ ਅਨਸਰ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਕਿ ਲਹੂ ਗ੍ਰੜ ਪ੍ਰਣਾਲੀ ਕੀ ਹੈ ਜਿਵੇਂ ਕਿ ਆ ਦੇਖੋ ਪ੍ਰਸ਼ਨ ਆ ਗਿਆ ਸਾਹ ਕੀ ਹੈ ਸਾਹ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਆਕਸੀਜਨ ਨੂੰ ਅੰਦਰ ਲਿਜਾਇਆ ਜਾਂਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੈ ਕਾਰਬਨ ਆਕਸਾਈਡ ਨੂੰ ਬਾਹਰ ਕੱਢਿਆ ਜਾਂਦਾ ਹੈ ਲਹੂਗ੍ਰ ਪ੍ਰਣਾਲੀ ਕੀ ਹੈ ਲਹੂਗ੍ਰ ਪ੍ਰਣਾਲੀ ਸਰੀਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਣਾਲੀ ਹੈ ਜਿਸ ਵਿੱਚ ਦਿਲ ਧਮਣੀਆਂ ਸਿਰਾਵਾਂ ਤੇ ਕੋਸ਼ਿਕਾਵਾਂ ਅਤੇ ਲਹੂ ਇਸ ਦੇ ਮੁੱਖ ਅੰਗ ਹਨ ਰਗੜ ਬਾਰੇ ਤੁਸੀਂ ਜਿਹੜਾ ਹੈਗਾ ਵਾ ਕੀ ਜਾਣਦੇ ਹੋ ਠੀਕ ਹੈ ਜੀ ਤਾਂ ਇਸ ਤਕਨੀਕ ਵਿੱਚ ਅੰਗੂਠੇ ਅਤੇ ਉਂਗਲਾਂ ਦੇ ਜਿਹੜੇ ਹੈਗੇ ਆ ਪੋਟੀਆਂ ਨਾਲ ਜਿਹੜਾ ਹੈ ਰਗੜ ਪੈਦਾ ਕਰਕੇ ਪ੍ਰਭਾਵਿਤ ਅੰਗ ਦਾ ਮਾਲਿਸ਼ ਕੀਤੀ ਜਾਂਦੀ ਹੈ ਇਸ ਵਿਧੀ ਵਿਧੀ ਵਰਤੋ ਜਿਹੜੀ ਕਿ ਖਾਸ ਤੌਰ ਤੇ ਮਾਸਪੇਸ਼ੀਆਂ ਦੀ ਮਾਲਿਸ਼ ਕਰਨ ਲਈ ਕੀਤੀ ਜਾਂਦੀ ਹੈ ਜਿਸ ਨਾਲ ਖਿਚਾਅ ਵਾਲੇ ਖੇਤਰ ਦੇ ਰਗੜ ਪੈਦਾ ਹੁੰਦੀ ਹੈ ਇਹ ਤਕਨੀਕ ਜੋੜਾ ਮਾਸਪੇਸ਼ੀਆਂ ਲਿਗਾਮੈਂਟਸ ਅਤੇ ਨਸ਼ਾ ਦਾ ਕੰਮ ਕਰਨ ਦੀ ਸਮਰੱਥਾ ਵਿੱਚ ਜਿਹੜਾ ਹੈਗਾ ਵਾ ਵਾਅਦਾ ਕਰਦੀ ਹੈ ਵਿਕਾਸ ਦੇ ਕਿਸੇ ਦੋ ਸਿਧਾਂਤਾਂ ਦੀ ਵਿਆਖਿਆ ਕਰੋ ਨਿਰੰਤਰਤਾ ਦਾ ਸਿਧਾਂਤ ਤੇ ਆਪਣਾ ਵੰਸ਼ਿਕ ਗੁਣਾ ਦਾ ਸਿਧਾਂਤ ਗੁਰਬਚਨ ਸਿੰਘ ਰਣਦਾਵਾ ਨੂੰ ਪਹਿਲੀ ਵਾਰ ਕਿਹੜੀ ਕਿਹੜਾ ਅਵਾਰਡ ਮਿਲਿਆ ਤਾਂ ਉਹਨਾਂ ਨੂੰ ਸਾਲ 1961 ਵਿੱਚ ਪਹਿਲਾ ਅਰਜੁਨ ਅਵਾਰਡ ਮਿਲਿਆ ਗੁਰਵੰਦਰ ਸਿੰਘ ਰਣਦਾਵਾ کون ਸੰਗੁਰਵੰਦਰ ਸਿੰਘ ਰਣਦਾਵਾ ਐਥਲੈਟਿਕਸ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਹੈ ਉਸ ਨੂੰ ਜਿਹੜਾ ਹੈਗਾ ਭਾਰਤ ਦੇ ਸੰਪੂਰਨ ਐਥਲੀਟ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਪਾਗ ਈਡੀ ਦੇ ਵਿੱਚੋਂ ਪ੍ਰਸ਼ਨ ਨੇ ਪ੍ਰਸ਼ਨ ਨੰਬਰ 3 ਅਤੇ 4 ਉਪ ਭਾਗ ਹਨ ਇਸੇ ਪਾਗ ਵਿੱਚ 25 ਤੋਂ 28 ਛੋਟੇ ਉਤਰਾਮਾੜੇ ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ ਤੇ ਨੰਕਾ ਹੋਵੇਗਾ ਲਹੂ ਗ੍ਰਿਹ ਪ੍ਰਣਾਲੀ ਕੀ ਹੈ ਤਾਂ ਦੋਸਤੋ ਇਹ ਪ੍ਰਸ਼ਨ ਤੁਹਾਡਾ ਤਾਂ ਦੇਖੋ ਕੀ ਹੈ ਲਹੂ ਗਿਰ ਪ੍ਰਣਾਲੀ ਅੰਗਾਂ ਦੇ ਇਹਨਾਂ ਦੇ ਜਿਹੜਾ ਹੈਗਾ ਵਾ ਅੰਗਾਂ ਦੇ ਨਾਮ ਲਿਖਣੇ ਹਨ ਤਾਂ ਸਭ ਤੋਂ ਪਹਿਲਾਂ ਦਿਲ ਤਾਂ ਦਿਲ ਲਹੂ ਗਿਰ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਦੋ ਫੇਫੜਿਆਂ ਦੇ ਵਿਚਕਾਰ ਖੱਬੇ ਪਾਸੇ ਥੋੜਾ ਜਿਹਾ ਚੁੱਕਿਆ ਹੋਇਆ ਹੈ ਅਰ ਉਸ ਤੋਂ ਬਾਅਦ ਹੈ ਦੋਸਤੋ ਆਪਣੀ ਤਮਣੀਆਂ ਤਮਣੀਆਂ ਦੋਸਤੋ ਦਿਲ ਤੋਂ ਸਰੀਰ ਤੱਕ ਲਹੂ ਲੈ ਜਾਂਦੀਆਂ ਹਨ ਅਤੇ ਇਹਨਾਂ ਵਿੱਚੋਂ ਸ਼ੁੱਧ ਲਹੂ ਹੁੰਦਾ ਹੈ ਉਸ ਤੋਂ ਬਾਅਦ ਹੈ ਸਿਰਾਵਾਂ ਠੀਕ ਹੈ ਜੀ ਤਾਂ ਸਿਰਾਵਾਂ ਸਰੀਰ ਤੋਂ ਦਿਲ ਤੱਕ ਲੂ ਲੂ ਪਹੁੰਚਾਉਂਦਾ ਹੈ ਠੀਕ ਹੈ ਜੀ ਕੀ ਇਹ ਸੌਰੀ 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 ਸਿਰਾਵਸ ਸਰੀਰ ਤੋਂ ਦਿਲ ਤੱਕ ਲਹੂ ਪਹੁੰਚਾਉਂਦੀਆਂ ਹਨ ਤੇ ਕੋਸ਼ਿਕਾਵਾਂ ਦੋਸਤੋ ਕੀ ਸਾਡੇ ਸਰੀਰ ਵਿੱਚ ਬਹੁਤ ਹੀ ਬਾਰੀਕੀ ਕੋਸ਼ਿਕਾਵਾਂ ਦਾ ਇੱਕ ਜਿਹੜਾ ਹੈਗਾ ਜਾਲ ਹੁੰਦਾ ਹੈ ਲਹੂ ਯਾਨੀ ਕਿ ਲਹੂ ਸਾਡੇ ਸਰੀਰ ਵਿੱਚ ਪਾਇਆ ਜਾਣ ਵਾਲਾ ਤਰਲ ਪਾਇਆ ਜਾਣ ਵਾਲਾ ਲਾਲ ਤਰਲ ਪਦਾਰਥ ਹੈ ਜੋ ਸਾਡੇ ਸਰੀਰ ਦੇ ਕੁੱਲ ਭਾਰ ਦਾ ਜੋ ਸਾਡੇ ਸਰੀਰ ਦੇ ਕੁੱਲ ਭਾਰ ਦਾ ਲਗਭਗ 1/12 ਹੁੰਦਾ ਹੇ ਤੇ ਦੋਸਤੋ ਤੁਸੀਂ ਆ ਵਾਲੀ ਜਿਹੜੇ ਹੈਗੇ ਪ੍ਰਸ਼ਨ ਰੀਡ ਕਰ ਸਕਦੇ ਹੋ ਲਹੂ ਗੇੜ ਪ੍ਰਣਾਲੀ ਅੰਗਾਂ ਦੇ ਨਾਮ ਲਿਖੋ ਠੀਕ ਹੈ ਜੀ ਇਹ ਵੀ ਹੋ ਗਿਆ ਆਪਣਾ ਦਿਲ ਲਹੂ ਸ਼੍ਰਾਵਾਂ ਕੂਸ਼ਿਕਾਾਂਵਾਂ ਹੁੰਦੀਆਂ ਹਨ ਵਾਈਟਲ ਕੈਪੈਸਿਟੀ ਕੀ ਹੈ ਮਾਸਪੇਸ਼ੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਨੇ ਅਨਿਛੁਕ ਅਨਿਛੁਕ ਤੇ ਦਿਲ ਦੀਆਂ ਮਾਸਪੇਸ਼ੀਆਂ ਵਾਈਟਲ ਕੈਪੈਸਿਟੀ ਠੀਕ ਹੈ ਜੀ ਇੱਕ ਡੂੰਗਾ ਸਾਹ ਲੈਣ ਉਪਰੰਤ ਹਵਾ ਨੂੰ ਜਿਹੜਾ ਹੈਗਾ ਵਾ ਪੂਰਾ ਜ਼ੋਰ ਨਾਲ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਵਾਈਟਲ ਕੈਪੈਸਿਟੀ ਕਿਹਾ ਜਾਂਦਾ ਹੈ ਠੀਕ ਹੈ ਜੀ ਤੇ ਇਸ ਨੂੰ ਜਿਹੜਾ ਹੈਗਾ ਵਾ ਸਪਾਇਰੋ ਵਿਅਕਤੀ ਦੀ ਜਿਹੜੀ ਹੈਗੀ ਹੈ ਵਾਈਟਲ ਕੈਪੈਸਿਟੀ ਵਿੱਚ ਜਿਹੜਾ ਹੈਗਾ ਵਾਧਾ ਹੋ ਜਾਂਦਾ ਹੈ ਤੇ ਇਸ ਸਧਾਰਨ ਇੱਕ ਸਧਾਰਨ ਵਿਅਕਤੀ ਦੀ ਇਹ ਜਿਹੜੀ ਹੈਗੀ ਹੈ ਦੋਸਤੋ ਕੀ ਹੈ ਇੱਕ ਸਧਾਰਨ ਵਿਅਕਤੀ ਦੀ ਇਹ ਸਮਰਥਾ 3 4 تن 4 لیٹر ہندی ہے جد کی کسرت کرنے والے વ્યક્તિ دی سمرتا 4 5 لیٹر ہو سکتی ہے ٹھیک ہے جی تا یہ ਤੁਹਾਡਾ ਜਿਹੜਾ ਹੈਗਾ ਵਾ ਕੀ ਹੋ ਗਿਆ ਵਾਈਟਲ ਕੈਪੈਸਟੀ یعنی کہ ਫੇਫੜਿਆਂ ਦੀ ਸ਼ਕਤੀ ਇਸ ਨੂੰ ਆਪਾਂ ਕਹਿ ਸਕਦੇ ਹਾਂ ਅਗਰ ਤੁਹਾਨੂੰ ਪੁੱਛ ਲੈਣ ਨਾ ਫੇਫੜਿਆਂ ਦੀ ਸ਼ਕਤੀ ਕੀ ਹੈ ਤਾਂ ਆਹੀ ਅਨਸਰ ਲਿਖਣਾ ਵਾ ਵਾਈਟਲ ਕੈਪੈਸਟੀ ਦਾ ਅੱਗੇ ਆਪਣਾ ਮਾਸਪੇਸ਼ੀਆਂ ਦੀਆਂ ਕਿਸਮਾਂ ਕਿਹੜੀਆਂ ਹਨ ਤਾਂ ਮਾਸਪੇਸ਼ੀਆਂ ਦੀਆਂ ਕਿਸਮਾਂ ਜਿਵੇਂ ਕਿ ਤੁਹਾਨੂੰ ਪਛਿਆ ਹੀ ਆ ਦਸਿਆਈਆਂ ਅਣਇਛੁਕ ਇੱਛੁਕਤੇ ਅਨਿੱਛੁਕਤੇ ਆਪਣਾ ਦਿਲ ਦੀਆਂ ਮਾਸਪੇਸ਼ੀਆਂ ਇਸੇ ਤਰ੍ਹਾਂ ਦੋਸਤੋ ਇਹ ਮਾਸਪੇਸ਼ੀਆਂ ਉਹ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਚੱਲਣ ਅਤੇ ਫਿਰਨ ਵਿੱਚ ਸਹਾਇਤਾ ਕਰਦੀਆਂ ਹਨ ਇਹ ਮਾਸਪੇਸ਼ੀਆਂ ਪੂਰਨ ਰੂਪ ਵਿੱਚ ਸਾਡੇ ਕਾਬੂ ਹੇਠ ਹੁੰਦੀਆਂ ਹਨ ਜਿਹੜੀਆਂ ਇੱਛੁਕ ਨੇ ਠੀਕ ਹੈ ਜੀ ਤੇ ਅਸੀਂ ਆਪਣੀ ਇੱਛਾ ਅਨੁਸਾਰ ਇਹਨਾਂ ਤੋਂ ਕੰਮ ਲੈਂਦੇ ਹਨ ਜਿਵੇਂ ਕਿ ਲੱਤਾਂ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਅਣਿਛੂ ਕਿ ਦੋਸਤੋ ਕੀ ਹੈ ਇਹ ਸਾਡੇ ਜਿਹੜੇ ਹੈਗੇ ਕੰਟਰੋਲ ਵਿੱਚ ਨਹੀਂ ਹੁੰਦੀਆਂ ਹਨ ਇਹ ਸਾਰੇ ਜਿਹੜੇ ਹੈਗੇ ਕਿ ਸਾਡੇ ਸਰੀਰ ਵਿੱਚ ਭੋਜਨ ਨਲੀ ਫੇਫੜਿਆਂ ਲਹੂ ਨਾੜੀਆਂ ਆਦਿ ਵਿੱਚ ਜਿਹੜਾ ਹੈਗਾ ਵਾ ਇਸ ਪ੍ਰਕਾਰ ਦੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਦਿਲ ਦੀਆਂ ਮਾਸਪੇਸ਼ੀਆਂ ਤਾਂ ਇਹ ਮਾਸਪੇਸ਼ੀਆਂ ਸਾਡੇ ਸਰੀਰ ਵਿੱਚ ਸਿਰਫ ਮੌਜੂਦ ਹੁੰਦੀਆਂ ਹਨ ਠੀਕ ਹੈ ਜੀ ਤੇ ਮੌਜੂਦ ਹੁੰਦੀਆਂ ਹਨ ਅਤੇ ਜਿਹੜਾ ਹੈਗਾ ਵਾ ਕੀ ਹੈ ਇਹਨਾਂ ਮਾਸਪੇਸ਼ੀਆਂ ਦੀ ਬੰਦਰ ਕੁਝ ਇੱਛੂ ਕੁ ਮਾਸਪੇਸ਼ੀਆਂ ਵਰਗੀ ਹੁੰਦੀ ਹੈ ਪਰ ਇਹਨਾਂ ਦੇ ਕੰਮ ਅਣਇੱਛੂ ਮਾਸਪੇਸ਼ੀਆਂ ਵਾਲੇ ਹੁੰਦੇ ਹਨ ਇਹਨਾਂ ਮਾਸਪੇਸ਼ੀਆਂ ਉੱਪਰ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਹੈ ਤੇ ਇਹ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ ਕਸਰਤ ਸੱਟਾਂ ਤੋਂ ਸਾਡਾ ਬਚਾਅ ਕਿਵੇਂ ਕਰਦੀ ਹੈ ਤਾਂ ਕਸਰਤ ਕਰਨ ਨਾਲ ਜਿਹੜਾ ਹੈਗਾ ਵਾ ਮਾਸਪੇਸ਼ੀਆਂ ਮਜ਼ਬੂਤ ਅਤੇ ਲਚਕਿਲੀਆਂ ਹੋ ਜਾਂਦੀਆਂ ਹਨ ਜਿਸ ਨਾਲ ਖੇਡ ਦਾ ਮੈਦਾਨ ਵਿੱਚ ਮੋਚ ਖਿਚਾ ਆਦ ਸੱਟਾਂ ਲੱਗਣ ਦਾ ਖਤਰਾ ਘੱਟ ਗਿਆ ਹੈ ਕਸਰਤ ਕਰਨ ਹਾਂਜੀ ਕਸਰਤ ਸਾਡੇ ਫੇਫੜਿਆਂ ਦੀ ਸ਼ਮਤਾ ਵਿੱਚ ਵਾਧਾ ਕਿਵੇਂ ਕਰਦੀ ਹੈ ਤਾਂ ਰੋਜ਼ਾਨਾ ਕਸਰਤ ਕਰਨ ਨਾਲ ਸਾਡੇ ਫੇਫੜਿਆਂ ਦੇ ਆਕਾਰ ਵਿੱਚ ਵਾਧਾ ਹੋ ਜਾਂਦਾ ਹੈ ਜਿਸ ਨਾਲ ਅਸੀਂ ਇੱਕ ਸਾਹ ਵਿੱਚ ਵਧੇਰੇ ਆਕਸੀਜਨ ਫੇਫੜਿਆਂ ਵਿੱਚ ਲੈ ਕੇ ਜਾ ਸਕਦੇ ਹਾਂ ਤੇ ਕਸਰਤ ਕਰਨ ਵਾਲੇ ਵਿਅਕਤੀ ਦੇ ਸਰੀਰ ਵਿੱਚ ਆਕਸੀਜਨ ਦੇ ਪੱਧਰ ਵਧ ਹੁੰਦਾ ਹੈ ਉਸ ਤੋਂ ਬਾਅਦ ਆਪਣਾ ਕਸਰਤ ਮਾਸਪੇਸ਼ੀਆਂ ਨੂੰ ਮਜ਼ਬੂਤ ਕਿਵੇਂ ਹਾਂਜੀ ਮਜ਼ਬੂਤੀ ਕਿਵੇਂ ਲਿਆਉਂਦੀ ਹੈ ਰੋਜ਼ਾਨਾ ਕਸਰਤ ਕਰਨ ਨਾਲ ਸਾਹ ਕਿਰਿਆ ਨਾਲ ਸੰਬੰਧਿਤ ਮਾਸਪੇਸ਼ੀਆਂ ਜਿਵੇਂ ਕਿ ਫੇਫੜਿਆਂ ਦੀਆਂ ਮਾਸਪੇਸ਼ੀਆਂ ਅਤੇ ਜਿਹੜਾ ਹੈਗਾ ਦੋਸਤੋ ਆਪਣਾ ਡਾਈਫਰਾਗਮ ਆਦ ਮਜ਼ਬੂਤ ਹੋ ਜਾਂਦੇ ਹਨ ਸਾਹ ਲੈਂਦੇ ਸਮੇਂ ਜਿਹੜਾ ਹੈਗਾ ਵਾ ਡਾਈਫਰਾ ਹਾਂਜੀ ਡਾਈਫਰਾਮ ਫੇਫੜਿਆਂ ਨੂੰ ਵੱਧ ਫੁੱਲਣ ਵਿੱਚ ਸਹਾਇਤਾ ਕਰਦਾ ਹੈ ਜਿਸ ਨਾਲ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਫੇਫੜਿਆਂ ਵਿੱਚ ਦਾਖਲ ਹੁੰਦੀ ਹੈ ਫੇਫੜਿਆਂ ਵਿੱਚ ਆਕਸੀਜਨ ਦਾ ਪਦਰ ਵਦਨ ਨਾਲ ਖੂਨ ਦੇ ਜਿਹੜੇ ਹੈਗੇ ਆਕਸੀ ਕਿਰਤ ਖੂਨ ਦੀ ਰਫ਼ਤਾਰ ਵੀ ਵੱਧ ਜਾਂਦੀ ਹੈ ਖੂਨ ਸ਼ੁੱਧ ਹੋਣ ਦੀ ਰਫ਼ਤਾਰ ਵਿੱਚ ਵਾਧਾ ਹੁੰਦਾ ਹੈ ਜਿਸ ਕਰਕੇ ਖੂਨ ਦੀ ਹੀਮੋਗਲੋਬਿਨ ਦਾ ਪੱਧਰ ਵੀ ਵੱਧਦਾ ਹੈ ਲਹੂ ਦਾ ਸੰਰਚਨਾ ਤੇ ਇਸ ਦੇ ਕਾਰਜਾਂ ਬਾਰੇ ਦੱਸੋ ਤਾਂ ਲਹੂ ਦੇ ਤਿੰਨ ਤਰ੍ਹਾਂ ਦੇ ਜਿਹੜੇ ਹੈਗੇ ਆ ਕਣ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤਾਂ ਦੋਸਤੋ ਲਹੂ ਸਾਡੇ ਸਰੀਰ ਵਿੱਚ ਨਾ ਪਾਇਆ ਜਾਣ ਵਾਲਾ ਲਾਲ ਰੰਗ ਦਾ ਇੱਕ ਤਰਲ ਪਦਾਰਥ ਹੁੰਦਾ ਹੈ ਜਿਨਾਂ ਨੂੰ ਨਹੀਂ ਪਤਾ ਦੱਸ ਦਈਏ ਜੋ ਸਾਡੇ ਸਰੀਰ ਦੇ ਕੁੱਲ ਭਾਰ ਦਾ ਲਗਭਗ 1.12ਵਾਂ ਹਿੱਸਾ ਹੁੰਦਾ ਹੈ ਤੇ ਇਹ ਤਿੰਨ ਤਰ੍ਹਾਂ ਦੇ ਨੇ ਲਾਲ ਲਹੂ ਕਣ ਜਿਸ ਨੂੰ ਅਪਰ ਰੈੱਡ ਬਲੱਡ ਸੈੱਲ ਬੋਲਦੇ ਆ ਚਿੱਟੇ ਲਹੂ ਕਣ ਜਿਹਨੂੰ ਵਾਈਟ ਬੁਲੇਟ ਸੈਲਡ ਬੋਲਦੇ ਆ ਇੱਕ ਹੁੰਦਾ ਦੋਸਤੋ ਆਪਣਾ ਪਲੇਟੇ ਲੈਟਸ ਤਾ ਇਹੇ ਦੋਸਤੋ ਤੁਹਾਡਾ ਜਿਹੜੇ ਹੈਗੇ 3 ਹਨ ਤੇ ਲਹੂ ਦੇ ਕਾਰਜ ਕੀ ਹੈ ਲਾਲ ਲਹੂ ਕਣ ਦਾ ਕੰਮ ਜਿਹੜਾ ਹੈਗਾ ਦੋਸਤੋ ਕੀ ਹੈ ਸਰੀਰ ਦੇ ਸੈੱਲਾਂ ਤੱਕ ਜਿਹੜਾ ਹੈਗਾ ਵਾ ਆਕਸੀਜਨ ਪਹੁੰਚਾਉਣਾ ਤੇ ਚਿੱਟੇ ਲਹੂ ਕਣ ਦਾ ਕੰਮ ਬਾਹਰੀ ਜਿਹੜੇ ਹੈਗੇ ਜੀਵਾਨੀਆਂ ਨਾਲ ਮੁਕਾਬਲਾ ਕਰਕੇ ਸਰੀਰ ਨੂੰ ਰੋਗਾਂ ਤੋਂ ਬਚਾਉਣਾ ਹੈ ਪਲੇਟਲੇਟਸ ਦਾ ਜਖਮ ਹੁੰਦੇ ਲਹੂ ਨੂੰ ਜਿਹੜਾ ਹੈਗਾ ਜਮਨ ਵਿੱਚ ਸਹਾਇਤਾ ਕਰਦਾ ਹੈ ਤੇ ਲਹੂ ਸਰੀਰ ਦਾ ਤਾਪਮਨ ਸਥਿਰ ਰੱਖਦਾ ਹੈ ਤੇ ਪੂਰੇ ਸਰੀਰ ਨੂੰ ਉਸ ਦੇ ਜ਼ਰੂਰੀ ਤੱਤਾਂ ਦੀ ਪੂਰਤੀ ਕਰਦਾ ਹੈ ਇਸ ਦੇ ਨਾਲ ਹੀ ਜਿਹੜਾ ਹੈਗਾ ਵਾ ਮੌਜੂਦ ਗੈਰ ਜ਼ਰੂਰੀ ਤੱਤਾਂ ਨੂੰ ਬਾਹਰ ਕੱਢਣਾ ਵਿੱਚ ਸਹਾਇਤਾ ਕਰਦਾ ਹੈ ਕਸਰਤ ਲਹੂ ਸਟ੍ਰੋਕ ਸਟ੍ਰੋਕ ਵਾਧਾ ਕਿਵੇਂ ਕਰਦੀ ਹੈ ਇਸ ਦਾ ਅਨਸਰ ਤੁਸੀਂ ਹਾ ਰੀਡ ਕਰ ਸਕਦੇ ਹੋ ਦੋਸਤੋ ਆ ਵਾਲੀ ਪ੍ਰਸ਼ਨ ਦਾ ਅਨਸਰ ਜਿਵੇਂ ਕਿ ਕਸਰਤ ਦਿਲ ਦੀ ਧੜਕਣ ਵਿੱਚ ਤਬਦੀਲੀ ਕਿਵੇਂ ਕਰਦੀ ਹੈ ਰੋਜ਼ਾਨਾ ਕਸਰਤ ਕਰਨ ਨਾਲ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਠੀਕ ਹੈ ਇਹ ਵਾਲੀ ਪ੍ਰਸ਼ਨ ਤੁਸੀਂ ਖੁਦ ਹੀ ਰੀਡ ਕਰਨੇ ਹਨ ਜਿਵੇਂ ਕਿ ਠੀਕ ਹੈ ਜੀ ਭੌਤਿਕ ਚਿਕਿਤਸਾ ਹਾਂਜੀ ਭੌਤਿਕ ਚਿਕਿਤਸਾ ਦੀ ਜਿਹੜੀ ਹੈ ਪ੍ਰਵਾਦਸ਼ਾ ਲਿਖੋ ਭੌਤਿਕ ਚਿਕਿਤਸਾ ਅਜਿਹੇ ਵਿਗਿਆਨ ਹੈ ਜਿਸ ਵਿੱਚ ਪਾਣੀ ਅਤੇ ਤਾਪ ਕਿਰਨਾਂ ਰੋਸ਼ਨੀ ਬਰਫ਼ ਬਿਜਲੀ ਊਰਜਾ ਅਤੇ ਜਿਹੜਾ ਹੈਗਾ ਵਾ ਊਰਜਾ ਰਾਹੀਂ ਜਿਹੜਾ ਹੈਗਾ ਵਾ ਕੀ ਹੈ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ ਮਾਲਿਸ਼ ਕੀ ਹੈ ਤਾਂ ਕਿਸੇ ਦੇ ਸਰੀਰ ਨੂੰ ਰਗਣ ਅਤੇ ਬੋਣ ਦੀ ਉਹ ਕਿਰਿਆ ਜਿਸ ਨੂੰ ਕਰਦਿਆਂ ਦਰਦ ਘਟੇ ਹੋਵੇ ਅਜਿਹਾ ਕਰਨ ਤੇ ਕਿਸੇ ਪੁਰਖ ਇਸਤਰੀ ਨੂੰ ਆਰਾਮ ਮਹਿਸੂਸ ਹੋਵੇ ਤਾਂ ਮਾਲਿਸ਼ ਇਲਾਜ ਦੀ ਬਹੁਤੀ ਪ੍ਰਾਤਨ ਵਿਧੀ ਹੈ ਉਸ ਨੂੰ ਜਿਹੜਾ ਹੈਗਾ ਵਾ ਇਹ ਮਾਲਿਸ਼ ਕਿਹਾ ਜਾਂਦਾ ਹੈ ਤੁਸੀਂ ਇਸ ਨੂੰ ਵੀ ਰੀਡ ਕਰ ਸਕਦੇ ਹੋ ਰਗੜ ਤੇ ਨੋਟ ਲਿਖੋ ਰਗੜ ਕੀ ਹੈ ਦੋਸਤੋ ਰਗੜ ਤੋਂ ਪਾਵ ਉਂਗਲਾ ਤੇ ਅੰਗੂਠਾ ਦੇ ਜਿਹੜਾ ਹੈਗਾ ਪੋਟਿਆਂ ਨਾਲ ਰਗੜ ਪੈਦਾ ਕਰਕੇ ਮਾਲਿਸ਼ ਕਰਨ ਤੋਂ ਹੈ ਠੀਕ ਹੈ ਜੀ ਤੁਸੀਂ ਆਹ ਵਾਲਾ ਜਿਹੜਾ ਹੈਗਾ ਪ੍ਰਸ਼ਨ ਵੀ ਤੁਸੀਂ ਪੂਰਾ ਰੀਡ ਕਰ ਸਕਦੇ ਹੋ ਕਿ ਬਈ ਇਸ ਵਿਧੀ ਵਿੱਚ ਇਸ ਵਿਧੀ ਰਾਹੀਂ ਮਾਸਪੇਸ਼ੀਆਂ ਵਿੱਚ ਖਿंचाਅ ਅਤੇ ਸੋਜ ਵਾਲੀ ਥਾਂ ਤੇ ਰਗੜ ਪੈਦਾ ਕਰਕੇ ਮਾਲਿਸ਼ ਕੀਤੀ ਜਾਂਦੀ ਹੈ ਇਹ ਤਕਨੀਕ ਜੋੜਾ ਮਾਸਪੱਠਿਆਂ ਤੇ ਬੰਧਕ ਤੰਤੂਆਂ ਤੇ ਨਸ਼ਾ ਹਾਂਜੀ ਨਸ਼ਾ ਦੀ ਕਾਰਜ ਸ਼ਕਤੀ ਵਿੱਚ ਵਾਧਾ ਕਰਦੀ ਹੈ ਇਹ ਤੁਹਾਡਾ ਜਿਹੜਾ ਇਹ ਆਨਸਰ ਹੋ ਗਿਆ ਉਸ ਤੋਂ ਬਾਅਦ ਭੌਤਿਕ ਚਿਸਕ ਸਾਧੀਆਂ ਤਕਨੀਕਾਂ ਦੇ ਨਾਂ ਲਿਖੋ ਤਾਂ ਇਲਾਜ ਵਾਲੀਆਂ ਕਸਰਤਾਂ ਮਾਲਿਸ਼ ਬਰਫ਼ ਨਾਲ ਇਲਾਜ ਪਾਣੀ ਨਾਲ ਇਲਾਜ ਕਿਰਨਾਂ ਨਾਲ ਇਲਾਜ ਗਰਮ ਅ ਤਾਪ ਨਾਲ ਇਲਾਜ ਬਿਜਲੀ ਊਰਜਾ ਨਾਲ ਇਲਾਜ ਚੁੰਬਕੀ ਊਰਜਾ ਨਾਲ ਇਲਾਜ ਮਾਲਿਸ਼ ਦੀ ਜਿਹੜੀ ਹੈਗੀ ਆ ਕੰਪਨ ਤਕਨੀਕ ਕੀ ਹੈ ਤਾਂ ਮਸ ਪੱਠਿਆਂ ਵਿੱਚ ਜਿਹੜਾ ਹੈਗਾ ਵਾ ਦੋਸਤੋ ਕੀ ਹੈ ਕੰਪਨੀ ਪੈਦਾ ਕਰਨ ਵਾਲੀ ਮਾਲਿਸ਼ ਦੀ ਇਹ ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਹਲਕੇ ਹੱਥਾਂ ਅਤੇ ਉਂਗਲੀਆਂ ਨਾਲ ਜਿਹੜਾ ਹੈਗਾ ਅੰਗ ਦੇ ਕੰਪਨ ਪੈਦਾ ਕੀਤੀ ਜਾਂਦੀ ਹੈ ਅੱਜ ਕੱਲ ਕੰਪਨ ਪੈਦਾ ਕਰਨ ਵਾਲੀਆਂ ਬਹੁਤ ਸਾਰੀਆਂ ਬਿਜਲਈ ਮਸ਼ੀਨਾਂ ਵੀ ਉਪਲਬਧ ਹਨ ਇਸ ਵਿਧੀ ਦੀ ਬਾਰੇ ਕੋਮਲ ਤੰਤੂਆਂ ਵਿੱਚ ਉਤੇਜਿਤ ਮਾਸਪੇਸ਼ੀਆਂ ਦੇ ਤਣਾ ਤੋਂ ਛੁਟਕਾਰਾ ਪਾਉਣ ਅਤੇ ਤਣਾ ਕਟਕਰਨ ਅਤੇ ਆਰਾਮ ਦੇਣ ਅਤੇ ਥਕਾਵਟ ਦੂਤ ਥਕਾਵਟ ਜਿਹੜਾ ਹੈਗਾ ਵਾ ਦੂਰ ਕਰਨ ਲਈ ਕੀਤੀ ਜਾਂਦੀ ਹੈ ਭੌਤਿਕ ਚਿਕਤਸਾ ਦੀ ਗੁੰਨਨਾ ਠੀਕ ਹੈ ਜੀ ਤੇ ਇਹਦੇ ਤਕਨੀਕ ਬਾਰੇ ਦੱਸੋ ਤਾਂ ਦੇਖੋ ਕੀ ਹੈ ਅ ਪੈਟਰੀ ਸੇਜ ਤੋਂ ਭਾਵ ਹੈ ਗੁੰਨਣਾ ਮਾਲਿਸ਼ ਕਰਦੇ ਸਮੇਂ ਹੱਥਾਂ ਉਂਗਲਾਂ ਅਤੇ ਅੰਗੂਠੇ ਦੀ ਸਥਿਤੀ ਆਟੇ ਨੂੰ ਗੁੰਨਣ ਵਾਂਗ ਹੁੰਦੀ ਹੈ ਅ ਠੀਕ ਹੈ ਜੀ ਜਿਸ ਤਰ੍ਹਾਂ ਹਥੇਲੀ ਨਾਲ ਆਟੋ ਅ ਹਾਂਜੀ ਆਟੇ ਨੂੰ ਗੁੰਨਿਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਹੀ ਮਾਲਿਸ਼ ਵਾਲੇ ਅੰਗਾਂ ਨੂੰ ਇੱਕ ਦੂਜੇ ਹੱਥ ਦੀ ਸਹਾਇਤਾ ਨਾਲ ਲਗਾਤਾਰ ਗੁੰਨਿਆ ਨਿਚੋੜਿਆ ਅਤੇ ਕੁਮਾਇਆ ਅਤੇ ਕਈ ਵਾਰ ਉੱਪਰ ਨੂੰ ਚੁੱਕਿਆ ਜਾਂਦਾ ਹੈ ਇਸ ਵਿਧੀ ਦੀ ਵਰਤੋਂ ਜਿਹੜਾ ਹੈਗਾ ਕਰਦੇ ਸਮੇਂ ਮਾਸਪੱਠੀਆਂ ਵਿੱਚ ਦਰਦਤਾ ਮਹਿਸੂਸ ਹੁੰਦਾ ਹੈ ਪਰ ਹੌਲੀ-ਹੌਲੀ ਇਹ ਵਿਧੀ ਆਰਾਮ ਦੇਣ ਅਤੇ ਸਰੀਰ ਵਿੱਚ ਲਹੂ ਗੇੜ ਪ੍ਰਣਾਲੀ ਜਾਂ ਫਿਰ ਪ੍ਰਬੰਧ ਨੂੰ ਤੇਜ਼ ਕਰਨ ਵਿੱਚ ਮਦਦ ਕਰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਬਿਜਲੀ ਊਰਜਾ ਨਾਲ ਇਲਾਜ ਕਿਵੇਂ ਕੀਤਾ ਜਾਂਦਾ ਹੈ ਬਿਜਲੀ ਊਰਜਾ ਰਾਹੀਂ ਜਿਹੜਾ ਹੈਗਾ ਇਲਾਜ ਕਰਨ ਲਈ ਕੁਝ ਖਾਸ ਉਪਕਰਨਾ ਦੀ ਸਹਾਇਤਾ ਨਾਲ ਬਿਜਲੀ ਕਰੰਟ ਦੀ ਵਰਤੋਂ ਕਰਕੇ ਫੁੱਟੜ ਖਿਡਾਰੀ ਦਾ ਇਲਾਜ ਕੀਤਾ ਜਾਂਦਾ ਹੈ ਇਸ ਦੀ ਵਰਤੋਂ ਖਿਡਾਰੀ ਦੇ ਸਰੀਰ ਵਿੱਚ ਗਰਮੀ ਪੈਦਾ ਕਰਨ ਅਤੇ ਤੰਤੂਆਂ ਤੇ ਤੰਤੂਆਂ ਦੀ ਜਿਹੜੀ ਹੈਗੀ ਮੁਰੰਮਤ ਅਤੇ ਦਰਦ ਘਟਾਉਣ ਲਈ ਕੀਤੀ ਜਾਂਦੀ ਹੈ ਚੁੰਬਕੀ ਊਰਜਾ ਨਾਲ ਇਲਾਜ ਦੀ ਤਕਨੀਕ ਬਾਰੇ ਦੱਸੋ ਤਾਂ ਇਸ ਵਿਧੀ ਰਾਹੀਂ ਜਿਹੜਾ ਹੈਗਾ ਵਾ ਕੀ ਹੈ ਸਰੀਰ ਦੇ ਚੁੰਬਕੀ ਖੇਤਰਾਂ ਨੂੰ ਉਤੇਜਿਤ ਕਰਕੇ ਜੋੜਾ ਤੇ ਮਾਸਪੇਸ਼ੀਆਂ ਤੇ ਤੰਤੂਆਂ ਦੀਆਂ ਸੱਟਾਂ ਦਾ ਇਲਾਜ ਕੀਤਾ ਜਾਂਦਾ ਹੈ ਇਲਾਜ ਲਈ ਵੱਖ-ਵੱਖ ਕਿਸਮਾਂ ਦੇ ਚੁੰਬਕੀ ਉਪਕਰਨਾ ਜਿਵੇਂ ਕਿ ਅੰਗੂਠੇ ਆ ਕੜੇ ਗਾਣੇ ਆਦਿ ਅਤੇ ਜਿਹੜਾ ਹੈਗਾ ਵਾ ਕੀ ਹੈ ਕਈ ਤਰ੍ਹਾਂ ਦੇ ਬਿਜਲੀ ਚੁੰਬਕੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ ਭੌਤਿਕ ਚਿਕਿਤਸਕਤਾ ਦਾ ਜਿਹੜਾ ਹੈਗਾ ਖੇਡਾਂ ਵਿੱਚ ਕੀ ਯੋਗਦਾਨ ਹੈ ਭੌਤਿਕ ਚਿਕਿਤਸਾ ਦਾ ਜਿਹੜਾ ਹੈਗਾ ਵਾ ਖੇਡਾਂ ਦੇ ਖੇਤਰ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ ਇਹ ਇਲਾਜ ਦੀ ਇੱਕ ਵਿਧੀ ਹੈ ਸਪੋਰਟਸ ਮੈਡੀਸਨ ਦਾ ਮਹੱਤਵਪੂਰਨ ਹਿੱਸਾ ਹੈ ਖੇਡਾਂ ਦੌਰਾਨ ਖਿਡਾਰੀਆਂ ਦੇ ਸੱਟਾਂ ਲੱਗਦੀਆਂ ਰਹਿੰਦੀਆਂ ਹਨ ਜਿਵੇਂ ਕਿ ਹੱਡੀ ਦਾ ਟੁੱਟਣਾ ਹੱਡੀ ਦਾ ਆਪਣਾ ਹੀ ਥਾਂ ਤੋਂ ਹਿਲ ਜਾਣਾ ਮੋਚ ਆ ਜਾਣੀ ਮਾਸਪੇਸ਼ੀਆਂ ਵਿੱਚ ਖਿਚਾਅ ਪੈਦਾ ਹੋ ਜਾਣਾ ਭੌਤਿਕ ਚਿਕਿਤਸਾ ਰਾਹੀਂ ਜਿਹੜਾ ਹੈਗਾ ਇਸ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਖਿਡਾਰੀ ਦੁਬਾਰਾ ਖੇਤੀ ਜਿਹੜਾ ਹੈਗਾ ਖੇਡਣ ਦੇ ਯੋਗ ਹੋ ਸਕੇ ਪੌਦਿਕ ਚਿਕਸਾ ਮਾਸ ਪੱਠਿਆਂ ਤੰਤੂਆਂ ਤੇ ਬੰਧਨ ਤੰਤਾਂ ਨੂੰ ਮਜ਼ਬੂਤ ਬਣਾਉਂਦੀ ਹੈ ਤੇ ਜੋੜਾਂ ਦੀਆਂ ਸੱਟਾਂ ਲਈ ਜਿਹੜਾ ਹੈਗਾ ਵਾ ਛੇਤੀ ਇਲਾਜ ਵਿੱਚ ਬਹੁਤ ਸਾਰੇ ਹੁੰਦੀ ਹੈ ਰਗੜ ਬਾਰੇ ਤੁਸੀਂ ਕੀ ਜਾਣਦੇ ਹੋ ਬਹੁਤ ਵਾਰੀ ਕਰ ਚੁੱਕੇ ਹਾਂ ਇਸ ਤਕਨੀਕ ਵਿੱਚ ਦੋਸਤੋ ਅਸੀਂ ਜਿਹੜਾ ਹੈਗਾ ਵਾ ਅੰਗੂਠੇ ਅਤੇ ਉਂਗਲਾਂ ਦੇ ਪੋਟਿਆਂ ਨਾਲ ਜਿਹੜਾ ਹੈਗਾ ਰਗੜ ਪੈਦਾ ਕਰਕੇ ਪ੍ਰਭਾਵਿਤ ਅੰਗਾਂ ਦੀ ਮਾਲਿਸ਼ ਕੀਤੀ ਜਾਂਦੀ ਹੈ ਤੁਸੀਂ ਇਸ ਨੂੰ ਪੂਰਾ ਰੀਡ ਕਰ ਸਕਦੇ ਹੋ ਰਗੜ ਬਾਰੇ ਅਸੀਂ ਪਹਿਲਾਂ ਵੀ ਬਹੁਤ ਕੁਝ ਕਰ ਚੁੱਕੇ ਹਾਂ ਤੇ ਭੌਤਿਕ ਚਿਕਸਾ ਦੀ ਪਰਿਭਾਸ਼ਾ ਕੀ ਹੈ ਦੋਸਤੋ ਭੌਤਿਕ ਚਿਕਸਾ ਇਲਾਜ ਦੀ ਕਜਈ ਵਿਧੀ ਹੈ ਇੱਕ ਵਿਅਕਤੀ ਦੇ ਵਿਕਾਰਾਂ ਤੇ ਵਿਕਲਾਂਗ ਕੇ ਹਾਂਜੀ ਵਿਕਲਾਂਗ ਤਵਾ ਬਾ ਅਤੇ ਯੁਗਤਾਮਾ ਦਾ ਇਲਾਜ ਕਰਕੇ ਵਿਅਕਤੀ ਨੂੰ ਕੰਮ ਕਰਨ ਦੇ ਯੋਗ ਬਣਾਉਂਦੀ ਹੈ ਕਿਸ਼ੋਰ ਅਵਸਥਾ ਕੀ ਹੈ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਕਿਸ਼ੋਰ ਅਵਸਥਾ ਨੂੰ ਜਿਹੜਾ ਹੈਗਾ ਬੱਚੇ ਦੇ ਜੀਵਨ ਦਾ ਬਹੁਤ ਹੀ ਸੰਘਰਸ਼ੀਲ ਸਮਾਂ ਮੰਨਿਆ ਜਾਂਦਾ ਹੈ ਇਹ ਸਮਾਂ 12 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਤੱਕ ਦਾ ਹੁੰਦਾ ਹੈ ਬਾਲ ਅਵਸਥਾ ਤੱਕ ਬੇਫਿਕਰ ਹੋ ਰਹਣ ਵਾਲੇ ਬੱਚਿਆਂ ਵਿੱਚ ਕਿਸ਼ੋਰ ਅਵਸਥਾ ਆਉਂਦੇ ਹੀ ਕਈ ਤਰ੍ਹਾਂ ਦੇ ਸਰੀਰਕ ਪਰਿਵਰਤਨ ਆਉਣੇ ਸ਼ੁਰੂ ਹੋ ਜਾਂਦੇ ਹਨ ਇਹਨਾਂ ਸਰੀਰਕ ਪਰਿਵਰਤਨਾਂ ਤੋਂ ਅਣਜਾਣ ਬੱਚੇ ਆਪਣੇ ਆਪ ਨੂੰ ਬਿਮਾਰ ਸਮਝਣ ਲੱਗ ਜਾਂਦੇ ਹਨ ਅਤੇ ਤਣਾਅ ਵਿੱਚ ਰਹਿਣ ਲੱਗ ਜਾਂਦੇ ਹਨ ਸਰੀਰਕ ਪਰਿਵਰਤਨਾ ਕਾਰਨ ਇਸ ਉਮਰ ਵਿੱਚ ਮੁੰਡਿਆਂ ਤੇ ਕੁੜੀਆਂ ਵਿੱਚ ਇੱਕਦਮ ਤਬਦੀਲੀ ਆਉਂਦੀ ਹੈ ਕਿਸੇ ਹੋਰ ਅਵਸਥਾ ਵਿੱਚ ਲੜਕੀਆਂ ਵਿੱਚ ਵਾਧਾ ਤੇ ਵਿਕਾਸ ਲੜਕੀਆਂ ਦੇ ਮੁਕਾਬਲੇ ਤੇਜ਼ ਗਤੀ ਨਾਲ ਹੁੰਦਾ ਹੈ ਲੜਕੀਆਂ ਦੇ ਚਿਹਰੇ ਉੱਪਰ ਵਾਲ ਅਤੇ ਔਣੇ ਵਾਲ ਔਣੇ ਸ਼ੁਰੂ ਹੋ ਜਾਂਦੇ ਹਨ ਤੇ ਲੜਕੀਆਂ ਦਾ ਸਰੀਰ ਦਾ ਜਿਹੜਾ ਹੈਗਾ ਪਰਪਕਤਾ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਉਮਰ ਵਿੱਚ ਬੱਚੇ ਉੱਪਰ ਆਉਣ ਵਾਲੇ ਜੀਵਨ ਨੂੰ ਬਿਹਤਰ ਬਣਾਉਣ ਦਾ ਦਬਾਅ ਵੀ ਹੁੰਦਾ ਹੈ ਬੱਚਾ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ ਤੇ ਆਪਣੇ ਆਪ ਫੈਸਲੇ ਆਪ ਹੀ ਲੈਣ ਦਾ ਜਿੱਦ ਕਰਦਾ ਹੈ ਪਰ ਮਾਤਾ ਪਿਤਾ ਦੇ ਵਿਰੋਧ ਅਤੇ ਦਖਲ ਅੰਦਾਜ਼ੀ ਕਾਰਨ ਉਸ ਦਾ ਸੂਭਾ ਜਿਹੜਾ ਹੈਗਾ ਚਿਰਚੜਾ ਹੋਣ ਕਾਰਨ ਉਹ ਨਿਰਾਸ਼ ਹੋ ਜਾਂਦਾ ਹੈ ਇਸ ਉਮਰ ਵਿੱਚ ਬੱਚੇ ਨਾਲ ਉਸ ਦੇ ਮਾਤਾ ਪਿਤਾ ਤੇ ਅਧਿਆਪਕ ਵੱਲੋਂ ਜਿਹੜਾ ਹੈਗਾ ਬਾਕੀ ਇਹ ਸਾਰਥਿਕ ਤਰੀਕੇ ਨਾਲ ਵਰਤੋਵ ਕਰਨ ਦੀ ਲੋੜ ਹੁੰਦੀ ਹੈ ਅੱਗੇ ਆਪਣਾ ਵਾਧਾ ਤੇ ਵਿਕਾਸ ਵਿੱਚ ਕੀ ਅੰਤਰ ਹੈ ਮਨੁੱਖੀ ਸਰੀਰ ਦਾ ਵਾਧਾ ਤੇ ਮਨੁੱਖੀ ਸਰੀਰ ਦਾ ਵਿਕਾਸ ਤਾਂ ਵਾਧਾ ਕੀ ਹੈ ਦੋਸਤੋ ਵਾਧਾ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਬੱਚੇ ਦੇ ਜਿਹੜੇ ਹੈਗਾ ਵਾ ਜਨਮ ਤੋਂ ਲੈ ਕੇ ਉਸ ਦੀ ਇੱਕ ਨਿਸ਼ਚਿਤ ਉਮਰ ਤੱਕ ਚੱਲਦੀ ਰਹਿੰਦੀ ਹੈ ਤੇ ਸਰੀਰਕ ਪਰਪਕਤਾ ਆਉਣ ਤੇ ਰੁਕ ਜਾਂਦੀ ਹੈ ਤੇ ਵਿਕਾਸ ਕੀ ਹੈ ਦੋਸਤੋ ਇਹ ਪ੍ਰਕਿਰਿਆ ਨਿਰੰਤਰ ਜੀਵਨ ਭਰ ਚੱਲਦੀ ਰਹਿੰਦੀ ਹੈ ਇਹ ਸਰੀਰ ਦੀ ਪਰਪਕਤਾ ਆਉਣ ਤੋਂ ਬਾਅਦ ਵੀ ਚੱਲਦੀ ਰਹਿੰਦੀ ਹੈ ਵਾਧਾ ਇੱਕ ਨਿਸ਼ਚਿਤ ਪੱਧਰ ਤੇ ਹੁੰਦਾ ਹੈ ਜਿਵੇਂ ਕਿ ਇੱਕ ਇਨਸਾਨ ਦੀ ਉਚਾਈ ਇੱਕ ਨਿਸ਼ਚਿਤ ਉਮਰ ਤੱਕ ਵੱਧਦੀ ਹੈ ਦੂਸਰੇ ਪਾਸੇ ਇੱਕ ਇਨਸਾਨ ਚੰਗੀਆਂ ਆਦਤਾਂ ਦਾ ਪਰਪਕਤਾ ਪੱਧਰ ਸਿਆਣਪ ਪੱਧਰ ਆਦ ਦਾ ਵਿਕਾਸ ਹਰ ਦਿਨ ਹੁੰਦਾ ਹੈ ਵਾਧੇ ਨੂੰ ਸਰੀਰ ਦੇ ਆਕਾਰ ਭਾਰ ਅਤੇ ਲੰਬਾਈ ਵਿੱਚ ਮਾਪਿਆ ਜਾ ਸਕਦਾ ਹੈ ਸਰੀਰ ਸਰੀਰਕ ਵਿਕਾਸ ਨੂੰ ਮਾਪਿਆ ਨਹੀਂ ਜਾ ਸਕਦਾ ਹੈ ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਵਾਧੇ ਦੀ ਪ੍ਰਕਿਰਿਆ ਦੇ ਅਧੀਨ ਹੋਣ ਵਾਲੇ ਪਰਿਵਰਤਨਾਂ ਨੂੰ ਸਪਸ਼ਟ ਵਿਖਿਆ ਜਾ ਸਕਦਾ ਹੈ ਠੀਕ ਹੈ ਜੀ ਵਿਕਾਸ ਦੇ ਵਿੱਚ ਗੁਣਾਤਮਕ ਪੱਖ ਹੋਣ ਕਾਰਨ ਇਸ ਨੂੰ ਵਿਖਿਆ ਨਹੀਂ ਜਾ ਸਕਦਾ ਹੈ ਵਾਧਾ ਸਰੀਰ ਦੇ ਕਿਸੇ ਪੱਖ ਤੋਂ ਹੋਣ ਵਾਲੇ ਪਰਿਵਰਤਨ ਨੂੰ ਪ੍ਰਦਰਸ਼ਿਤ ਨਹੀਂ ਕਰਦਾ ਸੌਰੀ ਵਾਧਾ ਸਰੀਰ ਦੇ ਕਿਸੇ ਪੱਖ ਤੋਂ ਹੋਣ ਵਾਲੇ ਪਰਿਵਰਤਨ ਨੂੰ ਜਿਹੜਾ ਹੈਗਾ ਪ੍ਰਦਰਸ਼ਿਤ ਕਰਦਾ ਹੈ ਵਿਕਾਸ ਵਿਅਕਤੀ ਦੇ ਵਿਅਕਤੀਤਵ ਵਿੱਚ ਸੰਪੂਰਨ ਪਰਿਵਰਤਨਾ ਨੂੰ ਸੰਯੁਕਤ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ ਵਾਧਾ ਜਿਹੜਾ ਹੈਗਾ ਵਾ ਸੰਰਚਨਾਤਮਕ ਹੈ ਵਿਕਾਸ ਨੂੰ ਜਿਹੜਾ ਹੈਗਾ ਕੀ ਹੈ ਕਾਰਜਸ਼ੀਲਤਾ ਵਿੱਚ ਰੱਖਿਆ ਗਿਆ ਹੈ ਠੀਕ ਹੈ ਉਸ ਤੋਂ ਬਾਅਦ ਵਾਧਾ ਉੱਪਰ ਜਾਦਵ ਵੰਸ਼ ਦਾ ਵਧੇਰੇ ਪ੍ਰਭਾਵ ਪੈਂਦਾ ਹੈ ਵਿਕਾਸ ਵਿਅਕਤੀ ਦੇ ਜਦ ਵੰਸ਼ ਦੇ ਨਾਲ ਉਸ ਦੇ ਵਾਤਾਵਰਣ ਤੇ ਵੀ ਨਿਰਭਰ ਕਰਦਾ ਹੈ ਜਿੱਥੇ ਉਹ ਰਹਿ ਰਿਹਾ ਹੋਵੇ ਵਾਧੇ ਦਾ ਸਬੰਧ ਵਿਅਕਤੀ ਦੇ ਅੰਦਰੂਨੀ ਕਾਰਕਾਂ ਨਾਲ ਹੁੰਦਾ ਹੈ ਵਿਕਾਸ ਦਾ ਸਬੰਧ ਜਿਹੜਾ ਹੈਗਾ ਵਾ ਕੀ ਹੈ ਬਾਹਰੀ ਵਿਅਕਤੀ ਦਾ ਜਿਹੜਾ ਹੈਗਾ ਵਾ ਕੀ ਹੈ ਵਿਕਾਸ ਦਾ ਸਬੰਧ ਵਿਅਕਤੀ ਦੇ ਬਾਹਰੀ ਕਾਰਕਾਂ ਨਾਲ ਹੁੰਦਾ ਹੈ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਉਸ ਤੋਂ ਬਾਅਦ ਹੈ ਕਿ ਵਿਕਾਸ ਦੀਆਂ ਅਵਸਥਾ ਦੇ ਨਾਂ ਲਿਖੋ ਤਾਂ ਦੋਸਤੋ ਸ਼ਿਸ਼ੂ ਕਾਲ ਕਦੋਂ ਹੁੰਦਾ ਵਾ ਇੱਕ ਤੋਂ ਲੈ ਕੇ 6 ਸਾਲ ਤੱਕ ਦੇ ਇਸ ਨੂੰ ਜਿਹੜਾ ਹੈਗਾ ਵਾ ਸ਼ਿਸ਼ੂ ਕਾਲ ਸਮਝਿਆ ਜਾਂਦਾ ਵਾ ਤੇ ਛੋਟੀਆਂ-ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਯੋਜਨਾਬੰਦ ਤਰੀਕੇ ਨਾਲ ਹੁੰਦਾ ਵਾ ਇੱਕ ਤੋਂ 3 ਸਾਲ ਤੱਕ ਦੀ ਉਮਰ ਦੇ ਵਿਚਕਾਰਲ ਜਿਹੜਾ ਹੈਗਾ ਦੋਸਤੋ ਕੀ ਹੈ ਲੋਕੋ ਮੋਸ਼ਨ ਅਤੇ ਭਾਸ਼ਾ ਮਹੱਤਵਪੂਰਨ ਕਾਰਨ ਕਾਰਕ ਹੁੰਦੇ ਹਨ ਬੁਧਾਤਮਕ ਪੱਖ ਸਭ ਤੋਂ ਵਧੀਆ ਭਵਿੱਖਬਾਣੀ ਨਾਲ ਜੁੜੀ ਭਾਸ਼ਾ ਹੈ ਵਧੀਆ ਗਾਮਕ ਕੌਸ਼ਲ ਸਵੇ ਸਹਾਇਤਾ ਦੇ ਕੌਸ਼ਲ ਨਾਲ ਸੰਬੰਧਿਤ ਹੁੰਦੇ ਹਨ ਅ ਸ਼ੁਰੂਆਤੀ ਬਚਪਨ ਵਿੱਚ ਸਭ ਤੋਂ ਮਹੱਤਵਪੂਰਨ ਕਾਰਕ ਸਿਵਾਏ ਪਛਾਣਨ ਸਥਾਪਨ ਕਰਨਾ ਹੈ ਬਾਲਵਸਥਾ ਤਾਂ ਬਾਲਵਸਥਾ ਦਾ ਪੜਾ ਜਿਹੜਾ ਹੈਗਾ 6 ਤੋਂ 12 ਸਾਲ ਤੱਕ ਦਾ ਹੁੰਦਾ ਹੈ ਇਸ ਅਵਸਥਾ ਵਿੱਚ ਅ ਬੱਚੇ ਦੇ ਪਹਿਲੇ 3 ਸਾਲਾਂ ਵਿੱਚ ਤੇਜ਼ੀ ਨਾਲ ਜਿਹੜੇ ਹੈਗਾ ਵੱਧਦੇ ਹਨ ਠੀਕ ਹੈ ਜੀ ਸਾਲਾ ਵਿੱਚ ਜਿਹੜਾ ਹੈ ਕਿ ਤੇਜੀ ਨਾਲ ਵੱਧਦੇ ਹਨ ਕਿਸ਼ੋਰ ਅਵਸਥਾ ਤਾਂ ਕਿਸ਼ੋਰ ਅਵਸਥਾ ਦੋਸਤੋ 12 ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਤਾਂ ਹੀ ਹੁੰਦੀ ਹੈ ਇਹ ਬਹੁਤੀ ਗੁੰਝਲਦਾਰ ਅਵਸਥਾ ਹੁੰਦੀ ਹੈ ਬਾਲਕ ਅਵਸਥਾ ਬਾਲਕ ਅਵਸਥਾ ਕਿਸ਼ੋਰ ਅਵਸਥਾ ਤੋਂ ਬਾਅਦ ਸ਼ੁਰੂ ਹੁੰਦੀ ਹੈ 18 ਸਾਲ ਤੋਂ ਬਾਅਦ ਇਹ ਅਵਸਥਾ ਮਨੁੱਖੀ ਜੀਵਨ ਦੇ ਅੰਤ ਤੱਕ ਚਲਦੀ ਰਹਿੰਦੀ ਹੈ ਬਾਲਕ ਅਵਸਥਾ ਉਹ ਅਵਸਥਾ ਹੈ ਜਦੋਂ ਕੋਈ ਵਿਅਕਤੀ ਪੂਰੀ ਤਰ੍ਹਾਂ ਪਰਿਪੱਕ ਅਤੇ ਸਮਝਦਾਰ ਹੋ ਜਾਂਦਾ ਹੈ ਤੇ ਆਪਣੇ ਫੈਸਲੇ ਖੁਦ ਲੈਣ ਦੇ ਯੋਗ ਹੁੰਦਾ ਹੈ ਨਿਰੰਤਰਤਾ ਦਾ ਸਿਧਾਂਤ ਕੀ ਹੈ ਤਾਂ ਨਿਰੰਤਰਤਾ ਦਾ ਸਿਧਾਂਤ ਮਨੁੱਖ ਵਿੱਚ ਜਿਹੜਾ ਹੈ ਮਤ ਤੱਕ ਵਿਕਾਸ ਦੀ ਪ੍ਰਕਿਰਿਆ ਜਿਹੜੀ ਹੈਗਾ ਲਗਾਤਾਰ ਚਲਦੀ ਰਹਿੰਦੀ ਹੈ ਇਸੇ ਸਿਧਾਂਤ ਦੇ ਅਨੁਸਾਰ ਵਿਕਾਸ ਦੀਆਂ ਪ੍ਰਕਿਰਿਆਵਾਂ ਕਦੇ ਨਹੀਂ ਰੁਕਦੀ ਜਿਸ ਕਰਕੇ ਮਨੁੱਖ ਵਿੱਚ ਹੌਲੀ-ਹੌਲੀ ਪਰਿਵਰਤਨ ਹੁੰਦੇ ਰਹਿੰਦੇ ਹਨ ਮਨੁੱਖ ਦੇ ਵਿਹਾਰ ਵਿੱਚ ਆਏ ਪਰਿਵਰਤਨਾਂ ਦੇ ਰਾਹੀਂ ਵਿਕਾਸ ਦੀ ਗਤੀ ਨੂੰ ਦੇਖਿਆ ਜਾ ਸਕਦਾ ਹੈ ਵਿਅਕਤੀਗਤ ਪਿੰਤਾ ਦਾ ਸਿਧਾਂਤ ਹਰੇਕ ਬੱਚੇ ਦੇ ਵਾਧੇ ਅਤੇ ਵਿਕਾਸ ਦੀ ਗਤੀ ਪਿੰਪਿੰ ਹੁੰਦੀ ਹੈ ਕਿਉਂਕਿ ਉਹ ਹਰ ਬੱਚੇ ਦੇ ਵਾਧੇ ਅਤੇ ਵਿਕਾਸ ਵੱਲ ਜਦ ਵੰਸ਼ ਵਾਤਾਵਰਣ ਸੁੱਧੀ ਅਤੇ ਲਿੰਗ ਦੇ ਪ੍ਰਭਾਵ ਵੱਖ-ਵੱਖ ਪਹਿਲੂਆਂ ਤੇ ਅਸਰ ਪਾਉਂਦੇ ਹਨ ਜੇਕਰ ਦੋ ਜੁੜਾਵੇਂ ਬੱਚਿਆਂ ਨੂੰ ਇੱਕੋ ਜਿਹੀਆਂ ਭੂਗੋਲਿਕ ਪ੍ਰਸਥਿਤੀਆਂ ਇੱਥੋਂ ਤੱਕ ਕਿ ਵਾਤਾਵਰਣ ਵਿੱਚ ਰੱਖਿਆ ਜਾਵੇ ਤਾਂ ਉਹਨਾਂ ਦੇ ਸਰੀਰ ਮਾਨਸਿਕ ਅਤੇ ਸਮਾਜਿਕ ਵਿਕਾਸ ਵਿੱਚ ਵੀ ਅੰਤਰ ਹੁੰਦਾ ਹੈ ਜੋ ਕਿ ਦੋਸਤੋ ਵਿਅਕਤੀਗਤ ਪਿੰਤਾ ਦੇ ਪ੍ਰਭਾਵ ਕਰਨ ਹੁੰਦਾ ਹੈ ਵੰਸ਼ਿਕ ਕੀ ਹੈ ਤਾਂ ਦੋਸਤੋ ਵੰਸ਼ਿਕ ਗੁਣਾ ਦਾ ਉਹ ਵੰਸ਼ਿਕ ਗੁਣਾ ਤੋਂ ਪਾਵ ਉਹ ਗੁਣ ਹੈ ਜੋ ਬੱਚੇ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਅਤੇ ਵੱਡੇ-ਵਡੇਰਿਆਂ ਤੋਂ ਪ੍ਰਾਪਤ ਹੁੰਦੇ ਹਨ ਆਮ ਤੌਰ ਤੇ ਦੋਸਤੋ ਇਹ ਦੇਖਣ ਵਿੱਚ ਆਉਂਦਾ ਹੈ ਕਿ ਲੰਮੇ ਸਮੇਂ ਤੱਕ ਲੰਮੇ ਕੱਦ ਵਾਲੇ ਮਾਤਾ-ਪਿਤਾ ਦੀ ਸੰਤਾਨ ਦਾ ਕੱਦ ਵੀ ਲੰਮਾ ਹੁੰਦਾ ਹੈ ਇਸ ਤੋਂ ਇਲਾਵਾ ਬੱਚੇ ਦੇ ਜੀਵਨ ਦੇ ਹੋਰ ਪਹਿਲੂ ਜਿਵੇਂ ਕਿ ਬੁੱਧੀ ਸੁਭਾਅ ਵਿਹਾਰ ਆਦਿ ਵੀ ਮਾਤਾ-ਪਿਤਾ ਦੇ ਗੁਣਾਂ ਨਾਲ ਹੀ ਮੇਲ ਖਾਂਦੇ ਹਨ ਲਿੰਗ ਅੰਤਰ ਕੀ ਹੈ ਤਾਂ ਦੋਸਤੋ ਦੇਖੋ ਅਨਸਰ ਕੀ ਹੈ ਦਾ ਵੰਸ਼ਿੰਕ ਸੌਰੀ ਲੜਕੀ ਕਿਆਂ ਅਤੇ ਲੜਕਿਆਂ ਦੇ ਸਰੀਰ ਵਿੱਚ ਵਾਧੇ ਅਤੇ ਵਿਕਾਸ ਦੀ ਰਫ਼ਤਾਰ ਵਿੱਚ ਜਿਹੜਾ ਅੰਤਰ ਹੁੰਦਾ ਹੈ ਬਚਪਨ ਤੋਂ ਬਾਲਗ ਅਵਸਥਾ ਤੱਕ ਲੜਕੀਆਂ ਵਿੱਚ ਵਾਧਾ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ਜਿਸ ਕਰਕੇ ਉਹ ਛੇਤੀ ਹੀ ਜਵਾਨ ਹੋ ਜਾਂਦੀਆਂ ਹਨ 18 ਸਾਲ ਦੀ ਉਮਰ ਤੱਕ ਜ਼ਿਆਦਾਤਰ ਲੜਕੀਆਂ ਵਿੱਚ ਵਾਧੇ ਦੀ ਪ੍ਰਕਿਰਿਆ ਮੁਕੰਮਲ ਹੋ ਜਾਂਦੀ ਹੈ ਇਸ ਤੋਂ ਉਲਟ ਲੜਕੀਆਂ ਲੜਕੀਆਂ ਵਿੱਚ ਜਿਹੜਾ ਹੈਗਾ ਉਹ 22 ਸਾਲ ਦੀ ਉਮਰ ਤੱਕ ਵਾਧੇ ਦੀ ਪ੍ਰਕਿਰਿਆ ਚੱਲਦੀ ਹੈ ਚੱਲਦੀ ਰਹਿੰਦੀ ਹੈ 18 ਸਾਲ ਦੀ ਉਮਰ ਤੋਂ ਬਾਅਦ ਲੜਕੇ ਵਾਧੇ ਵਿੱਚ ਲੜਕੀਆਂ ਤੋਂ ਅੱਗੇ ਨਿਕਲ ਜਾਂਦੇ ਹਨ ਅੱਗੇ ਵਾਧੇ ਦੋਸਤੋ ਆਪਣਾ ਸੌਖਿਆ ਤੇ ਅੱਖੇ ਵਾਲੇ ਦੇ ਸਿਧਾਂਤ ਤੋਂ ਕੀ ਭਾਵ ਹੈ ਇਸ ਦਾ ਆਨਸਰ ਕੀ ਹੈਗਾ ਵਾਧੇ ਅਤੇ ਵਿਕਾਸ ਦਾ ਪਹਿਲਾ ਅ ਕਦਮ ਸੌਖਾ ਹੁੰਦਾ ਹੈ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਵਾ ਵਿਕਾਸ ਹੌਲੀ-ਹੌਲੀ ਅਤੇ ਔਖੇ ਵੱਲ ਜਿਹੜਾ ਹੈਗਾ ਵਾ ਦੋਸਤੋ ਕੀ ਹੈ ਉਹ ਵੱਧਦਾ ਹੈ ਜਿਵੇਂ ਕਿ ਬੱਚਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਪਹਿਲਾਂ ਹੱਥ-ਪੈਰ ਮਾਰਦਾ ਹੈ ਇਹ ਕਿਰਿਆ ਵਿਕਾਸ ਅਖਵਾਉਂਦੀ ਹੈ ਇਸ ਤੋਂ ਬਾਅਦ ਜਦੋਂ ਬੱਚਾ ਸਰੀਰਕ ਤੌਰ ਤੇ ਥੋੜਾ ਜਿਹਾ ਪਰਿਪੱਕ ਹੋ ਜਾਂਦਾ ਹੈ ਤਾਂ ਉਹ ਆਪਣੀਆਂ ਉਂਗਲਾਂ ਨਾਲ ਚੀਜ਼ਾਂ ਚੁੱਕਣ ਦਾ ਕੋਸ਼ਿਸ਼ ਕਰਦਾ ਹੈ ਤੇ ਇਹ ਪ੍ਰਕਿਰਿਆ ਨੂੰ ਵਿਸ਼ੇਸ਼ ਵਿਕਾਸ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਛੋਟਾ ਬੱਚਾ ਪਹਿਲਾ ਆਪਣੀ ਜਿਹੜਾ ਹੈਗਾ ਵਾ ਤੋਤਲੀ ਜ਼ੁਬਾਨ ਨਾਲ ਬੋਲਣਾ ਸ਼ੁਰੂ ਕਰਦਾ ਹੈ ਫਿਰ ਕੁਝ ਸਮੇਂ ਬਾਅਦ ਉਹ ਸੋ ਫਸਟ ਬੋਲਣ ਲੱਗ ਜਾਂਦਾ ਹੈ ਇਹ ਵੀ ਵਿਕਾਸ ਦਾ ਹਿੱਸਾ ਹੀ ਹੈ ਅੱਗੇ ਹੈ ਦੋਸਤੋ ਆਪਣਾ ਮੈਜ਼ੋਮੋਰਫ ਜਿਹੜਾ ਹੈਗਾ ਦੋਸਤੋ ਆਪਣਾ ਸਮੈ ਟੋ ਟਾਈਪ ਸਰੀਰ ਕੀ ਹੈ ਤਾਂ ਇਸ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਮਜ਼ਬੂਤ ਸੁਡੋਲ ਅਤੇ ਆਕਰਸ਼ਕ ਮਾਸਪੇਸ਼ੀਆਂ ਵਾਲਾ ਹੁੰਦਾ ਹੈ ਇਹਨਾਂ ਵਿਅਕਤੀਆਂ ਦੀ ਛਾਤੀ ਅਤੇ ਮੋਢੇ ਚੌੜੇ ਹੁੰਦੇ ਹਨ ਇਹ ਵਿਅਕਤੀ ਫੁਰਤਿੱਲੇ ਹੁੰਦੇ ਹਨ ਇਹ ਵਿਅਕਤੀ ਸਹਾਸੀ ਉਤਸ਼ਾਹੀਤ ਅਤੇ ਦਲੇਰ ਹੁੰਦੇ ਹਨ ਕੋਈ ਵੀ ਸਮੱਸਿਆ ਆਉਣ ਵਾਲੇ ਤੇ ਇਹ ਜਿਹੜਾ ਹੈਗਾ ਜਿਆਦਾ ਸਰਗਰਮ ਹੁੰਦੇ ਹਨ ਇਸ ਕਿਸਮ ਦੇ ਵਿਅਕਤੀਆਂ ਦੀ ਜਿਹੜੀ ਹੈਗੀ ਗਰਦਨ ਬਹੁਤ ਹੀ ਮਜ਼ਬੂਤ ਅਤੇ ਲੰਬੀ ਹੁੰਦੀ ਹੈ ਇਸੇ ਤਰ੍ਹਾਂ ਦੇ ਵਿਅਕਤੀ ਦੀ ਹੱਡੀਆਂ ਮਜ਼ਬੂਤਾਂ ਮਜ਼ਬੂਤ ਹੁੰਦੀਆਂ ਹਨ ਇਹੋ ਜਿਹੇ ਵਿਅਕਤੀਆਂ ਨੂੰ ਆਲ ਰੌਂਡਰ ਵੀ ਕਿਹਾ ਜਾਂਦਾ ਹੈ ਬਾਲ ਅਵਸਥਾ ਤੋਂ ਕੀ ਪਵ ਹੈ ਸ਼ਿਸ਼ੂ ਕਾਲ ਤੋਂ ਨਿਕਲ ਕੇ ਬੱਚਾ ਜਦੋਂ ਬਾਲਵਸਥਾ ਵਿੱਚ ਦਾਖਲ ਹੁੰਦਾ ਹੈ ਇਸ ਅਵਸਥਾ ਦਾ ਸਮਾ 6 ਸਾਲ ਤੋਂ ਜਿਹੜਾ ਹੈਗਾ ਬੱਚੇ ਸਾਲ ਦੀ ਰੁਚੀਆਂ ਜਨਮ ਸੌਰੀ ਸੌਰੀ ਇਸ ਅਵਸਥਾ ਦਾ ਸਮਾ 6 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 12 ਸਾਲ ਦੀ ਉਮਰ ਤੱਕ ਮੰਨਿਆ ਜਾਂਦਾ ਹੈ ਇਸ ਅਵਸਥਾ ਵਿੱਚ ਬੱਚੇ ਵਿੱਚ ਕਲਾਤਮਕ ਨੁਤਕੀਆਂ ਜਨਮ ਲੈਂਦੀਆਂ ਹਨ ਅਤੇ ਉਹ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਤੇ ਬੱਚੇ ਬੱਚੇ ਦੀ ਜਿਹੜੀ ਹੈਗੀ ਹੈ ਖੇਡਾਂ ਪ੍ਰਤੀ ਰੁਚੀ ਵਿੱਚ ਵੀ ਵਾਧਾ ਹੁੰਦਾ ਹੈ ਠੀਕ ਹੈ ਜੀ ਤੇ ਉਸ ਦਾ ਜਿਹੜਾ ਹੈ ਕਿ ਜ਼ਿਆਦਾਤਰ ਸਮਾਂ ਜਿਹੜਾ ਹੈ ਕਿ ਨਵੀਆਂ ਖੇਡਾਂ ਸਿੱਖਣ ਅਤੇ ਖੇਡਣ ਵਿੱਚ ਬਤੀਤ ਹੁੰਦਾ ਹੈ ਉਮਰ ਦੇ ਇਸ ਪੜਾਅ ਤੱਕ ਲੜਕੇ ਅਤੇ ਲੜਕੀਆਂ ਵਿੱਚ ਸਰੀੜਕ ਵਾਧਾ ਅਤੇ ਵਿਕਸਿਤ ਵਿਕਾਸ ਜਿਹੜਾ ਹੈ ਕਿ ਤਕਰੀਬਨ ਇੱਕਸਾਰ ਹੁੰਦਾ ਹੈ ਸ਼ਿਸ਼ੂ ਕਾਲ ਦੇ ਵਿੱਚ ਕੀ ਤੁਹਾਨੂੰ ਅਸੀਂ ਦੱਸਿਆ ਹੀ ਆ ਕਿ ਜਨਮ ਤੋਂ ਲੈ ਕੇ 6 ਸਾਲ ਤੱਕ ਦੀ ਉਮਰ ਨੂੰ ਹੀ ਜਿਹੜਾ ਹੈਗਾ ਸ਼ਿਸ਼ੂ ਕਾਲ ਦਾ ਸਮਾਂ ਕਿਹਾ ਜੰਨਤ ਕਿਹਾ ਜਾਂਦਾ ਹੈ ਜਾਂ ਫਿਰ ਮੰਨਿਆ ਜਾਂਦਾ ਹੈ ਇਸ ਕਾਲ ਦੌਰਾਨ ਬੱਚਾ ਪੂਰਾ ਤਰ੍ਹਾਂ ਆਪਣੇ ਮਾਤਾ ਪਿਤਾ ਉੱਪਰ ਹੀ ਨਿਰਭਰ ਹੁੰਦਾ ਹੈ ਉਸ ਦਾ ਜਿਹੜਾ ਹੈਗਾ ਜ਼ਿਆਦਾ ਸਮਾਂ ਆਪਣੇ ਪਰਿਵਾਰ ਦੇ ਵਿੱਚ ਹੀ ਬਿਤਾਇਆ ਹੁੰਦਾ ਹੈ ਉਸ ਦਾ ਪਰਿਵਾਰ ਹੀ ਉਸ ਦਾ ਜਿਹੜਾ ਹੈਗਾ ਪਹਿਲਾ ਸਮਾਜ ਹੈ ਇਹੀ ਅਵਸਥਾ ਬੱਚੇ ਦੇ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੈ ਵਿਕਾਸ ਦੀ ਗਤੀ ਤੇਜ਼ ਹੋਣ ਕਾਰਨ ਉਹ ਆਪਣੇ ਆਲੇ ਦੁਆਲੇ ਤੋਂ ਬਹੁਤੀ ਕੁਝ ਸਿੱਖਦਾ ਹੈ ਟੈਸਟ ਕੀ ਹੈ ਤਾਂ ਦੋਸਤੋ ਖਿਡਾਰੀ ਦੀ ਪ੍ਰਗਤੀ ਅਤੇ ਕੋਚ ਦੀ ਸਿਖਲਾਈ ਦਾ ਪੱਧਰ ਜਾਣਨ ਲਈ ਟੈਸਟ ਬਹੁਤ ਹੀ ਜ਼ਰੂਰੀ ਹੈ ਜਾਂਚ ਜਾਂ ਫਿਰ ਟੈਸਟ ਉਹ ਉਜਾਰ ਹੈ ਜਿਸ ਵਿੱਚ ਜਿਸ ਦੀ ਸਹਾਇਤਾ ਨਾਲ ਅਸੀਂ ਖਿਡਾਰੀ ਦੀਆਂ ਸਰੀਰਕ ਯੋਗਤਾਵਾਂ ਮਾਨਸਿਕ ਪੱਧਰ ਅਤੇ ਖੇਡ ਕੁਸ਼ਲਤਾਵਾਂ ਵਿੱਚ ਹੋਏ ਸੁਧਾਰ ਬਾਰੇ ਪਤਾ ਕਰ ਸਕਦੇ ਹਾਂ ਮਨੋਵਿਗਿਆਨਿਕ ਜਾਂਚ ਕੀ ਹੈ ਤਾਂ ਮਨੋਵਿਗਿਆਨਿਕ ਜਾਂਚ ਸੌਰੀ ਵਿਅਕਤੀ ਦੇ ਮਾਨਸਿਕ ਅਤੇ ਵਿਵਹਾਰਿਕ ਗੁਣਾਂ ਦਾ ਉਦੇਸ਼ ਅੱਜ ਦਾ ਕੀ ਹੈ ਮਾਣਕ ਮਾਪ ਹੈ ਮਨੋਵਿਗਿਆਨਿਕ ਪ੍ਰਕਿਰਿਆ ਵਿੱਚ ਠੀਕ ਹੈ ਜੀ ਕੀ ਹੈ ਤਰਤੀ ਹਾਂਜੀ ਤਰਤੀ ਤਰਤੀਤਾ ਵਿਧੀ ਠੀਕ ਹੈ ਜੀ ਕੀ ਲਿਖਿਆ ਹੋਇਆ ਹੈ ਦੋਸਤੋ ਤਾਂ ਦੋਸਤੋ ਇੱਥੇ ਤਰਤੀਤਾ ਨਹੀਂ ਇਹ ਤਰਤੀਬ ਜਿਹੜਾ ਹੈਗਾ ਦੋਸਤੋ ਤਰਤੀਬਤਾ ਵਿਧੀ ਹੋਏਗਾ ਤਰ ਤੀ ਪਤਾ ਠੀਕ ਹੈ ਜੀ ਇਹ ਹੋਏਗਾ ਜੋ ਕਿ ਵਿਅਕਤੀ ਦੇ ਵਿਹਾਰ ਨੂੰ ਨਿਰਧਾਰਿਤ ਕਰਨ ਦੇ ਨਾਲ ਨਾਲ ਸੰਖਿਆਤਮਕ ਵਰਗੀਕਰਤ ਪ੍ਰਣਾਲੀ ਨੂੰ ਵੀ ਜੋੜਦੀ ਹੈ ਖਿਡਾਰੀਆਂ ਦੇ ਮਾਨਸਿਕ ਪੱਧਰ ਦਾ ਪਤਾ ਲਗਾਉਣ ਅਤੇ ਖਿਡਾਰੀਆਂ ਦੇ ਮਨ ਵਿੱਚ ਖੇਡ ਦੀ ਜਿਹੜੀ ਹੈਗੀ ਜਿੱਤ ਹਾਰ ਨੂੰ ਲੈ ਕੇ ਪੈਦਾ ਹੋਏ ਅੰਡਰ ਦਾ ਪਤਾ ਲਗਾਉਣ ਲਈ ਕਈ ਪ੍ਰਕਾਰ ਦੇ ਟੈਸਟ ਤਿਆਰ ਕੀਤੇ ਗਏ ਹਨ ਇਹ ਟੈਸਟ ਲਿਖਤੀ ਰੂਪ ਵਿੱਚ ਹੁੰਦੇ ਹਨ ਜਿਨ੍ਹਾਂ ਵਿੱਚ ਬਹੁ ਵਿਕਲਪੀ ਉਤਰਾਂ ਵਾਲੇ ਕਈ ਪ੍ਰਸ਼ਨ ਹੁੰਦੇ ਹਨ ਖਿਡਾਰੀ ਦੀ درجہਬੰਦੀ ਤੋਂ ਕੀ ਭਾਵ ਹੈ ਖਿਡਾਰੀ ਦੀ ਸਮਾਜ ਵਿੱਚ ਜਿਹੜੀ ਹੈਗੀ ਆਪਣੀ ਹੀ ਵੱਖਰੀ ਪਛਾਣ ਹੁੰਦੀ ਹੈ ਇਹ ਪਛਾਣ ਖਿਡਾਰੀਆਂ ਦੀ ਕਈ ਸਾਲਾਂ ਤੱਕ ਮੈਨੇਜ ਦਾ ਨਤੀਜਾ ਹੁੰਦੀ ਹੈ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ درجہਬੰਦੀ ਟੈਸਟ ਮਿੰਤੀ ਅਤੇ ਮੁਲਾਂਕਣ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਫੁੱਟਬਾਲ ਦੇ ਵਰਲਡ ਕੱਪ ਦੌਰਾਨ 골ਡਨ ਬੂਟ ਦਾ ਇਨਾਮ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਸੰਸਾਰ ਦੇ ਸਾਰੇ ਹੀ ਖਿਡਾਰੀਆਂ ਦੀ درجہਬੰਦੀ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਕੀਤੀ ਜਾਂਦੀ ਹੈ ਖਿਡਾਰੀਆਂ ਦੀ درجہਬੰਦੀ ਕਰਨ ਲਈ ਖਿਡਾਰੀਆਂ ਦੇ ਪੁਰਾਣੇ ਅਤੇ ਮੌਜੂਦਾ ਰਿਕਾਰਡ ਦੀ ਲੋੜ ਹੁੰਦੀ ਹੈ ਗਤੀ ਟੈਸਟ ਤੇ ਜਿਹੜਾ ਹੈਗਾ ਵਾ ਚਿੰਨਪ ਟੈਸਟ ਬਾਰੇ ਕੀ ਜਾਣਦੇ ਹੋ ਤਾਂ ਦੇਖੋ ਕਿ ਇਹ ਗਤੀ ਟੈਸਟ ਕੀ ਹੈ ਤਾਂ ਇਹ ਟੈਸਟ ਦੀ ਵਰਤੋਂ ਖਿਡਾਰੀ ਦੀ ਗਤੀ ਦਾ ਨਿਰਖਣ ਕਰਨ ਲਈ ਕੀਤੀ ਜਾਂਦੀ ਹੈ ਇਸ ਟੈਸਟ ਵਿੱਚ ਖਿਡਾਰੀ ਨੂੰ 50 ਗੱਜ ਦੀ ਦੂਰੀ ਦੀ ਦੌੜ ਪੂਰੀ ਤੇਜ਼ੀ ਨਾਲ ਜਿਹੜੀ ਹੈਗੀ ਆ ਗਤੀ ਪੂਰੀ ਤੇਜ਼ੀ ਗਤੀ ਨਾਲ ਜਿਹੜੀ ਹੈਗੀ ਆ ਲਗਾਉਣ ਲਈ ਕਿਹਾ ਜਾਂਦਾ ਹੈ ਖਿਡਾਰੀ ਦੇ ਦੌੜ ਸ਼ੁਰੂ ਕਰਨ ਤੋਂ ਖਤਮ ਕਰਨ ਤੱਕ ਦਾ ਸਮਾਂ ਜਿਹੜਾ ਹੈਗਾ ਸਕਿੰਡਾਂ ਵਿੱਚ ਦਰਜ ਕੀਤਾ ਜਾਂਦਾ ਹੈ ਚਿਨ-ਅਪ ਟੈਸਟ ਤਾਂ ਇਸੇ ਟੈਸਟ ਰਾਹੀਂ ਜਿਹੜਾ ਹੈਗਾ ਖਿਡਾਰੀਆਂ ਦੀ ਬਾਹਾਂ ਮੋਡਿਆਂ ਤੇ ਬਾਹਾਂ ਅਤੇ ਮੋਡਿਆਂ ਦੀ ਤਾਕਤ ਦਾ ਜਿਹੜਾ ਹੈਗਾ ਪਤਾ ਲਗਾਉਣ ਲਈ ਲਗਾਇਆ ਜਾਂਦਾ ਹੈ ਅਤੇ ਇਸ ਵਿੱਚ ਖਿਡਾਰੀ ਇੱਕ ਲੋਹੇ ਦੀ ਰਾਡ ਨਾਲ ਲਟਕਦਾ ਹੋਇਆ ਬਹਾਂ ਨਾਲ ਪੂਰੇ ਸਰੀਰ ਉੱਪਰ ਚੁੱਕ ਕੇ ਜਿਹੜਾ ਹੈਗਾ ਵਾ ਡੰਡ ਮਾਰਦਾ ਹੈ ਠੀਕ ਹੈ ਜੀ ਚਿੱਤੇ ਰਹੇ ਡੰਡ ਮਾਰਦੇ ਸਮੇ ਜਿਹੜਾ ਹੈਗਾ ਖਿਡਾਰੀ ਦੇ ਪੈਰ ਹਵਾ ਵਿੱਚ ਹੋਣੇ ਚਾਹੀਦੇ ਹਨ ਅਤੇ ਠੰਡੀ ਲੋਹੇ ਦੀ ਰਾਡ ਤੋਂ ਉੱਪਰ ਜਾਣੀ ਚਾਹੀਦੀ ਹੈ ਖਿਡਾਰੀ ਵੱਲੋਂ ਮਾਰੇ ਗਏ ਕੁੱਲ ਡੰਡਾਂ ਦੀ ਜਿਹੜੀ ਹੈਗੀ ਗਿਣਤੀ ਦੇ ਆਧਾਰ ਤੇ ਪਰਖ ਕੀਤੀ ਜਾਂਦੀ ਹੈ ਤਾਂ ਇਹ ਤੁਹਾਡਾ ਆਨਸਰ ਹੋ ਜਾਵੇਗਾ ਉਸ ਤੋਂ ਬਾਅਦ ਹੈ ਆਪਣਾ ਦੋਸਤ ਪ੍ਰਸ਼ਨ ਕੀ ਹੈ ਇੱਥੇ ਦੇਖ ਲਓ ਪ੍ਰਸ਼ਨ ਇੱਥੇ ਆਪਣਾ ਤਾਂ ਦੋਸਤੋ ਤੁਸੀਂ ਆਪਣਾ ਇਹ ਅਗਲਾ ਪ੍ਰਸ਼ਨ ਰੀਡ ਕਰ ਸਕਦੇ ਹੋ ਕੀ ਹੈ ਬ੍ਰਾਡ ਜੰਪ ਦੀ ਵਿਆਖਿਆ ਕਰੋ ਬ੍ਰਾਡ ਜੰਪ ਕਰਨ ਲਈ ਖਿਡਾਰੀ ਨੂੰ ਆਪਣੇ ਪੈਰਾਂ ਨੂੰ ਮੁੱਢਿਆ ਦੀ ਚੜਾਈ ਚੜਾਈ ਦੇ ਅਨੁਸਾਰ ਖੋਲ ਕੇ ਖੜਨਾ ਹੁੰਦਾ ਹੈ ਠੀਕ ਹੈ ਜੀ ਮਨੋਵਿਗਿਆਨਿਕ ਟੈਸਟ ਕੀ ਹਨ ਇਸ ਦਾ ਆਨਸਰ ਰੀਡ ਕਰ ਸਕਦੇ ਹੋ ਦੋਸਤੋ ਇਹ ਲਿਖਿਆ ਹੋਇਆ ਹੈ ਇੱਥੇ ਉਸ ਤੋਂ ਬਾਅਦ ਮਿੰਤੀ ਤੋਂ ਕੀ ਭਾਵ ਹੈ ਠੀਕ ਹੈ ਜੀ ਮਿੰਤੀ ਜਾਂਚ ਤੋਂ ਬਾਅਦ ਖਿਡਾਰੀ ਦੇ ਪ੍ਰਾਪਤ ਅੰਕੜਿਆਂ ਦੇ ਰਿਕਾਰਡ ਰੱਖਣ ਮਿੰਤੀ ਅਖਵਾਉਂਦਾ ਹੈ ਮੁਲਾਂਕਣ ਨੂੰ ਪ੍ਰਭਾਸ਼ਿਤ ਕਰੋ ਮੁਲਾਂਕਣ ਫੈਸਲਾ ਜਾਂ ਫੈਸਲਾ ਕਰਨ ਜਾਂ ਫਿਰ ਕਿਸੇ ਵਸਤੂ ਦੇ ਗੁਣ ਅਤੇ ਰਾਸ਼ੀ ਮੁੱਲ ਨੂੰ ਨਿਰਧਾਰਿਤ ਕਰਨ ਦੀ ਪ੍ਰਕਿਰਿਆ ਹੈ ਉਸ ਤੋਂ ਬਾਅਦ ਦੋਸਤੋ ਕੀਏ تھے ਤੁਸੀਂ ਇਹਦਾ ਅਨਸਰ ਵੀ ਰੀਡ ਕਰ ਸਕਦੇ ਹੋ ਤੁਸੀਂ ਇੱਕ ਖਿਡਾਰੀ ਦੀ ਸਰੀਰਕ ਯੋਗਤਾ ਦੀ ਪਛਾਣ ਜਿਹੜਾ ਹੈਗਾ ਕਿਵੇਂ ਕਰ ਸਕਦੇ ਹੋ ਖਿਡਾਰੀ ਦੀ ਗਤੀ ਸაგਤ ਦਮ ਅਤੇ ਲਚਕਤਾ ਤੇ ਤਾਲਮੇਲ ਦੀ ਸਰੀਰਕ ਯੋਗਤਾ ਦੇ ਅਜਿਹੇ ਅੰਗ ਹਨ ਜੋ ਸਿਖਲਾਈ ਅਤੇ ਮੁਕਾਬਲੇ ਦੌਰਾਨ ਖਿਡਾਰੀ ਨੂੰ ਖੇਡਣ ਵਿੱਚ ਮਦਦ ਕਰਦੇ ਹਨ ਮਿੰਤੀ ਅਤੇ ਮੁਲਾਂਕਣ ਟੈਸਟ ਦੀ ਤਕਨੀਕਾਂ ਰਾਹੀਂ ਖਿਡਾਰੀ ਦੀ ਸਰੀਰਕ ਯੋਗਤਾ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਟੋਕੀਓ 올림픽 ਖੇਡਾਂ ਗੁਰਵਚਨ ਸਿੰਘ ਲਈ ਕਿਵੇਂ ਅਹਿਮ ਸਾਬਿਤ ਹੋਈਆਂ ਟੋਕੀਓ 올림픽 ਖੇਡਾਂ ਗੁਰਵਚਨ ਸਿੰਘ ਦੇ ਖੇਡ ਜੀਵਨ ਨੂੰ ਬਹੁਤ ਹੀ ਅਹਿਮ ਸਾਬਿਤ ਹੋਈਆਂ 올림픽 ਖੇਡਾਂ ਦੇ ਇਤਿਹਾਸ ਵਿੱਚ 110 ਮੀਟਰ ਹਰਡਲਜ਼ ਦੇ ਜਿਹੜੇ ਹੈਗੇ ਆ ਹਾਂ ਹਾਂਜੀ ਹਰ ਜਿਹੜੇ ਹੈਗੇ ਦੋਸਤੋ ਆਪਣਾ ਹਰਡਲਜ਼ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਉਹ ਪਹਿਲਾ ਏਸ਼ੀਆਈ ਖਿਡਾਰੀ ਸੀਗਾ ਏਸ਼ੀਆ ਦਾ ਠੀਕ ਹੈ ਜੀ ਦੋਸਤੋ ਇੱਥੇ ਜਿਹੜਾ ਹੈਗਾ ਜਿਸ ਨੂੰ ਆਪਾਂ ਹਰਡਲਜ਼ ਨਹੀਂ ਇਸ ਨੂੰ ਆਪਾਂ ਬੋਲਾਂਗੇ ਹਰਡਲਜ਼ ਠੀਕ ਹੈ ਜੀ ਹਰਡਲਸ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਉਹ ਏਸ਼ੀਆਈ ਖਿਡਾਰੀ ਸੀ ਫਾਈਨਲ ਮੁਕਾਬਲੇ ਵਿੱਚ ਜਿਹੜਾ ਹੈਗਾ ਭਾਵੇਂ ਉਹ ਕੋਈ ਤਮਗਾ ਪ੍ਰਾਪਤ ਨਾ ਕਰ ਸਕਿਆ ਪਰ ਇਹ 14 ਸਕਿੰਡਾਂ ਦੇ ਸਮੇਂ ਨਾਲ ਉਹ ਪੰਜਵਾਂ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਉਸ ਨੇ ਰਾਸ਼ਟਰੀ ਏਸ਼ੀਆਈ ਅਤੇ ਰਾਸ਼ਟਰ ਜਿਹੜੇ ਹੈਗਾ ਵਾ ਮੰਡਲ ਖੇਡ ਦਾ ਨਵਾਂ ਰਿਕਾਰਡ ਸਥਾਪਿਤ ਕਰ ਲਿਆ ਗੁਰਵਚਨ ਸਿੰਘ ਦੇ ਮੋਢਲੇ ਜੀਵਨ ਬਾਰੇ ਲਿਖੋ ਤਾਂ ਗੁਰਵਚਨ ਸਿੰਘ ਰੰਦਾਵਾ ਦਾ ਜਨਮ 6 ਜੂਨ 9039 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ ਨੇੜੇ ਮਹਿਤਾ ਵਿਖੇ ਜਿਹੜਾ ਹੈਗਾ ਪਿਤਾ ਮੇਜਰ ਟਹਿਲ ਸਿੰਗਰਨ ਦਾਵਾ ਦੇ ਗ੍ਰਹਿ ਮਾਤਾ ਤਨਵੰਤ ਕੌਰ ਦੀ ਕੁੱਖੋਂ ਹੋਇਆ ਉਸਦੇ ਪਿਤਾ ਅਤੇ ਵੱਡਾ ਭਰਾ ਹਰਭਜਨ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਐਥਲੀਟ ਸਨ ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਾਰਨ ਗੁਰਵਚਨ ਸਿੰਘ ਨੂੰ ਖੇਡਾਂ ਵਿਰਾਸਤ ਵਿੱਚੋਂ ਹੀ ਪ੍ਰਾਪਤ ਹੋਈਆਂ ਗੁਰਵਚਨ ਸਿੰਘ ਨੇ ਵਾਲੀਬॉल ਫੁੱਟਬਾਲ ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਗੁਰਵਚਨ ਨੇ ਆਪਣਾ ਐਥਲੈਟਿਕਸ ਕੈਰੀਅਰ ਮਹਿਲਾ ਸੌਰੀ ਮਹਿਤਾ ਨੰਗਲ ਦੇ ਹਾਈ ਸਕੂਲ ਤੋਂ ਸ਼ੁਰੂ ਕੀਤਾ ਠੀਕ ਹੈ ਤੇ ਸਕੂਲੀ ਬਦਰਤੇ ਉਹ ਜਿਹੜਾ ਹੈਗਾ ਕੀ ਹੈ ਉੱਤੇ ਉਹ ਜ਼ਿਲ੍ਹਾ ਖੇਡ ਦਾ ਜੇਤੂ ਬਣਿਆ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਗੁਰਬਜ ਜਿਹੜਾ ਹੈਗਾ ਦੋਸਤੋ ਗੁਰਬਚਨ ਸਿੰਘ ਰਣਦਾਵਾ ਜਿਹੜਾ ਹੈਗਾ ਵਾ ਦੋਸਤੋ ਗੁਰਬਚਨ ਸਿੰਘ ਰਣਦਾਵਾ ਭਾਰਤੀ ਐਥਲੈਟਿਕਸ ਦਾ ਮਹਾਨ ਐਥਲੀਟ ਕਿਵੇਂ ਬਣਿਆ ਰਣਦਾਵਾ ਚੋਟੀ ਦਾ ਜਿਹੜਾ ਹੈਗਾ ਦੋਸਤੋ ਕੀ ਹੈ ਉਹ ਸੀਗਾ ਦੋਸਤੋ ਆਪਣਾ ਡਿਕੇ ਥਲੀਟ ਸੀ ਠੀਕ ਹੈ ਜੀ ਜਿਹੜਾ ਹੈਗਾ ਦੋਸਤੋ ਰਣਦਾਵਾ ਜਿਹੜਾ ਹੈਗਾ ਚੋਟੀ ਦਾ ਜਿਹੜਾ ਹੈਗਾ ਡਿਕਲੇਥਿਕ ਸੀ ਤੇ ਐਥਲੀਟਿਕ ਸੀ ਜਾਂ ਫਿਰ ਦੋਸਤੋ ਜਿਹੜਾ ਹੈਗਾ ਵਾ ਡਿਕਲੇਥਿਕ ਇੱਥੇ ਲਿਖਿਆ ਹੋਇਆ ਵਾ ਐਥਲੀਟਿਕ ਲਿਖਿਆ ਹੋ ਤੁਸੀਂ ਜਿਸ ਨੇ ਜਿਹੜਾ ਹੈਗਾ ਦੋਸਤੋ ਕੀ ਹੈ ਡਿਕੇ ਡਿਕੇ ਥਲਨ ਕਰਦਿਆਂ ਏਸ਼ੀਆ ਦੇ ਜਿਹੜਾ ਹੈਗਾ ਵਾ ਬੈਸਟ ਐਥਲੀਟ ਦਾ ਕਿਤਾਬ ਜਿੱਤਿਆ ਠੀਕ ਹੈ ਜੀ डिकलेथन डिकलेथन ही लिखे थे दोस्तों डिक्लेथिट या फिर दोस्तों जिसने जोड़ा है व कर दिया जो एशिया का बेस्ट अथलीट का किताब जितया हडल दौड़ उस दा कोई जो है वा सानी नहीं सी ठीक है जी वह सही मान्या विच है दोस्तों सही ऑलराउंडर एथलीट रहा ठीक है जड़ा दौड़ा ते जो है दोस्तों अपना ਅੰਬਰੋਵਾਂ ਵਿੱਚ ਨਿਪੁੰਨ ਸੀ ਥਰੋਵਾਂ ਵਿੱਚ ਠੀਕ ਹੈ ਜੀ ਥਰੋਵਾਂ ਵਿੱਚ ਉਹ ਨਿਪੁੰਨ ਸੀ ਇੰਜ ਮਹਿਸੂਸ ਹੁੰਦਾ ਸੀ ਕਿ ਉਹ ਹਰਡਲਸ ਦੌੜ ਕੇ ਨਹੀਂ ਸਗੋ ਉੜ ਕੇ ਪਾਰ ਕਰਤਾ ਸੀ 1962 ਜਕਾਰਤਾਸ਼ੀਆ ਖੇਡਾਂ ਤੋਂ ਪਹਿਲਾਂ ਰਣਦਾਵਾ ਦੀਆਂ ਉਪਲਬਧੀਆਂ ਬਾਰੇ ਲਿਖੋ ਤਾਂ 1962 ਵਿੱਚ ਜਕਾਰਤਾਸ਼ੀਆ ਖੇਡਾਂ ਤੋਂ ਸਵਾ ਮਹੀਨਾ ਪਹਿਲਾਂ ਬੰਗਲੌਰ ਵਿਖੇ ਭਾਰਤੀ ਐਥਲੈਟਿਕਸ ਨੇ ਟ੍ਰਾਇਲ ਵਿੱਚ ਗੁਰਵਚਨ ਸਿੰਘ ਦੇ 2 ਦਿਨ ਵਿੱਚ 4 9 110 ਮੀਟਰ ਹਰਡਲਸ ਉੱਚੀ ਛਾਲ ਜੈਵਲਿਨ ਥਰੋ ਅਤੇ ਜਿਹੜਾ ਹੈਗਾ ਡਿਕਲੇਥਨ ਕੌਮੀ ਰਿਕਾਰਡ ਬਣਾ ਕੇ ਖੇਡ ਹਲਕਿਆਂ ਵਿੱਚ ਜਿਹੜਾ ਹੈਗਾ ਬੱਤਰ ਥੱਲੀ ਮਚਾ ਦਿੱਤੀ ਇਹ ਰਿਕਾਰਡ ਐਥਲੈਟਿਕਸ ਦੀਆਂ ਤਿੰਨੋਂ ਬਣਗੀਆਂ ਹਾਂਜੀ ਤਿੰਨੋਂ ਬਣਗੀਆਂ ਦੌੜਾਂ ਥਰੋਆਂ ਤੇ ਛਾਲਾਂ ਵਿੱਚ ਬਣਾਏ ਗਏ ਸਨ ਗੁਰਵਚਨ ਸਿੰਘ ਨੇ ਦਾਵਾ ਦੇ ਯੂਰਪ ਦੌਰੇ ਬਾਰੇ ਲਿਖੋਤਾ ਟੋਕੀਓ 올림픽 ਮਨ ਖੇਡਾਂ ਤੋਂ ਪਹਿਲਾਂ ਭਾਰਤੀ ਐਥਲੈਟਿਕ ਟੀਮ ਨਾਲ ਗੁਰਵਚਨ ਸਿੰਘ ਯੂਰਪ ਦੇ ਦੌਰੇ ਉੱਤੇ ਗਿਆ ਯੂਰਪ ਦੌਰੇ ਮੌਕੇ ਉਸ ਨੂੰ ਨੌ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ 8 ਮੁਕਾਬਲੇ ਜਿੱਤ ਕੇ ਉਸਨੇ ਆਪਣੀ 올림픽ਸ ਦੀ ਤਿਆਰੀ ਨੂੰ ਸਿਖਰ ਉੱਤੇ ਪਹੁੰਚਾ ਦਿੱਤਾ ਗੁਰਵਚਨ ਸਿੰਘ ਦੀ ਜਿਹੜੀ ਹੈਗੀ ਟੋਕੀਓ ਜਿਹੜਾ ਹੈਗਾ ਉਪਲਬਧੀ ਬਾਰੇ ਦੱਸੋ ਤਾਂ ਟੋਕੀਓ ਸ਼ਹਿਰ ਵਿੱਚ ਹੋਈ 올림픽 ਖੇਡਾਂ ਵਿੱਚ ਗੁਰਵਚਨ ਸਿੰਘ ਨੂੰ ਭਾਰਤੀ ਖੇਡ ਦਾ ਜਿਹੜਾ ਹੈਗਾ ਕਪਤਾਨ ਜਿਹੜਾ ਹੈਗਾ ਵਾ ਝੰਡਾ ਹਾਂਜੀ ਝੰਡਾ ਬਰਦਾਰ ਬਣਾਇਆ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੈ ਜਿਸ ਨੇ ਉਦਘਾਟਨੀ ਸਮਾਰੋਹ ਵਿੱਚ ਤਿਰੰਗਾ ਝੰਡਾ ਫੜਾ ਕੇ ਖਿਡਾਰੀਆਂ ਦੀ ਅਗਵਾਈ ਕੀਤੀ 110 ਮੀਟਰ ਹਰਡਲਸ ਦੇ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲਾ ਉਹ ਪਹਿਲਾ ਏਸੀਆਈ ਖਿਡਾਰੀ ਸੀ ਭਾਵੇਂ ਉਹ ਕੋਈ ਤਮਗਾ ਪ੍ਰਾਪਤ ਨਾ ਕਰ ਸਕਿਆ ਪਰ 14 ਸੈਕਿੰਡਾਂ 14 ਸੈਕਿੰਡ ਦੇ ਸਮੇਂ ਨਾਲ ਪੰਜਵਾਂ ਸਥਾਨ ਪ੍ਰਾਪਤ ਕਰ ਗਿਆ ਗੁਰਵਚਨ ਸਿੰਘ ਦੁਆਰਾ ਜਿਹੜਾ ਹੈਗਾ ਵਿਪਿੰਨ ਕੌਮੀ ਪੱਧਰਾ ਦੇ ਮੁਕਾਬਲੇਾਂ ਤੋ ਜਿੱਤੇ ਤਮਗਿਆਂ ਬਾਰੇ ਲਿਖੋ ਗੁਰਵਚਨ ਸਿੰਘ ਰਣਦਾਵਾ ਨੇ ਇੰਟਰਨੈਸ਼ਨਲ ਓਪਨ ਨੈਸ਼ਨਲ ਅਤੇ ਆਲ ਇੰਡੀਆ ਪੁਲਿਸ ਮੁਕਾਬਲਿਆਂ ਨੂੰ ਮਿਲਾ ਕੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ 34 ਜਿਹੜੇ ਹੈਗਾ ਵਾ ਮੋਨ ਤਗ ਜਿਹੜੇ ਹੈਗੇ ਆ ਮੋਨ ਤਮਗੇ ਜਿੱਤੇ ਜਿਨ੍ਹਾਂ ਵਿੱਚੋਂ ਇਕੱਲੇ ਪੁਲਿਸ ਖੇਡਾਂ ਵਿੱਚ 22 ਮੋਨ ਤਮਗੇ ਸ਼ਾਮਿਲ ਹਨ 110 ਮੀਟਰ ਹਰਡਲਸ ਵਿੱਚ ਬਣਾਈਆਂ ਉਸ ਦਾ ਜਿਹੜਾ ਹੈ ਕੌਮੀ ਰਿਕਾਰਡ 37 ਸਾਲ ਅਤੇ ਕੌਮੀ ਰਿਕਾਰਡ 12 ਸਾਲ ਜਿਹੜਾ ਹੈਗਾ ਬਾਕੀ ਹੈ ਬਰਕਰਾਰ ਰਿਹਾ 9 ਫੁੱਟ ਖਾਈ ਟੈਸਟ ਕੀ ਹੈ ਤਾਂ ਇਸ ਟੈਸਟ ਵਿੱਚ ਉਮੀਦਵਾਰ ਨੂੰ 9 ਫੁੱਟ ਦੀ ਖਾਈ ਨੂੰ ਜੰਪ ਕਰਕੇ ਪਾਰ ਕਰਨਾ ਹੁੰਦਾ ਹੈ ਖਾਈ ਮਾਰਨ ਜਿਹੜਾ ਹੈਗਾ ਵਾ ਖਾਈ ਪਾਰ ਕਰਨ ਵਾਲੇ ਉਮੀਦਵਾਰ ਨੂੰ ਅਗਲੇ ਟੈਸਟ ਲਈ ਯੋਗ ਮੰਨੇ ਜਾਂਦੇ ਹਨ ਤੇ ਇਸ ਟੈਸਟ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ ਹੈ ਸਿਰਫ ਟੈਸਟ ਪਾਸ ਕਰਨਾ ਲਾਜ਼ਮੀ ਹੁੰਦਾ ਹੈ ਪੰਜਾਬ ਸਰਕਾਰ ਦੁਆਰਾ ਸੈਨਾ ਵਿੱਚ ਭਰਤੀ ਅ ਲਈ ਜਿਹੜਾ ਹੈਗਾ ਬਾ ਚਲਾਏ ਜਾਣ ਵਾਲੇ ਆਧਾਰਿਆਂ ਤੇ ਨੋਟ ਲਿਖੋ ਤਾਂ ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਬਤੌਰ ਅਫਸਰ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਇੰਸਟੀਚਿਊਟ ਮੁਹਾਲੀ ਅਤੇ ਲੜਕੀਆਂ ਲੜਕੀਆਂ ਲਈ ਜਿਹੜਾ ਹੈਗਾ ਬਾ ਕੀ ਹੈ ਮਾਹੀਪਾਗੋ ਆਰਮਡ ਫੋਰੈਂਸਿਸ ਇੰਸਟੀਚੂਟ ਖੋਲੇ ਗਏ ਹਨ ਇਹ ਦੋਵੇਂ ਸੰਸਥਾ ਉਹਨਾਂ ਨੌਜਵਾਨਾਂ ਤੇ ਮੁਟਿਆਰਾਂ ਲਈ ਜੋ ਸੈਨਾ ਵਿੱਚ ਭਰਤੀ ਚਾਹੁੰਦੇ ਹਨ ਉਹਨਾਂ ਲਈ ਖੁੱਲ੍ਹੀਆਂ ਗਈਆਂ ਹਨ ਇਹ ਦੋਵੇਂ ਸੰਸਥਾ ਚੁਣੇ ਗਏ ਉਮੀਦਵਾਰਾਂ ਨੂੰ ਬਿਲਕੁਲ ਮੁਫਤ ਸਿਖਲਾਈ ਪ੍ਰਦਾਨ ਕਰਦੀ ਹੈ ਅੱਗੇ ਹੈ ਦੋਸਤੋ ਆਪਣਾ ਪੈਰਾ ਮਿਲਟਰੀ ਫੋਰਸਿਸ ਬਾਰੇ ਤੁਸੀਂ ਕੀ ਜਾਣਦੇ ਹੋ ਤਾਂ ਭਾਰਤੀ ਸਿਨੇਮਾ ਤੇ ਤੈਨ ਰੂਪਾ ਥਲ ਹਵਾਈ ਅਤੇ ਜਲ ਸਿਨਾਵਾ ਤੋਂ ਇਲਾਵਾ ਦੇਸ਼ ਦੀ ਰੱਖਿਆ ਕਰਨ ਦੇ ਲਈ ਲੋੜਾਂ ਨੂੰ ਪੂਰਾ ਕਰਨ ਲਈ ਹੋਰ ਵੀ ਕਈ ਪ੍ਰਕਾਰ ਦੀਆਂ ਫੋਰਸਿਸ ਦਾ ਗਠਨ ਕੀਤਾ ਗਿਆ ਹੈ ਇਹਨਾਂ ਫੋਰਸਿਸ ਨੂੰ ਪੈਰਾ ਮਿਲਟਰੀ ਫੋਰਸਿਸ ਕਿਹਾ ਜਾਂਦਾ ਹੈ ਇਹ ਫੋਰਸਿਸ ਮੁੱਖ ਸਿਨਾਵਾ ਵਰਗੀਆਂ ਹੀ ਪ੍ਰਤੀਤ ਹੁੰਦੀਆਂ ਹਨ ਪਰ ਇਹਨਾਂ ਦਾ ਜਿਹੜਾ ਹੈਗਾ ਫੋਰਸਿਸ ਦਾ ਆਪਸ ਵਿੱਚ ਕਾਫੀ ਅੰਤਰ ਹੁੰਦਾ ਹੈ ਇਹ ਫੋਰਸਿਸ ਵਿੱਚ ਬਰਾਬਰ ਸਿਕਿਉਰਿਟੀ ਫੋਰਸ ਸੌਰੀ ਬਾਰਡਰ ਸਿਕਿਉਰਿਟੀ ਫੋਰਸ ਬੀਐਸਐਫ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਸੀਆਰਪੀਐਫ ਸੈਂਟਰਲ ਇੰਡਸਟਰੀ ਰੀਅਲ ਸਕਿਉਰਿਟੀ ਫੋਰਸ ਸੀਆਈ ਸੀਆਈਐਸਐਫ ਆਧ ਪ੍ਰਮੁੱਖ ਫੋਰਸਿਸ ਹਨ ਪੈਰਾਮਿਲਟਰੀ ਫੋਰਸਿਸ ਵਿੱਚ ਭਰਤੀ ਹੋਣ ਲਈ ਵੀ ਜਿਹੜਾ ਹੈਗਾ ਬਲ ਸੈਨਾ ਦੇ ਕੋਈ ਮਾਪ ਡੰਡਾ ਨੂੰ ਪੂਰਾ ਕਰਨਾ ਪੈਂਦਾ ਹੈ ਭਾਰਤੀ ਜਲ ਸੈਨਾ ਤੇ ਨੋਟ ਲਿਖੋ ਅੰਗਰੇਜ਼ੀ ਰਾਜਾ ਦੇ ਸ਼ਾਸਕਾਂ ਸਮੇਂ 1934 ਵਿੱਚ ਰਾਇਲ ਇੰਡੀਅਨ ਰਾਇਲ ਇੰਡੀਅਨ ਨੇਵੀ ਨਾਦੀ ਜਲ ਸੈਨਾ ਸਥਾਪਿਤ ਕੀਤੀ ਗਈ ਸੀ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਜਲ ਸੈਨਾ ਦੇ ਹਿੱਸਿਆਂ ਵਿੱਚ ਵੰਡੀ ਗਈ ਇਸ ਉਪਰੰਤ 1950 ਵਿੱਚ ਭਾਰਤ ਨੇ ਆਪਣੀ ਸੁਤੰਤਰ ਜਲ ਸੈਨਾ ਦਾ ਨਿਰਮਾਣ ਕੀਤਾ ਜਿਸ ਨੂੰ ਭਾਰਤੀ ਜਲ ਸੈਨਾ ਦੇ ਨਾਮ ਦਿੱਤਾ ਗਿਆ ਭਾਰਤ ਦੀ ਕਈ ਦੇਸ਼ਾਂ ਨਾਲ ਸਮੁੰਦਰੀ ਸਰਹੰਦਾ ਲੱਗਦੀਆਂ ਹਨ ਸਮੁੰਦਰੀ ਰਸਤੇ ਰਾਹੀਂ ਜਿਹੜਾ ਹੈਗਾ ਦੇਸ਼ ਉੱਪਰ ਬਾਹਰੀ ਹਮਲੇ ਅਤੇ ਹੋਰ ਜਿਹੜੇ ਹੈਗੇ ਖਤਰੇ ਹਨ ਦਾ ਡਰ ਬਣਿਆ ਰਹਿੰਦਾ ਹੈ ਭਾਰਤੀ ਜਲ ਜਿਹੜੀ ਹੈਗੀ ਹੈ ਸੈਨਾ ਦਾ ਕੰਮ ਕੀ ਹੈ ਦੋਸਤੋ ਆਪਣੇ ਦੇਸ਼ ਦੀਆਂ ਜਿਹੜੇ ਹੈਗੇ ਸਮੁੰਦਰੀ ਹੱਦਾਂ ਦੀ ਰਾਖੀ ਕਰਨਾ ਤੇ ਸਮੁੰਦਰ ਰਾਹੀਂ ਦੇਸ਼ ਨੂੰ ਬਾਹਰੀ ਖਤਰਿਆਂ ਤੋਂ ਬਚਾਉਣਾ ਭਾਰਤੀ ਜਲ ਸੈਨਾ ਵਿੱਚ ਇੱਕ ਫੌਜੀ ਦੇ ਰੂਪ ਵਿੱਚ ਭਰਤੀ ਹੁਣ ਲਈ ਜਿਹੜਾ ਹੈਗਾ ਦੋ ਤਰੀਕਿਆਂ ਨਾਲ ਪ੍ਰਵੇਸ਼ ਕੀਤਾ ਜਾ ਸਕਦਾ ਹੈ ਮੈਟ੍ਰਿਕ ਭਰਤੀ ਅਤੇ ਸੀਨੀਅਰ ਸੈਕੰਡਰੀ ਭਰਤੀ ਅੱਗੇ 1600 ਮੀਟਰ ਦੌੜ ਦੀ ਜਿਹੜੀ ਹੈਗੀ ਆ ਸਰੀਰਕ ਯੋਗਤਾ ਟੈਸਟ ਬਾਰੇ ਲਿਖੋ ਤਾਂ ਸਾਰੇ ਉਮੀਦਵਾਰ 1600 ਮੀਟਰ ਦੀ ਦੌੜ 5 ਮਿੰਟ 30 ਸਕਿੰਡ ਤੋਂ ਘੱਟ ਸਮੇਂ ਵਿੱਚ ਪੂਰੀ ਕਰਨੀ ਹੁੰਦੀ ਹੈ ਇਸ ਦੇ 60 ਅੰਕ ਮਿਲਦੇ ਹਨ ਇਸ ਸਮੇਂ ਵਿੱਚ ਵੱਧ ਪਰ 5 ਮਿੰਟ 45 ਸਕਿੰਡ ਤੋਂ ਘੱਟ ਸਮੇਂ ਵਿੱਚ ਦੌੜ ਪੂਰੀ ਕਰਨ ਵਾਲੇ ਉਮੀਦਵਾਰ ਨੂੰ 40 ਅੰਕ ਮਿਲਦੇ ਹਨ ਜਿਹੜੇ ਉਮੀਦਵਾਰ ਦੌੜ ਪੂਰੀ ਕਰਨ ਲਈ 5 ਮਿੰਟ 45 ਸਕਿੰਡ ਤੋਂ ਵੱਧ ਸਮਾਂ ਲੈਂਦੇ ਹਨ ਉਹ ਭਰਤੀ ਲਈ ਆਯੋਗ ਕਰਾਰ ਜਿਹੜੇ ਹੈਗੇ ਆ ਆਯੋਗ ਕਰਾਰ ਦਿੱਤੇ ਜਾਂਦੇ ਹਨ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੈ ਪੁਲ ਅਪ ਟੈਸਟ ਕੀ ਹੈ ਠੀਕ ਹੈ ਜੀ ਤਾਂ ਇਸ ਦਾ ਆਨਸਰ ਹੈਗਾ ਦੋਸਤੋ ਕੀ ਹੈ ਇਸ ਟੈਸਟ ਵਿੱਚ ਉਮੀਦਵਾਰ ਵੱਲੋਂ ਇੱਕ ਜਿਹੜਾ ਹੈਗਾ ਇੱਕ ਵਾਰ ਨਾਲ ਲਟਕਦੇ ਹੋਏ ਪੁਲ ਅਪ ਲਏ ਜਾਂਦੇ ਹਨ ਠੀਕ ਹੈ ਜੀ ਪੁਲ ਅਪ ਲਾਏ ਜਾਂਦੇ ਹਨ ਉਸ ਵੱਲੋਂ ਲਾਏ ਗਏ ਪੁਲ ਅਪ ਦੀ ਗਿਣਤੀ ਅਨੁਸਾਰ ਅੰਕ ਪ੍ਰਾਪਤ ਅੰਕ ਪ੍ਰਦਾਨ ਕੀਤੇ ਜਾਂਦੇ ਹਨ ਜਿਵੇਂ ਕਿ ਦੋਸਤੋ ਪੁਲ ਅਪ ਦੀ ਸੰਖਿਆ 10 ਪ੍ਰਾਪਤ ਅੰਕ 40 ਠੀਕ ਹੈ ਜੀ ਤੇ 9 ਫਿਰ 33 ਫਿਰ 8 ਫਿਰ 27 7 ਫਿਰ 21 6 ਫਿਰ 16 ਤਾਂ 6 ਤੋਂ ਘੱਟ ਅਯੋਗ ਠੀਕ ਹੈ ਜੀ ਅਯੋਗ ਠੀਕ ਹੈ ਜੀ ਉਸ ਤੋਂ ਬਾਅਦ ਹੈ ਸੀਨੀਅਰ ਸੈਕੰਡਰੀ ਭਰਤੀ ਕੀ ਹੈ ਤਾਂ ਦੋਸਤੋ ਉਹ ਸਾਰੇ ਉਮੀਦਵਾਰ ਜਿਨ੍ਹਾਂ ਨੇ +2 ਅ ਸ੍ਰੇਣੀ ਨਾਨ ਮੈਡੀਕਲ ਭੌਤਿਕ ਵਿਗਿਆਨ ਰਸਾਇਣੀ ਅਤੇ ਗਣਿਤ ਨਾਲ ਪਾਸ ਕੀਤੀ ਹੋਵੇ ਅਤੇ ਜਲ ਸੈਨਾ ਵਿੱਚ ਬਤੌਰ ਸੈਲਰ ਭਰਤੀ ਹੋਣ ਦੇ ਇੱਛੁਕ ਹੋਣ ਉਹ ਅਪਲਾਈ ਕਰ ਸਕਦੇ ਹਨ ਭਰਤੀ ਦੇ ਸਮੇਂ ਉਮੀਦਵਾਰ ਦੀ ਉਮਰ 17 ਤੋਂ 20 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਇਸ ਸ਼੍ਰੇਣੀ ਵਿੱਚ ਭਰਤੀ ਗਏ ਉਮੀਦਵਾਰ ਨੂੰ ਇੰਜੀਨੀਅਰਿੰਗ ਸ਼ਾਖਾ ਇਲੈਕਟ੍ਰੀਕਲ ਸ਼ਾਖਾ ਐਜੂਕੇਸ਼ਨ ਸ਼ਾਖਾ ਅਤੇ ਨੇਵਲ ਆਰਕੀਟੈਕਟ ਤਾਂ ਆਧ ਵਿਭਾਗ ਵਿਭਾਗਾਂ ਵਿੱਚ ਜਿਹੜੀ ਹੈਗੀ ਨਿਪਟ ਕੀਤਾ ਜਾਂਦਾ ਹੈ ਅਫਸਰਾਂ ਦੀ ਸਿੱਧੀ ਭਰਤੀ ਅਤੇ ਕਮਿਸ਼ਨਡ ਭਰਤੀ ਬਾਰੇ ਦੱਸੋ ਤਾਂ ਪਾਠ ਦੇ ਪਿਛਲੇ ਭਾਗ ਵਿੱਚ ਅਸੀਂ ਤਿੰਨਾ ਸਿਨਮਾ ਦੀ ਇੱਕ ਸਿਪਾਹੀ 에য়ারਮੈਨ ਜਾਂ ਫਿਰ ਦੋਸਤੋ ਮੁਲਾਵਜੋ ਵੀ ਭਰਤੀ ਹੋਣ ਬਾਰੇ ਸਿੱਖਿਆ ਹੈ ਇਸ ਨੂੰ ਅਸੀਂ ਸਿਪਾਹੀ ਵਜੋ ਭਰਤੀ ਕਰਨਾ ਕਹਿੰਦੇ ਹਨ ਸੈਨਾ ਦੀ ਕਮਾਂਡ ਕਰਨ ਅਤੇ ਸੇਵਾਮੁਕਤ ਹੋਣ ਵਾਲੇ ਅਫਸਰਾਂ ਦੀ ਥਾਂ ਲਈ ਅਫਸਰਾਂ ਦੀ ਸਿੱਧੀ ਭਰਤੀ ਵੀ ਸੈਨਾ ਦੀਆਂ ਤਿੰਨੋਂ ਸ਼ਖਾਵਾਂ ਕੀਤੀ ਜਾਂਦੀ ਹੈ ਤਿੰਨੋਂ ਸ਼ਖਾਵਾਂ ਵਿੱਚ ਕੀਤੀ ਜਾਂਦੀ ਹੈ ਇਹ ਪ੍ਰੀਖਿਆ ਨੈਸ਼ਨਲ ਡਿਫੈਂਸ ਅਕੈਡਮੀ ਐਨ ਡੀਏ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯੂਪੀਐਸਸੀ ਦੁਆਰਾ ਸੈਨਾ ਵਿੱਚ ਅਫਸਰਾਂ ਦੀ ਭਰਤੀ ਲਈ ਕਰਵਾਈ ਜਾਂਦੀ ਹੈ ਜਿਹੜੇ ਉਮੀਦਵਾਰ ਨਾਨ ਮੈਡੀਕਲ ਵਿਸ਼ਿਆਂ ਨਾਲ 12ਵੀਂ ਪਾਸ ਕਰ ਚੁੱਕੇ ਹਨ ਅਤੇ ਫੌਜ ਵਿੱਚ ਅਫਸਰ ਵਜੋਂ ਭਰਤੀ ਹੋਣ ਦੇ ਇੱਛੁਕ ਹਨ ਉਹ ਇਸ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ ਤੇ ਇਹ ਉੱਚ ਦਰਜੀ ਦੀ ਪ੍ਰੀਖਿਆ ਹੈ میٹرਿਕ ਭਰਤੀ ਤੋਂ ਤੁਸੀਂ ਕੀ ਸਮਝਦੇ ਹੋ ਤੈਸ ਅ ਸ਼੍ਰੇਣੀ ਤਹਿਤ ਭਾਰਤੀ ਜਲ ਸੈਨਾ ਵਿੱਚ ਕੁੱਕ, ਵੇਟਰ, ਸਫਾਈ ਕਰਮਚਾਰੀ ਵੱਜੋ ਭਰਤੀ ਹੁਣ ਲਈ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਸ਼੍ਰੇਣੀਆਂ ਲਈ ਭਰਤੀ ਦੀ ਉਮਰ 17 ਤੋਂ 20 ਸਾਲ ਹੈ। ਉਮੀਦਵਾਰਾਂ ਨੇ ਪਾਰ ਵਿੱਚ ਜਿਹੜਾ ਹੈਗਾ ਬਾਕੀ ਹੈ ਕਿਸੇ ਵੀ ਮੰਨਤਾ ਪ੍ਰਾਪਤ ਠੀਕ ਹੈ ਉਮੀਦਵਾਰਾਂ ਨੇ ਜਿਹੜਾ ਹੈਗਾ ਵਾ ਪਾਰ ਵਿੱਚ ਜਿਹੜਾ ਹੈਗਾ ਕਿਸੇ ਵੀ ਮੰਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਕੁੱਕ, ਵੇਟਰ, ਸਫਾਈ ਕਰਮਚਾਰੀ ਆਦਿ ਦੀ ਸਿਖਲਾਈ ਤੋਂ ਇਲਾਵਾ ਚੁਣੇ ਗਏ ਸਾਰੇ ਉਮੀਦਵਾਰਾਂ ਨੂੰ ਫੌਜੀ ਹਥਿਆਰਾਂ ਆਦਿ ਸਿਖਲਾਈ ਦਿੱਤੀ ਉਹ ਵੀ ਦਿੱਤੀ ਜਾਂਦੀ ਹੈ ਤਾਂ ਇਹ ਤੁਹਾਡਾ ਆਨਸਰ ਹੋ ਜਾਵੇ ਤਾਂ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਮੈਟ੍ਰਿਕ ਭਰਤੀ ਤੇ ਤੁਸੀਂ ਕੀ ਸਮਝਦੇ ਹੋ ਤੁਸੀਂ ਇਸ ਨੂੰ ਪੂਰਾ ਹੀ ਰੀਡ ਕਰ ਸਕਦੇ ਹੋ ਠੀਕ ਹੈ ਜੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਤੁਹਾਡੇ ਜਿਹੜੇ ਹੈਗੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨੇ ਠੀਕ ਹੈ ਜੀ 5 10 ਦੋ ਪ੍ਰਸ਼ਨ ਕਰਨੇ ਹੋਣਗੇ ਭਾਗ ਸੱッセ ਦੇ ਵਿੱਚ ਠੀਕ ਹੈ ਜੀ ਤੇ 5 ਨੰਬਰ ਦਾ ਪ੍ਰਸ਼ਨ ਹੈ ਦੋ ਪ੍ਰਸ਼ਨ ਕਰਨੇ ਹੋਣਗੇ 10 ਨੰਬਰ ਦੇ ਆਉਣਗੇ ਸਾਖ ਕਿਰਿਆ ਪ੍ਰਣਾਲੀ ਕੀ ਹੈ ਠੀਕ ਹੈ ਜੀ ਤੇ ਸਾਖ ਕਿਰਿਆ ਪ੍ਰਣਾਲੀ ਉੱਤੇ ਕਸਰਤ ਦੇ ਜਿਹੜੇ ਹੈਗੇ ਦੋਸਤੋ ਕੀ ਹੈ ਪ੍ਰਭਾਵ ਲਿਖੋ ਠੀਕ ਹੈ ਜੀ ਤਾਂ ਇਸ ਦਾ ਇਹ ਆਨਸਰ ਦੇਖ ਲੈਣੇ ਆਪ तो दोस्तों अलग तो आपसर लड़ू नहीं है क्योंकि थले ही आंसर दिते हुए हैं जिम्मे क्या देखो साह किरिया प्रणाली की है साह किया प्रणाली से कसरत प्रभाव की जानकारी दो आ इतने प्रश्न लिखे हुए हैं थले आंसर दे हुए हैं जिम्मे कि दिल बारे संखेप वर्णन करो धमनिया सिराव कोशिकाव ठीक है जी आ रहा दोस्तों आ, अपना आप कितने गया इतने आ ही सी आही थगा प्रश्न कितने गया दिल वाला दिखा तो ਆਰੇਆ ਦੋਸਤੋ ਦਿਲ ਬਰ ਸੰਖੇਪ ਕਰਕੇ ਲਿਖੋ ਧਮੀਆਂ ਸ਼੍ਰਾਵਾਂ ਤੇ ਕੋਸ਼ਿਕਾਂ ਮਾਰੇ ਵੀ ਲਿਖੋ ਆਹੀ ਪ੍ਰਸ਼ਨ ਪੁੱਛਿਆ ਹੈ ਨਾ ਪੰਨੂ ਪਰ ਆਰੇਆ ਜਿਹੜਾ ਹੈਗਾ ਵਾ ਧਮਣੀਆਂ ਸਿਰਮਾਤੇ ਕੋਸ਼ਿਕਾ ਮਾਰੇ ਲਿਖੋ ਤਾਂ ਦੋਸਤੋ ਪ੍ਰਸ਼ਨ ਪਹਿਲਾਂ ਦੇਖ ਲਓ ਫਿਰ ਥੱਲੇ ਇਹਨਾਂ ਦੇ ਅਨਸਰ ਦੇਖ ਲਾਂਗੇ ਆਪਾਂ ਸਾਗਰੇਯਾ ਪ੍ਰਣਾਲੀ ਕੀ ਹੈ ਸਾਗਰੇਯਾ ਪ੍ਰਣਾਲੀ ਤੇ ਕਸਰਤ ਦੇ ਪ੍ਰਭਾਵ ਆ ਵੀ ਦੇਖ ਲਓ ਭੌਤਿਕ ਚਿਕਿਤਸਾ ਦਾ ਖੇਡਾਂ ਵਿੱਚ ਕੀ ਯੋਗਦਾਨ ਹੈ ਵਾਧਾ ਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਰਣਨ ਕਰੋ ਵਾਧਾ ਤੇ ਵਿਕਾਸ ਦੇ ਸਿਧਾਂਤ ਦਾ ਸੰਖੇਪ ਵਰਣਨ ਕਰੋ ਸਰੀਰਕ ਸਿੱਖਿਆ ਵਿੱਚ ਜਾਂਚ ਮਿੰਤੀ ਅਤੇ ਮੁਲਾਂਕਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ ਗੁਰਵਚਨ ਸਿੰਘ ਦੇ ਮੁੰਡੇਲੇ ਜੀਵਨ ਅਤੇ ਖੇਡਾਂ ਪ੍ਰਤੀ ਝੁਕਾਅ ਬਾਰੇ ਚਾਣਨਾ ਪਾਓ ਗੁਰਵਚਨ ਸਿੰਘ ਦੇ ਘਮਾਤਾਰੀ ਐਥਲੈਟਿਕ ਸ਼ੁਰੂਆਤ ਬਾਰੇ ਅਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਮਿਲੇ ਸਨਮਾਨਾ ਬਾਰੇ ਵੀ ਲਿਖੋ ਭਾਰਤੀ ਹਵਾਈ ਸੈਨਾ ਬਾਰੇ ਜਿਹੜੀ ਹੈਗੀ ਆ ਪੂਰਨ ਜਾਣਕਾਰੀ ਦਿਓ ਇਸ ਭਾਗ ਵਿੱਚ 29 ਅਤੇ 30 ਵੱਡੇ ਪ੍ਰਸ਼ਨ ਜਿਹੜੇ ਹੈਗੇ ਆ 29 ਅਤੇ ਅਤੇ ਵੱਡੇ ਉਤਰਾ ਵਾਲੇ ਪ੍ਰਸ਼ਨ ਹੋਣਗੇ ਇਸ ਭਾਗ ਵਿੱਚ ਠੀਕ ਹੈ ਜੀ ਤੇ ਹਰੇਕ ਪ੍ਰਸ਼ਨ 100% ਨੂਰਨੀ ਛੋਟ ਹੋবিਗੇ ਤੇ ਹਰੇਕ ਪ੍ਰਸ਼ਨ 5 ਅੰਕ ਦਾ ਹੋਵੇਗਾ ਤਾਂ ਦੇਖੋ ਦੋਸਤੋ ਕੀ ਇਹ ਸਭ ਤੋਂ ਪਹਿਲਾਂ ਇੱਥੇ ਸਾਖ ਕਿਰਿਆ ਪ੍ਰਣਾਲੀ ਕੀ ਹੈ ਤਾਂ ਸਾਖਿਰ ਨੇ ਸਾਖ ਕਿਰਿਆ ਪ੍ਰਣਾਲੀ ਤੇ ਕਸਰਤ ਦੇ ਪ੍ਰਭਾਵ ਤਾਂ ਸਾਖ ਕਿਰਿਆ ਪ੍ਰਣਾਲੀ ਅੰਗਾ ਅਤੇ ਤੰਤੂਆਂ ਦਾ ਉਹ ਨੈਟਵਰਕ ਹੈ ਜੋ ਤੁਹਾਨੂੰ ਸਾਹ ਲੈਣ ਵਿੱਚ ਮਦਦ ਕਰਦਾ ਹੈ ਤੇ ਤੁਹਾਡੇ ਹਵਾ ਤੁਹਾਡੇ ਇਸ ਵਿੱਚ ਜਿਹੜਾ ਹੈਗਾ ਤੁਹਾਡੇ ਹਵਾ ਦੇ ਮਾਰਗ ਫੇਫੜੇ ਅਤੇ ਲਹੂ ਨਾੜਾ ਮੌਜੂਦ ਹੁੰਦੀਆਂ ਹਨ ਉਸ ਉਹ ਮਾਸਪੇਸ਼ੀਆਂ ਜੋ ਤੁਹਾਡੇ ਫੇਫੜਿਆਂ ਨੂੰ ਤਾਕਤ ਦਿੰਦੀਆਂ ਹਨ ਉਹ ਵੀ ਸਾਹ ਕਿਰਿਆ ਪ੍ਰਣਾਲੀ ਦਾ ਭਾਗ ਹੁੰਦੀਆਂ ਹਨ ਇਹ ਭਾਗ ਪੂਰੇ ਸਰੀਰ ਵਿੱਚ ਆਕਸੀਜਨ ਦੀ ਵੱਧ ਮਾਤਰਾ ਲਈ ਜਿਹੜਾ ਹੈਗਾ ਵਾ ਮਿਲਦੇ ਕਾਰਜ ਕਰਦੇ ਹਨ ਅਤੇ ਨਾਲ ਹੀ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਨੂੰ ਬਾਹਰ ਕੱਢਦੇ ਹਨ ਸਾਹ ਕਿਰਿਆ ਪ੍ਰਣਾਲੀ ਦੇ ਉਤੇ ਕਸਰਤ ਦੇ ਪ੍ਰਭਾਵ ਤਾ ਫੇਫੜਿਆਂ ਵਿੱਚ ਇਸ ਸਮਰੱਥਾ ਵਿੱਚ ਵਾਧਾ ਕਰਦਾ ਵਾ ਤੁਸੀਂ ਅੰਦਰਲਾ ਇਹ ਜਿਹੜਾ ਖੁਦ ਹੀ ਪੜ ਲੈਣਾ ਵਾ ਕੀ ਲਿਖਿਆ ਹੈ ਵਾ ਤੇ ਇਹ ਜਿਹੜਾ ਹੈਗਾ ਦੋਸਤੋ ਵਾਈਟਲ ਕੈਪੈਸਿਟੀ ਵਿੱਚ ਵੀ ਵਾਧਾ ਕਰਦਾ ਵਾ ਠੀਕ ਹੈ ਜੀ ਤੁਸੀਂ ਇਸ ਨੂੰ ਅੰਦਰ ਰੀਡ ਕਰ ਸਕਦੇ ਹੋ ਦੋਸਤੋ ਕੀ ਹੈ ਤੀਸਰਾ ਦੋਸਤੋ ਮਾਸਪੇਸ਼ੀਆਂ ਵਿੱਚ ਇਹ ਮਜ਼ਬੂਤੀ ਕਰਦਾ ਵਾ ਠੀਕ ਹੈ ਜੀ ਤਾਂ ਤੁਸੀਂ ਇਸ ਦਾ ਅੰਦਰਲਾ ਪੜ੍ਹ ਸਕਦੇ ਹੋ ਤੇ ਸਾਹ ਗਤੀ ਵਿੱਚ ਇਹ ਤਬਦੀਲੀ ਕਰਦਾ ਵਾ ਦੂਸਰੇ ਸਾਤੋਂ ਇਹ ਜਿਹੜਾ ਹੈਗਾ ਵਾ ਬਚਾ ਵੀ ਕਰਦਾ ਵਾ ਜਦੋਂ ਕੋਈ ਨਵਾਂ ਖਿਡਾਰੀ ਖੇਡ ਸ਼ੁਰੂ ਕਰਦਾ ਹੈ ਤਾਂ ਖੇਡ ਸ਼ੁਰੂ ਕਰਨ ਦੇ ਕੁਝ ਸਮੇਂ ਬਾਅਦ ਹੀ ਉਸ ਨੂੰ ਥਕਾਵਟ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਹੋਣੀ ਹੋ ਜਾਂ ਹੁਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦਾ ਮਨ ਖੇਡਣ ਤੋਂ ਜਿਹੜਾ ਹੈਗਾ ਰੋਕਣ ਨੂੰ ਕਰਦਾ ਹੈ ਤਾਂ ਇਹ ਦੂਸਰੇ ਤੇ ਸਾਤੋਂ ਵੀ ਬਚਾ करता है तो इसे अः जगह शरीर की इस अवस्था में दूजा सा जाता है तो इसका आंसर ये हो जाएगा ठीक है उस तो बाद तो है दूसरा प्रश्न हूँ अपना दिल बारे संखेप वर्णन करो ਅਤੇ ਜਿਹੜਾ ਹੈਗਾ ਧਮਨੀਆਂ ਸਿਰਾਵਾਂ ਅਤੇ ਕੋਸ਼ਿਕਾਵਾਂ ਬਾਰੇ ਲਿਖੋ ਤਾਂ ਦਿਲ ਕੀ ਹੈ ਦਿਲ ਲਹੂ ਗਿਰ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਜੋ ਦੋਹਾਂ ਹੀ ਫੇਫੜਿਆਂ ਵਿਚਕਾਰ ਥੋੜਾ ਖੱਬੇ ਵੱਲ ਚੁਕਿਆ ਹੋਇਆ ਸਥਿਤ ਹੁੰਦਾ ਹੈ ਦਿਲ ਲਗਾਤਾਰ ਜਿਹੜਾ ਹੈਗਾ ਵਾ ਕੀ ਹੈ ਤਲਮਾਈ ਤਰੀਕੇ ਨਾਲ ਜਿਹੜਾ ਹੈਗਾ ਵਾ ਧੜਕਦਾ ਹੋਇਆ ਲਹੂ ਨੂੰ ਸਾਡੇ ਸਰੀਰ ਵਿੱਚ ਪੰਪ ਕਰਦਾ ਹੈ ਦਿਲ ਦਾ ਮੁੱਖ ਕੰਮ ਸ਼ੁੱਧ ਲਹੂ ਭਾਵ ਆਕਸੀਜਨ ਯੁਕਤ ਲਹੂ ਨੂੰ ਫੇਫੜਿਆਂ ਤੋਂ ਪ੍ਰਾਪਤ ਕਰਕੇ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣਾ ਅਤੇ ਸਰੀਰ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਲਹੂ ਨੂੰ ਆਪਸ ਸਾਫ ਹੋਣ ਲਈ ਫੇਫੜਿਆਂ ਤੱਕ ਲੈ ਕੇ ਆਉਣਾ ਹੈ ਠੀਕ ਹੈ ਜੀ ਦਿਲ ਦੀ ਸੰਰਚਨਾ ਤਾਂ ਦੋਸਤੋ ਸਟਰਕਚਰ ਆਫ ਹਾਰਟ ਅਤੇ ਦਿਲ ਚਾਰ ਭਾਗਾਂ ਵਿੱਚ ਵੰਡਿਆ ਹੁੰਦਾ ਹੈ ਜਿਸ ਵਿੱਚ ਉੱਪਰ ਵਾਲੇ ਦੋਵੇਂ ਖਾਨਿਆਂ ਨੂੰ ਜਿਹੜਾ ਹੈਗਾ ਬਾ ਆਰਕਲਸ ਅਤੇ ਹੇਠਾਂ ਵਾਲੇ ਦੋ ਹਿੱਸਿਆਂ ਨੂੰ ਜਿਹੜਾ ਹੈਗਾ ਦੋਸਤੋ ਵੈਂਟ੍ਰਿਕਲਸ ਕਿਹਾ ਜਾਂਦਾ ਹੈ ਦਿਲ ਦੀ ਦਿਲ ਦੀ ਧੜਕਣ ਸਮੇਂ ਦੋਵੇਂ ਦੋਵੇਂ ਜਿਹੜਾ ਹੈਗਾ ਦੋਸਤੋ ਆਰਕਲ ਇਕੱਠੇ ਸੁਗੜਦੇ ਹਨ ਤਾਂ ਉਸ ਸਮੇਂ ਦੋਵੇਂ ਜਿਹੜੇ ਹੈਗੇ ਆ ਵੈਂਟਰੀਕਲ ਫੈਲਦੇ ਹਨ ਅਤੇ ਜਦੋਂ ਦੋਵੇਂ ਵੈਂਟਰੀਕਲ ਸੰਗਰਦੇ ਹਨ ਤਾਂ ਦੋਵੇਂ ਜਿਹੜਾ ਹੈਗਾ ਆਰਕਲ ਫੈਲਦੇ ਹਨ ਤੀਸਰਾ ਹੈਗਾ ਦੋਸਤੋ ਤੁਹਾਡਾ ਦਿਲ ਦੀ ਕਾਰਜ ਵਿਧੀ ਤਾਂ ਵਰਕਿੰਗ ਆਫ ਹਾਰਟ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਸਭ ਤੋਂ ਪਹਿਲਾਂ ਇਹ ਸਰੀਰ ਦੇ ਵੱਖ-ਵੱਖ ਅੰਗਾਂ ਤੋਂ ਅਸ਼ੁੱਧ ਲਹੂ ਸਿਰਾਂਵਾ ਰਹੀ ਦਿਲ ਦੇ ਸੱਜੇ ਆਰਕਲ ਆਰਕਲ ਵਿੱਚ ਪਹੁੰਚਦਾ ਹੈ ਜਦੋਂ ਸੱਜਾ ਆਰਕਲ ਸੁਗੜਦਾ ਹੈ ਤਾਂ ਉਸ ਵਿੱਚ ਮੌਜੂਦ ਅਸ਼ੁੱਧ ਲਹੂ ਸੱਜੇ ਆਰਕਲ ਅਤੇ ਸੱਜੇ ਵੈਂਟਰੀਕਲ ਵਿੱਚ ਸਥਿਤ ਤਿੰਨ ਨੁਕਰੇ ਵਾਲਵ ਰਾਹੀਂ ਸੱਜੇ ਜਿਹੜਾ ਹੈਗਾ ਦੋਸਤੋ ਵੈਂਟਰੀਕਲ ਵਿੱਚ ਪਹੁੰਚ ਜਾਂਦਾ ਹੈ ਜਦੋਂ ਵੈਂਟਰੀਕਲ ਸੁਗੜਦੇ ਹਨ ਤਾਂ ਤਿੰਨੇ ਨੁਕੜਾ ਵਾਲਵ ਹੋ ਜਾਂਦਾ ਹੈ ਤਾਂ ਲਹੂ ਦੁਬਾਰਾ ਜਿਹੜਾ ਹੈਗਾ ਸੱਜੇ ਅਰਕਲ ਵਿੱਚ ਵਾਪਸ ਨਾ ਜਾ ਸਕੇ ਲਹੂ ਫੇਫੜਾ ਤਮਣੀ ਰਾਹੀਂ ਦਿਲ ਤੋਂ ਬਾਹਰ ਨਿਕਲ ਨਿਕਲ ਜਿਹੜਾ ਹੈਗਾ ਵਾ ਜਾਂਦਾ ਹੈ ਠੀਕ ਹੈ ਜੀ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਤੇ ਇਹ ਫੇਫੜਾ ਤਮਣੀ ਅੱਗੇ ਦੋ ਭਾਗਾਂ ਵਿੱਚ ਵੰਡੀ ਹੋਈ ਹੈ ਜੋ ਦਿਲ ਤੋਂ ਪ੍ਰਾਪਤ ਅਸ਼ੁੱਧ ਲਹੂ ਨੂੰ ਸ਼ੁੱਧ ਹੋਣ ਲਈ ਸੱਜੇ ਅਤੇ ਖੱਬੇ ਫੇਫੜੇ ਵਿੱਚ ਪਹੁੰਚਾ ਦਿੰਦੀ ਹੈ ਫੇਫੜਿਆਂ ਵਿੱਚ ਅਸ਼ੁੱਧ ਲਹੂ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਕੱਢੀ ਜਾਂਦੀ ਹੈ ਅਤੇ ਆਕਸੀਜਨ ਸ਼ਾਮਿਲ ਕਰ ਦਿੱਤੀ ਜਾਂਦੀ ਹੈ ਸ਼ੁੱਧ ਹੋਇਆ ਲਹੂ ਫੇਫੜੇ ਸ਼੍ਰੀਰਾਮ ਸ਼੍ਰੀਰਾਮ ਠੀਕ ਹੈ ਜੀ ਰਾਹੀਂ ਦਿਲ ਦੇ ਖੱਬੇ ਆਰਿਕਲ ਵਿੱਚ ਆ ਜਾਂਦਾ ਹੈ ਜਦੋਂ ਖੱਬਾ ਆਰਿਕਲ ਸੁਗੜਦਾ ਹੈ ਤਾਂ ਖੱਬੇ ਆਰਿਕਲ ਅਤੇ ਖੱਬੇ ਵੈਂਟ੍ਰਿਕਲ ਜਿਹੜੇ ਹੈਗੇ ਆ ਦੋਸਤੋ ਵਿੱਚ ਮੌਜੂਦ ਦੇ ਨੁਕਰੇ ਬਾਲਵ ਰਾਹੀਂ ਜਿਹੜਾ ਹੈਗਾ ਸ਼ੁੱਧ ਲਹੂ ਖੱਬੇ ਵੈਂਟ੍ਰਿਕਲ ਵਿੱਚ ਪਹੁੰਚ ਜਾਂਦਾ ਹੈ ਖੱਬਾ ਵੈਂਟ੍ਰਿਕਲ ਦਿਲ ਦਾ ਜਿਹੜਾ ਹੈਗਾ ਚੌਥਾ ਅਤੇ ਆਖਰੀ ਖਾਨਾ ਹੈ ਜਿਸ ਦੇ ਸੰਗੜਨ ਤੇ ਲਹੂ ਮਹਾ ਤਮਣੀ ਰਾਹੀਂ ਦਿਲ ਵਿੱਚੋਂ ਬਾਹਰ ਨਿਕਲ ਕੇ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਜਿਹੜਾ ਹੈਗਾ ਪਹੁੰਚ ਜਾਂਦਾ ਹੈ ਇਸ ਪ੍ਰਕਾਰ ਦੀ ਇਸ ਪ੍ਰਕਾਰ ਦੀ ਧੜਕਣ ਦੀ ਇਹ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ ਤੇ ਦਿਲ ਅਸ਼ੁੱਧ ਲਹੂ ਨੂੰ ਸਾਫ਼ ਕਰਕੇ ਲਗਾਤਾਰ ਸਰੀਰਕ ਅੰਗਾਂ ਤੱਕ ਪਹੁੰਚਾਉਂਦਾ ਰਹਿੰਦਾ ਹੈ ਤਮਣੀ ਕੀ ਹੈ ਦੋਸਤੋ ਤਮਣੀਆਂ ਜਿਹੜੀਆਂ ਹੈਗੀਆਂ ਨੇ ਅਸ਼ੁੱਧ ਲਹੂ ਨੂੰ ਦਿਲ ਤੋਂ ਸਰੀਰ ਦੇ ਵੱਖ-ਵੱਖ ਭਾਗਾਂ ਵੱਲ ਲੈ ਕੇ ਜਾਂਦੀਆਂ ਹਨ ਅਤੇ ਇਹਨਾਂ ਤਮਣੀਆਂ ਵਿੱਚੋਂ ਹੀ ਸ਼ੁੱਧ ਲਹੂ ਹੁੰਦਾ ਹੈ ਸਿਰਫ ਫੇਫੜਾ ਤਮਣੀ ਵਿੱਚ ਅਸ਼ੁੱਧ ਲਹੂ ਹੁੰਦਾ ਹੈ ਸ਼੍ਰਾਵਾਂ ਕੀ ਹੈ ਦੋਸਤੋ ਸ਼੍ਰਾਵਾਂ ਲਹੂ ਨੂੰ ਸਰੀਰ ਤੋਂ ਦਿਲ ਵੱਲ ਲੈ ਕੇ ਆਉਂਦੀਆਂ ਹਨ ਸਿਰਫ ਫੇਫੜਾ ਨਾੜੀ ਸ਼ੁੱਧ ਲਹੂ ਲੈ ਕੇ ਜਾਂਦੀ ਹੈ ਕੋਸ਼ਿਕਾਵਾਂ ਤਾਂ ਸਾਡੇ ਸਰੀਰ ਵਿੱਚ ਬਹੁਤ ਹੀ ਬਰੀਕ ਕੋਸ਼ਿਕਾਵਾਂ ਜਾਂ ਫਿਰ ਦੋਸਤੋ ਜਿਹੜਾ ਹੈਗਾ ਦੋਸਤੋ ਬਰੀਕ ਕੋਸ਼ਿਕਾਵਾਂ ਦਾ ਜਾਲ ਵਿਛਿਆ ਹੋਇਆ ਹੈ ਇਹ ਜਿਹੜਾ ਹੈਗਾ ਕੋਸ਼ਿਕਾਵਾਂ ਧਮਣੀਆਂ ਤੋਂ ਅੱਗੇ ਸਾਫ਼ ਲਹੂ ਨੂੰ ਸਰੀਰ ਦੇ ਹਰੇਕ ਭਾਗ ਤੱਕ ਪਹੁੰਚਾਉਂਦਾ ਹੈ ਬਰਫ ਨਾਲ ਇਲਾਜ ਕਿਵੇਂ ਕੀਤਾ ਜਾਵੇ ਤਾਂ ਦੋਸਤੋ ਇੱਕ ਹੀ ਲਿਖਿਆ ਦੋਸਤੋ ਆਪਣੇ ਅਥੇ ਕਰਾਈਓ ਥੈਰੇਪੀ ਵਿੱਚ ਬਰਫ਼ ਨਾਲ ਇਲਾਜ ਕੀਤਾ ਜਾਂਦਾ ਹੈ ਜਿਸ ਵਿਧੀ ਵਿੱਚ ਬਰਫ਼ ਦੇ ਪੈਕਟਾਂ ਬਰਫ਼ ਨਾਲ ਠੰਡਾ ਤੌਲੀਆ ਬਰਫ਼ ਨਾਲ ਮਾਲਿਸ਼ ਅਤੇ ਬਰਫ਼ ਦੇ ਜੈਲ ਪੈਕਟਾਂ ਦੀ ਵਰਤੋਂ ਕਰਕੇ ਸੱਟਾਂ ਦਾ ਇਲਾਜ ਕੀਤਾ ਜਾਂਦਾ ਹੈ ਕਾਕੇ ਖਿਡਾਰੀ ਦਾ ਖੇਡ ਪ੍ਰਦਰਸ਼ਨ ਨੂੰ ਵਧਾਉਣ ਵਧੀਆ ਬਣਾਉਣ ਲਈ ਬਰਫ਼ ਨਾਲ ਇਲਾਜ ਇਸ਼ਨਾਨ ਕਰਦੇ ਹਨ ਜ਼ਿਆਦਾਤਰ ਇਸ ਇਲਾਜ ਦੀ ਵਰਤੋਂ ਕਿਸੇ ਗੁੰਜੀ ਗੁੰਜੀ ਸੱਟ ਜਿਵੇਂ ਕਿ ਮੋਚ ਖਿਚਾ ਆਦੋ ਤੁਰੰਤ ਬਾਅਦ ਕੀਤੀ ਜਾਂਦੀ ਹੈ ਇਹ ਬਹੁਤੀ ਜਿਹੜਾ ਸਰਦਾਰ ਇਲਾਜ ਹੈ ਇਸ ਇਲਾਜ ਦੀ ਵਰਤੋਂ ਜਿਹੜੀ ਹੈਗੀ ਆ ਨਾਲ ਅੰਦੂਰਨੀ ਲਹੂ ਵਧਵਾ ਨੂੰ ਰੋਕਣ ਵਿੱਚ ਸਹਾਇਤਾ ਮਿਲਦੀ ਹੈ ਜਿਸ ਨਾਲ ਪ੍ਰਭਾਵਿਤ ਅੰਗ ਤੋਂ ਮੋਚ ਘਟ ਜਾਂਦੀ ਹੈ ਇਸ ਦੀ ਵਰਤੋਂ ਜਿਹੜੀ ਹੈਗੀ ਆ ਨਾਲ ਜਿਹੜੀ ਹੈਗੀ ਸੱਟ ਨੂੰ ਠੀਕ ਹੋਣ ਵਿੱਚ ਵੀ ਕੱਟ ਸਮਾਂ ਲੱਗਦਾ ਹੈ ਇਸੇ ਤਕਨੀਕ ਦੀ ਵਰਤੋਂ ਦਰਦ ਘਟਾਉਣ ਮਾਸਪੱਠਿਆਂ ਤੇ ਸੋਜ ਘਟਾਉਣ ਅਤੇ ਸਰੀਰ ਦੇ ਕੰਮ ਕਰਨ ਅਤੇ ਯੋਗਤਾ ਨੂੰ ਵਧਾਉਣ ਲਈ ਵੀ ਕੀਤੀ ਜਾਂਦੀ ਹੈ ਅੱਗੇ ਹੈ ਦੋਸਤੋ ਆਪਣਾ ਤੁਸੀਂ ਭੌਤਿਕ ਚਿਕਤਸਾ ਬਾਰੇ ਤੁਸੀਂ ਖੇਡਾਂ ਵਿੱਚ ਕੀ ਯੋਗਦਾਨ ਹੈ ਭੌਤਿਕ ਚਿਕਤਸਾ ਸਪੋਰਟਸ ਮੈਡੀਸਨ ਅਹ ਦਾ ਮਹੱਤਵਪੂਰਨ ਹਿੱਸਾ ਹੈ ਦੋਸਤੋ ਇਹ ਖੇਡ ਖੇਡਾਂ ਦੌਰਾਨ ਜਿਹੜਾ ਹੈਗਾ ਵਾ ਖਿਡਾਰੀਆਂ ਦੇ ਸੱਟਾਂ ਲੱਗਦੀਆਂ ਰਹਿੰਦੀਆਂ ਹਨ ਜਿਵੇਂ ਕਿ ਹੱਡੀ ਦਾ ਟੁੱਟਣਾ ਹੱਡੀ ਦਾ ਆਪਣੀ ਥਾਂ ਤੋਂ ਹਿਲ ਜਾਣਾ ਮੋਚ ਆ ਜਾਣਾ ਤੇ ਮਾਸਪੇਟੀਆਂ ਵਿੱਚ ਖਿਚਾਅ ਪੈਦਾ ਆਦਿ ਸਧਾਰਨ ਸ਼ਬਦਾਂ ਵਿੱਚ ਪੌਤਿਕ ਚਿਕਸਾ ਇਲਾਜ ਦੀ ਅਜਿਹੀ ਵਿਧੀ ਹੈ ਜਿਸ ਵਿੱਚ ਸਰੀਰਕ ਕਸਰਤਾਂ ਮਾਲਿਸ਼ ਠੰਡੇ ਅਤੇ ਗਰਮ ਪਾਣੀ ਅਤੇ ਤਾਪ ਕਿਰਨਾਂ ਅਤੇ ਬਿਜਲੀ ਉਪਕਰਨਾਂ ਅਤੇ ਚੁੰਬਕੀ ਊਰਜਾ ਰਾਹੀਂ ਇਲਾਜ ਕੀਤਾ ਜਾਂਦਾ ਹੈ ਇਸ ਤਕਨੀਕ ਰਾਹੀਂ ਮਾਸਪੱਠੇ ਤੰਤੂਆਂ ਅਤੇ ਬੰਦਕ ਜਿਹੜਾ ਹੈਗਾ ਵਾ ਤੰਦਾਂ ਨੂੰ ਮਜ਼ਬੂਤ ਬਣਾਉਂਦੀ ਹੈ ਜੋੜਾਂ ਦੀਆਂ ਸੱਟਾਂ ਲਈ ਛੇਤੀ ਇਲਾਜ ਵਿੱਚ ਬਹੁਤ ਹੀ ਸਹਾਇੀ ਹੁੰਦੀ ਹੈ ਮੁਕਾਬਲੇ ਵਿੱਚ ਮੁਕਾਬਲੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਦਰਦ ਨਿਵਾਰਕ ਜਾਂ ਫਿਰ ਦੋਸਤੋ ਸਰੀਰਕ ਯੋਗਤਾ ਨੂੰ ਵਧਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਕਰਨਾ ਵਰਜਿਤ ਹੈ। ਕਈ ਵਾਰ ਮੁਕਾਬਲੇ ਵਿੱਚ ਦੌਰਾਨ ਖਿਡਾਰੀ ਨੂੰ ਸੱਟ ਲੱਗ ਜਾਂਦੀ ਹੈ ਤੇ ਖਿਡਾਰੀ ਨੂੰ ਮੁਕਾਬਲੇ ਵਿੱਚ ਬਣਾਈ ਰੱਖਣ ਲਈ ਉਸ ਦਾ ਤੁਰੰਤ ਇਲਾਜ ਬਹੁਤੀ ਜ਼ਰੂਰੀ ਹੁੰਦਾ ਹੈ। ਸੱਟ ਲੱਗਣ ਦੇ ਬਾਵਜੂਦ ਖਿਡਾਰੀ ਨੂੰ ਖੇਡ ਮੁਕਾਬਲੇ 'ਚ ਬਣਾਈ ਰੱਖਣ ਲਈ ਖੇਡ ਚਿਤਕਸਕ ਠੀਕ ਹੈ ਜੀ ਦੀ ਅਹਿਮ ਭੂਮਿਕਾ ਹੁੰਦੀ ਹੈ ਉਹ ਤੁਰੰਤ ਕੁਦਰਤੀ ਤਰੀਕਿਆਂ ਨਾਲ ਇਲਾਜ ਕਰਕੇ ਖਿਡਾਰੀ ਨੂੰ ਖਿਡਾਰੀ ਦਾ ਦਰਦ ਜਿਹੜਾ ਹੈਗਾ ਤਕਲੀਫ ਤੋਂ ਰਾਹਤ ਪ੍ਰਦਾਨ ਕਰਦਾ ਹੈ ਤੇ ਖਿਡਾਰੀ ਨੂੰ ਮੁਕਾਬਲੇ ਵਿੱਚ ਬਣੇ ਰਹਿਣ ਵਿੱਚ ਸਹਿਯਤਾ ਕਰਦਾ ਹੈ ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ ਅਧਿਵਾਦ ਦਾ ਅਤੇ ਵਿਕਾਸਨ ਉਪਰ ਵਾਭਿਤ ਕਰਨ ਵਾਲੇ ਤਤ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖ ਲਓ ਕਿਹੜੇ-ਕਿਹੜੇ ਤਤ ਨੇ ਵਾਧਾ ਤੇ ਵਿਕਾਸਨ ਉਪਰ ਵਾਭਿਤ ਕਰਨ ਵਾਲੇ ਤਤ ਤਾਂ ਸਭ ਤੋਂ ਪਹਿਲਾਂ ਹੈ ਵੰਸ਼ਕ ਵੰਸ਼ਿਕ ਠੀਕ ਹੈ ਜੀ ਤੇ ਵੰਸ਼ਿਕ ਗੁਨਾਤੋ ਭਾਵ ਉਹ ਗੁਣ ਹਨ ਜੋ ਬੱਚੇ ਨੂੰ ਜਨਮ ਤੋਂ ਹੀ ਆਪਣੇ ਮਾਤਾ ਪਿਤਾ ਜਾਂ ਫਿਰ ਵੱਡੇ ਵੱਡੇ ਰਿਆਂ ਤੋਂ ਪ੍ਰਾਪਤ ਹੁੰਦੇ ਹਨ ਠੀਕ ਹੈ ਜੀ ਵਾਤਾਵਰਣ ਦਾ ਪ੍ਰਭਾਵ ਵੀ ਹੁੰਦਾ ਵਾ ਸਰੀਰਿਕ ਕਸਰਤਾਂ ਦਾ ਵੀ ਪ੍ਰਭਾਵ ਹੁੰਦਾ ਵਾ ਸੰਤੁਲਿਤ ਭੋਜਨ ਦਾ ਵੀ ਪ੍ਰਭਾਵ ਹੁੰਦਾ ਵਾ ਠੀਕ ਹੈ ਜੀ ਸੰਤੁਲਿਤ ਭੋਜਨ ਸੱਚ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਸੰਤੁਲਿਤ ਭੋਜਨ ਦਾ ਭੂਤੀ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ ਬੱਚੇ ਦੇ ਮੁੱਢਲੇ ਵਿਕਾਸ ਲਈ ਸੰਤੁਲਿਤ ਭੋਜਨ અતੀ ਜ਼ਰੂਰੀ ਹੈ ਠੀਕ ਹੈ ਜੀ ਜਿਸ ਵਿੱਚ ਦੋਸਤੋ ਕੀ ਹੈ ਬਹੁਤੀ ਵਧੀਆ ਹੁੰਦਾ ਵਾ ਸੰਤੁਲਿਤ ਪੋਸ਼ਟਿਕ ਤੱਤ ਜਿਸ ਵਿੱਚ ਪੂਰੇ ਹੀ ਮੌਜੂਦ ਹਨ ਉਸ ਨੂੰ ਸੰਤ ਹੋਣਾ ਤੇ ਅੱਗੇ ਰਸ ਗ੍ਰੰਥੀਆਂ ਦਾ ਪ੍ਰਭਾਵ ਵੀ ਹੁੰਦਾ ਵਾ ਲਿੰਗ ਅੰਤਰ ਵੀ ਹੁੰਦਾ ਵਾ ਕਸਰਤ ਅਤੇ ਸਿਹਤ ਤੁਸੀਂ ਅੰਦਰਲਾ ਜਿਹੜਾ ਹੈਗਾ ਵਾ ਇਸ ਨੂੰ ਰੀਡ ਕਰ ਸਕਦੇ ਹੋ ਦੋਸਤੋ ਅੱਗੇ ਹੈ ਆਪਣਾ ਵਾਧਾ ਅਤੇ ਵਿਕਾਸ ਦੇ ਸਿਧਾਂਤ ਦਾ ਸੰਖੇਪ ਵਰਣਨ ਕਰੋ ਤਾਂ ਇਸ ਅਨਸਰ ਤੁਸੀਂ ਨੋਟ ਕਰ ਸਕਦੇ ਹੋ ਦੋਸਤੋ ਵਾਧਾ ਤੇ ਵਿਕਾਸ ਦੇ ਸਿਧਾਂਤ ਦਾ ਸੰਖੇਪ ਅਨਿਰੰਤਰਤਾ ਦਾ ਸਿਧਾਂਤ ਵੰਸ਼ਿਕ ਗੁਣਾ ਦਾ ਸਿਧਾਂਤ ਸੌਖੇ ਤੇ ਔਖੇਸ ਬਲ ਦਾ ਸਿਧਾਂਤ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਨਿਰੰਤਰਤਾ ਸਿਧਾਂਤ ਵਿੱਚ ਕੀ ਹੈ ਦੋਸਤੋ ਮਨੁੱਖ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਵਿਕਾਸ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਵੰਸ਼ਿਕ ਗੁਣਾ ਵਿੱਚ ਦੋਸਤੋ ਕੀ ਬੱਚੇ ਦੇ ਬਾਧੇ ਅਤੇ ਵਿਕਾਸ ਉੱਪਰ ਮਾਤਾ ਪਿਤਾ ਵੱਲੋਂ ਜਨਮ ਜਾਤ ਗੁਣਾ ਦਾ ਬਹੁਤੀ ਪ੍ਰਭਾਵ ਪੈਂਦਾ ਹੈ ਤੇ ਸੌਖੇ ਤੋਂ ਔਖੇ ਵੱਲ ਦੋਸਤੋ ਇਹਦੇ ਵਿੱਚ ਕੀ ਹੈ ਵਾਧੇ ਅਤੇ ਵਿਕਾਸ ਦਾ ਪਹਿਲਾ ਕਦਮ ਸੌਖਾ ਹੁੰਦਾ ਹੈ ਤੇ ਫਿਰ ਬਾਅਦ ਤੋਂ ਵਿੱਚ ਉਹ ਹੌਲੀ-ਹੌਲੀ ਔਖੇ ਵੱਲ ਵਧਦਾ ਹੈ ਠੀਕ ਹੈ ਜੀ ਤਾਂ ਇਹ ਜਿਹੜਾ ਹੈਗਾ ਦੋਸਤੋ ਕੀ ਹੈ ਜਿਵੇਂ ਕਿ ਬੱਚਾ ਸਭ ਤੋਂ ਪਹਿਲਾਂ ਹੱਥ-ਪੈਰ ਮਾਰਦਾ ਹੈ ਇਹ ਕਿਰਿਆ ਵਿਕਾਸਕ ਮੰਦੀ ਹੈ ਇਸ ਤੋਂ ਬਾਅਦ ਜਦੋਂ ਬੱਚਾ ਸਰੀਰਕ ਤੌਰ ਤੇ ਥੋੜਾ ਜਿਹੜਾ ਹੈਗਾ ਵਾ ਪਰਿਪੱਕ ਹੋ ਜਾਂਦਾ ਤਾਂ ਉਹ ਆਪਣੀਆਂ ਉਂਗਲਾਂ ਨਾਲ ਚੀਜ਼ਾਂ ਚੁਕਾਉਣ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਜੀ ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ ਤੁਸੀਂ ਇਸ ਨੂੰ ਪੂਰਾ ਹੀ ਰੀਡ ਕਰਨਾ ਬਾਅਦ ਚੌਥਾ ਪੁਆਇੰਟ ਕੀ ਹੈ ਵਿਅਕਤੀਗਤ ਭਿੰਨਤਾ ਦਾ ਸਿਧਾਂਤ ਠੀਕ ਹੈ ਜੀ ਵਿਦਿਆ ਤੇ ਵਿਕਾਸ ਦੀ بے ਤਰਤੀਬੀ ਗਤੀ ਠੀਕ ਹੈ ਵੀ ਤੁਸੀਂ ਰੀਡ ਕਰ ਲਓ ਅੱਗੇ ਦੋਸਤੋ ਪਰਸਪਰ ਸਬੰਧ ਦਾ ਜਿਹੜਾ ਹੈਗਾ ਸਿਧਾਂਤ ਠੀਕ ਹੈ ਤੁਸੀਂ ਇਸ ਨੂੰ ਵੀ ਰੀਡ ਕਰ ਲੈਣਾ ਵਾ ਉਸ ਤੋਂ ਬਾਅਦ ਸ੍ਰੇਢਕ ਸਿੱਖਿਆ ਵਿੱਚ ਜਾਂਚ ਮਿੰਤੀ ਅਤੇ ਮੁਲਾਂਕਣ ਬਾਰੇ ਵਿਸਥਾਰਪੂਰਵਕ ਦੱਸੋ ਤਾਂ ਜਾਂਚ ਕੀ ਹੁੰਦੀ ਹੈ ਦੋਸਤੋ ਖਿਡਾਰੀ ਦੀ ਪ੍ਰਗਤੀ ਖਿਡਾਰੀ ਦੀ ਪ੍ਰਗਤੀ ਅਤੇ ਕੋਚ ਦੀ ਸਿਖਲਾਈ ਦਾ ਪੱਧਰ ਜਾਣਨ ਲਈ ਜਾਂਚ ਟੈਸਟ ਬਹੁਤ ਹੀ ਜ਼ਰੂਰੀ ਹੈ ਟੈਸਟ ਕੀ ਹੈ ਜਾਂ ਫਿਰ ਜਾਂਚ ਉਹ ਉਜਾਰ ਹੈ ਜਿਸ ਦੇ ਸਹਿਯੋਗ ਨਾਲ ਅਸੀਂ ਖਿਡਾਰੀ ਦੀਆਂ ਸਰੀਰਕ ਯੋਗਤਾਵਾਂ ਮਾਨਸਿਕ ਪੱਧਰ ਅਤੇ ਖੇਡ ਕਸ਼ਲਤਾ ਵਿੱਚ ਹੋਏ ਸੁਧਾਰਾਂ ਬਾਰੇ ਪਤਾ ਕਰ ਸਕਦੇ ਹਾਂ ਮਿੰਨਤੀ ਕੀ ਹੈ ਦੋਸਤੋ ਅਮਿੰਤੀ ਜਾਂਚ ਤੋਂ ਬਾਅਦ ਖਿਡਾਰੀ ਦੇ ਪ੍ਰਾਪਤ ਅੰਕਣਿਆਂ ਦਾ ਰਿਕਾਰਡ ਰੱਖਣਾ ਮਿੰਤੀ ਅਖਵਾਉਂਦਾ ਹੈ ਠੀਕ ਹੈ ਜੀ ਤੇ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਅੰਦਰਲਾ ਪੂਰਾ ਮੁਲਾਂਕਣ ਕੀ ਹੈ ਦੋਸਤੋ ਮੁਲਾਂਕਣ ਫੈਸਲਾ ਕਰਨ ਜਾਂ ਫਿਰ ਕਿਸੇ ਵਸਤੂ ਦੇ ਗੁਣ ਜਾਂ ਮਹੱਤਤਾ ਤੇ ਰਾਸ਼ੀ ਮੁੱਲ ਨੂੰ ਨਿਰਧਾਰਿਤ ਕਰਨ ਦੀ ਪ੍ਰਕਿਰਿਆ ਹੈ ਇਸ ਤਰ੍ਹਾਂ ਬੁਲੰਕਰ ਤੋਂ ਭਾਵ ਜਾਂਚ ਟੈਸਟ ਤੋਂ ਪ੍ਰਾਪਤ ਮਿੰਤੀਆਂ ਦਾ ਲੇਖਾ ਜੋਖਾ ਕਰਨਾ ਹੈ ਮੁਲਾਂਕਣ ਰਾਹੀਂ ਖਿਡਾਰੀ ਦੇ ਪ੍ਰਾਪਤ ਅੰਕੜਿਆਂ ਦਾ ਉਸ ਦੇ ਪਿਛਲੇ ਰਿਕਾਰਡਾਂ ਨਾਲ ਤੁਲਨਾ ਕਰਕੇ ਇਹ ਦੇਖਿਆ ਜਾਂਦਾ ਹੈ ਕਿ ਖਿਡਾਰੀ ਪਹਿਲਾਂ ਨਾਲੋਂ ਤਰੱਕੀ ਕਰ ਰਿਹਾ ਹੈ ਜਾਂ ਫਿਰ ਨਹੀਂ ਮੁਲਾਂਕਣ ਨਾਲ ਇੱਕ ਖਿਡਾਰੀ ਦੇ ਦੂਜੇ ਖਿਡਾਰੀ ਹੋਤੀ ਜਾਂਦੀ ਹੈ ਤਾਂ ਕਿ ਦੋਹਾਂ ਖਿਡਾਰੀਆਂ ਵਿੱਚ ਫਰਕ ਦਾ ਪਤਾ ਲੱਗ ਸਕੇ ਖੇਡਾਂ ਵਿੱਚ ਖਿਡਾਰੀਆਂ ਦੀ ਤਰੱਕੀ ਲਈ ਮੁਲਾਂਕਣ ਬਹੁਤ ਹੀ ਜਿਹੜਾ ਹੈਗਾ ਜ਼ਰੂਰੀ ਮੁਲੰਕਣ ਤੋਂ ਬਿਨਾ ਜਿਹੜਾ ਖਿਡਾਰੀ ਦੀ ਤਰੱਕੀ ਅਤੇ ਕੋਚ ਸਿਖਲਾਈ ਪ੍ਰੋਗਰਾਮ ਦੀ ਸਾਰਥਕਤਾ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਕਈ ਵਾਰੀ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਖਿਡਾਰੀ ਸਹੀ ਤਰੱਕੀ ਨਹੀਂ ਕਰ ਸਕਦਾ ਹੈ ਜਿਸ ਕਰਕੇ ਉਸ ਦੀ ਸਿਖਲਾਈ ਵਿਧੀ ਵਿੱਚ ਤਬਦੀਲੀ ਦੀ ਲੋੜ ਹੁੰਦੀ ਹੈ। ਇਸ ਗੱਲ ਦਾ ਪਤਾ ਸਿਰਫ ਮੁਲੰਕਣ ਰਾਹੀਂ ਲਗਾਇਆ ਜਾ ਸਕਦਾ ਹੈ। ਮੁਲੰਕਣ ਖਿਡਾਰੀਆਂ ਦੀ ਦਰਜਾਬੰਦੀ ਅਤੇ ਨਵੇਂ-ਨਵੇਂ ਪ੍ਰੋਗਰਾਮ ਬਣਾਉਣ ਵਿੱਚ ਸਹਾਇੀ ਹੁੰਦੀ ਹੈ। ਠੀਕ ਹੈ ਜੀ। ਖਿਡਾਰੀਆਂ ਦੀ ਯੋਗਤਾਵਾਂ ਦਾ ਪ੍ਰੀਖਿਆ ਪ੍ਰੀਖਣ ਕਰਨ ਲਈ ਕਿਸੇ ਤਿੰਨ ਪ੍ਰਕਾਰ ਦੇ ਟੈਸਟਾਂ ਦੀ ਜਿਹੜੀ ਹੈਗੀ ਆ ਵਿਆਖਿਆ ਕਰੋ ਸੱਤ ਪਹਿਲਾ ਹੈਗਾ ਆਪਣੀ ਬ੍ਰੌਡ ਜੰਪ ਬ੍ਰੌਡ ਜੰਪ ਕਰਨ ਲਈ ਖਿਡਾਰੀ ਆਪਣੇ ਪੈਰਾਂ ਨੂੰ ਮੋਢਿਆਂ ਦੀ ਚੌੜਾਈ ਦੇ ਅਨੁਸਾਰ ਖੋਲ ਕੇ ਖੜਾ ਹੁੰਦਾ ਹੈ ਦੋਹਾਂ ਲਤਾਂ ਦਾ ਬਰਾਬਰ ਜ਼ੋਰ ਲਗਾਉਂਦਾ ਹੋਇਆ ਉਹ ਦੋਹਾਂ ਪੈਰਾਂ ਨੂੰ ਇਕੱਠੇ ਕਰਕੇ ਅੱਗੇ ਨੂੰ ਜੰਪ ਕਰਦਾ ਹੈ ਜੰਪ ਕਰਨ ਉਪਰੰਤ ਖਿਡਾਰੀ ਵੱਲੋਂ ਤੈਅ ਕੀਤੀ ਦੂਰੀ ਨੂੰ ਮੀਟਰ ਵਿੱਚ ਮਾਪਿਆ ਜਾਂਦਾ ਹੈ ਖਿਡਾਰੀ ਵੱਲੋਂ 30 ਕੇ ਤੈਅ ਕੀਤੀ ਗਈ ਦੂਰੀ ਤੋਂ ਖਿਡਾਰੀ ਦੀਆਂ ਲਤਾਂ ਦੀ ਤਾਕਤ ਦਾ ਪਤਾ ਲੱਗਦਾ ਹੈ ਤੇ ਲਚਕ ਟੈਸਟ ਫਲੈਕਸੀਬਿਲਟੀ ਟੈਸਟ ਦਾ ਕੀ ਹੈ ਖਿਡਾਰੀ ਆਪਣੇ ਦੋਹਾਂ ਪੈਰਾਂ ਨੂੰ ਜੋੜ ਕੇ ਕਿਸੇ ਮਜ਼ਬੂਤ ਪਲੇਟਫਾਰਮ ਉੱਪਰ ਸਿੱਧਾ ਖੜਾ ਹੋਵੇਗਾ ਆਪਣੀਆਂ ਲੱਤਾਂ ਨੂੰ ਬਿਲਕੁਲ ਜਿਹੜਾ ਹੈਗਾ ਸਿੱਧਾ ਰੱਖਦੇ ਹੋਏ ਆਪਣੇ ਸਰੀਰ ਦੇ ਉੱਪਰਲੇ ਭਾਗ ਨੂੰ ਅੱਗੇ ਵੱਲ ਝੁਕਾਉਂਦਾ ਹੋਇਆ ਆਪਣੇ ਹੱਥਾਂ ਨਾਲ ਪੈਰਾਂ ਤੋਂ ਹੇਠਾਂ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗਾ ਤੇ ਜਿਹੜਾ ਖਿਡਾਰੀ ਵੱਧ ਤੋਂ ਵੱਧ ਆਪਣੇ ਸਰੀਰ ਨੂੰ ਮੋੜਦਾ ਹੋਇਆ ਹੱਥਾਂ ਨਾਲ ਪਲੇਟਫਾਰਮ ਨੂੰ ਛੂੰਹਦਾ ਹੈ ਅਤੇ ਘੱਟ ਤੋਂ ਘੱਟ ਸੈਕਿੰਡ ਲਈ ਉਸ ਸਥਿਤੀ ਵਿੱਚ ਰੁਕਦਾ ਹੈ ਉਨੇ ਹੀ ਉਸ ਦੇ ਸਰੀਰ ਦੀ ਲਚਕਤਾ ਹੋਵੇਗੀ ਖਿਡਾਰੀ ਦੇ ਹੱਥ ਅਤੇ ਆਪਣੇ ਪੈਰ ਤੋਂ ਜਿੰਨਾ ਹੇਠਾਂ ਜਾਣਗੇ ਉਸ ਦੀ ਗਿਣਤੀ ਕਰ ਲਈ ਜਾਂਦੀ ਹੈ ਉਸ ਤੋਂ ਬਾਅਦ ਦੋਸਤੋ ਪ੍ਰਸ਼ਨ ਹੈ ਆਪਣਾ ਉਸ ਦਾ ਹੀ ਪੁਆਇੰਟ ਹੈ ਤੀਸਰਾ ਪੁਆਇੰਟ ਚਮੜੀ ਮੋਟਾਈ ਪਰਿਕਖਣ ਤਾਂ ਇੱਕ ਖਾਸ ਪ੍ਰਕਾਰ ਦੇ ਔਜ਼ਾਰ ਜਿਸ ਨੂੰ ਸਕਿਨ ਫੋਲਡ ਕੈਲੀਪਰ ਕਿਹਾ ਜਾਂਦਾ ਹੈ ਇਸ ਦੀ ਮਦਦ ਨਾਲ ਚਮੜੀ ਦੀ ਮੋਟਾਈ ਨੂੰ ਮਾਪਿਆ ਜਾਂਦਾ ਹੈ ਇਸ ਉਪਕਰਣ ਦੀ ਸਹਾਇਤਾ ਨਾਲ ਖਿਡਾਰੀ ਦੀਆਂ ਬਾਹਾਂ ਪੇਟ ਅਤੇ ਛਾਤੀ ਦੀਆਂ ਚਮੜੀਆਂ ਦੀਆਂ ਮੋਟਾਈ ਨੂੰ ਮਾਪਿਆ ਜਾਂਦਾ ਹੈ ਇਸ ਮਿੰਟਤੀ ਨਾਲ ਖਿਡਾਰੀ ਦੇ ਸਰੀਰਕ ਵਿਚਲੇ ਸਰੀੜਕ ਚਰਬੀ ਦਾ ਜਿਹੜਾ ਹੈਗਾ ਪਤਾ ਲਗਾਇਆ ਜਾਂਦਾ ਹੈ ਕਿਉਂਕਿ ਵਕ ਵਕ ਸਰੀੜਕ ਵਿੱਚ ਲੋਡ ਨਾਲੋਂ ਵੱਧ ਚਰਬੀ ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਕਿਹੜੇ ਪ੍ਰਸ਼ਨ ਦਾ ਖਿਡਾਰੀਆਂ ਦੀ ਯੋਗਤਾਮੰਦਤਾ ਪਰਖਾ ਕਰਨ ਲਈ ਕਿਸੇ ਤਿੰਨ ਪ੍ਰਕਾਰ ਦੇ ਟੈਸਟ ਦੀ ਵਿਆਖਿਆ ਕਰਨ ਨੂੰ ਕਿਹਾ ਗਿਆ ਅਸੀਂ ਤਿੰਨ ਆਪਾਂ ਕਰ ਲਏ ਉਸ ਤੋਂ ਬਾਅਦ ਹੈ ਆਪਣਾ ਗੁਰੂਵਚਨ ਸਿੰਘ ਦੇਵ ਮੋਢਲੇ ਜੀਵਨ ਅਤੇ ਖੇਡਾਂ ਪ੍ਰਤੀ ਚੁਕਾ ਆਵਰੇਜ ਜਿਹੜਾ ਹੈਗਾ ਵਾ ਚਾਨਣਾ ਪਾਓ ਤਾਂ ਦੇਸਤੋ ਦੇਖੋ ਕੀ ਗੁਰਵਚਨ ਸਿੰਘ ਦੇ ਮੁੱਢਲੇ ਜੀਵਨ ਅਤੇ ਖੇਡਾਂ ਪ੍ਰਤੀ ਝੁਕਾਅ ਬਾਰੇ ਚੰਨਣਾ ਤਾਂ ਗੁਰਵੰਦਰ ਸਿੰਘ ਰਣਦਾਵਾ ਦਾ ਮੁੱਢਲਾ ਜੀਵਨ ਜਿਹੜਾ ਹੈਗਾ ਦੋਸਤੋ ਕੀ ਹੈ ਉਹਨਾਂ ਦਾ ਜਨਮ ਜਿਹੜਾ ਹੈਗਾ 6 ਜੂਨ 1939 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ ਨੇੜੇ ਮਹਿਤਾ ਵਿਖੇ ਹੋਇਆ ਪਿਤਾ ਮੇਜਰ ਤਹਿਲ ਸਿੰਘ ਰਣਦਾਵਾ ਦੇ ਗ੍ਰਹਿ ਮਾਤਾ ਤਨਵੰਤ ਕੌਰ ਦੀ ਕੁੱਖੋਂ ਹੋਇਆ ਉਸਦੇ ਪਿਤਾ ਅਤੇ ਵੱਡਾ ਭਰਾ ਹਰਭਜਨ ਸਿੰਘ ਆਪਣੇ ਹੀ ਠੀਕ ਹੈ ਜੋ ਪ੍ਰਸਿੱਧ ਐਥਲੀਟਸ ਹਨ ਘਰ ਵਿੱਚ ਖੇਡ ਦਾ ਮਾਹੌਲ ਪਹਿਲਾਂ ਹੀ ਸੀਗਾ ਠੀਕ ਹੈ ਜੀ ਉਹਨਾਂ ਦੀ ਧਰਮ ਪਤਨੀ ਅ ਜਸਮਿੰਦਰ ਕੌਰ ਵੀ ਜਿਹੜੀ ਹੈਗੀ ਆ ਡਿਸਕਸ ਥਰੋ ਦੀ ਰਾਸ਼ਟਰੀ ਪੱਧਰ ਦੇ ਐਥਲੀਟ ਰਹੀ ਹੈ ਦੂਸਰਾ ਉਹਨਾਂ ਦੇ ਸੌਰਿਆਂ ਜਿਹੜਾ ਹੈਗਾ ਬ ਰੁੜਕਾ ਕਲਾ ਵੱਲੋਂ ਸਾਰਿਆਂ ਨੇ ਖੁਦ ਨੂੰ ਜਿਹੜਾ ਹੈਗਾ ਖੇਡਾਂ ਦੇ ਸੰਪੂਰ ਸਪੂਰਕ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਸਾਰਿਆਂ ਨੇ ਖੁਦ ਨੂੰ ਜਿਹੜਾ ਹੈ ਖੇਡਾਂ ਦੇ ਸਪੂਰਕ ਕੀਤਾ ਹੋਇਆ ਹੈ ਉਸ ਤੋਂ ਬਾਅਦ ਕੀ ਹੈ ਖੇਡਾਂ ਵੱਲ ਚੁਕਾ ਗੁਰਵਚਨ ਸਿੰਘ ਨੇ ਵਾਲੀਬਾਲ ਅਤੇ ਫੁੱਟਬਾਲ ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਗੁਰਵਚਨ ਸਿੰਘ ਨੇ ਆਪਣਾ ਐਥਲੈਟਿਕਸ ਕੈਰੀਅਰ ਮਹਤਾਨੰਗਲ ਦੇ ਹਾਈ ਸਕੂਲ ਤੋਂ ਸ਼ੁਰੂ ਕੀਤਾ ਸੀ ਸਕੂਲੀ ਪੱਧਰ ਉਤੇ ਉਹ ਜ਼ਿਲ੍ਹਾ ਖੇਡਾਂ ਜਾਂ ਫਿਰ ਦੋਸਤੋ ਜੇਤੂ ਬਣਿਆ 1956 ਵਿੱਚ ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਗੁਰਵਚਨ ਸਿੰਘ ਨੇ ਪਹਿਲੇ ਹੀ ਸਾਲ ਜਿਹੜਾ ਹੈ 110 ਮੀਟਰ ਹਰਡਲਸ ਦੌੜ ਦਾ ਕਾਲਜ ਹਡਲਸ ਦੌੜ ਦਾ ਜਿਹੜਾ ਹੈਗਾ ਵਾ ਕਾਲਜ ਰਿਕਾਰਡ ਤੋੜ ਦਿੱਤਾ ਫਿਰ ਉਸਨੇ ਲੰਮੀ ਛਾਲ ਵਿੱਚ ਆਪਣੇ ਹੀ ਪਿਤਾ ਵੱਲੋਂ ਕਾਇਮ ਕੀਤਾ 20 ਸਾਲ ਪੁਰਾਣਾ ਰਿਕਾਰਡ ਤੋੜਿਆ 1957-58 ਵਿੱਚ ਪੰਜਾਬ ਯੂਨੀਵਰਸਿਟੀ ਦੀ ਅੰਤਰ ਕਾਲਜ ਐਥਲੈਟਿਕਸ ਮੀਟ ਵਿੱਚ ਗੁਰਵਚਨ ਨੇ ਜਿਹੜੇ ਵੀ ਈਵੈਂਟ ਵਿੱਚ ਹਿੱਸਾ ਲਿਆ ਉਥੇ ਹੀ ਡੇ ਗੱਡ ਦਿੱਤੇ ਉਸਨੇ ਪੰਜ ਸੂਨ ਜਿਹੜੇ ਹੈਗੇ ਆ ਤੁਮਗੇ ਜਿੱਤ ਕੇ ਯੂਨੀਵਰਸਿਟੀ ਦੇ ਬੈਸਟ ਐਥਲੀਟ ਦਾ ਖਿਤਾਬ ਜਿੱਤਿਆ ਗੁਰਬਚਨ ਸਿੰਘ ਰਣਦਾਵਾ 1958 ਵਿੱਚ CRPF ਵਿੱਚ ਭਰਤੀ ਹੋ ਗਿਆ CRPF ਵਿੱਚ ਭਰਤੀ ਹੋਣ ਉਪਰੰਤ ਉਸ ਦੀ ਖੇਡ ਪ੍ਰਤਿਭਾ ਹੋਰ ਵੀ ਨਿਖਾਰ ਆਇਆ ਆਲ ਇੰਡੀਆ ਪੁਲਿਸ ਖੇਡਾਂ ਦੇ ਬੈਸਟ ਐਥਲੀਟ ਨੂੰ ਹੋਮ ਮਿਨਿਸਟਰ ਮੈਡਲ ਮਿਲਦਾ ਸੀ ਜੋ ਉਸਨੇ ਲਗਾਤਾਰ 6 ਸਾਲ ਜਿਹੜਾ ਹੈਗਾ ਵਾ ਜਿੱਤਿਆ ਤੇ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਗੁਰਬਚਨ ਸਿੰਘ ਦੀ ਅੰਤਰਰਾਸ਼ਟਰੀ ਐਥਲੈਟਿਕ ਸ਼ੁਰੂਆਤ ਬਾਰੇ ਅਤੇ ਉਹਨਾਂ ਨੂੰ ਮਿਲੇ ਸਨਮਾਨਾ ਬਾਰੇ ਲਿਖੋ ਅੰਤਰਰਾਸ਼ਟਰੀ ਐਥਲੈਟਿਕਸ ਦੀ ਸ਼ੁਰੂਆਤ ਤਾਂ ਦੇਸ਼ ਦੀ ਐਥਲੈਟਿਕਸ ਵਿੱਚ ਗੁਰਬਚਨ ਸਿੰਘ ਰਣਦਾਵਾ ਦੀ ਗੁੱਡੀ 21 ਵਰਿਆਂ ਦੀ ਉਮਰੇ ਉਦੋਂ ਹੀ ਚੜਦੀ ਚੜੀ ਜਦੋਂ ਉਸਨੇ 1960 ਵਿੱਚ ਦਿੱਲੀ ਵਿਖੇ ਹੋਈ ਓਪਨ ਕੌਮੀ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿਹੜਾ ਹੈਗਾ ਵਾ ਟਿਕੈਥੈਲਨ ਦਾ ਕੌਮੀ ਰਿਕਾਰਡ ਹਾਂਜੀ ਤੋੜ ਦਿਆ ਸੋਨੇ ਦਾ ਜਿਹੜਾ ਹੈਗਾ ਵਾ ਤਮਗਾ ਗੁਰਵਚਨ ਜਿੱਤਿਆ ਸੀਗਾ ਠੀਕ ਹੈ ਜੀ ਤੇ ਗੁਰਵਚਨ ਸਿੰਘ ਨੇ ਡਿੱਕੇ ਥੈਲਨ ਡਿੱਕੇ ਥੈਲਨ ਵਿੱਚ ਜਿਹੜਾ ਹੈਗਾ 5973 ਅੰਕਾ ਨਾਲ ਨਵਾਂ ਰਿਕਾਰਡ ਕਾਇਮ ਕੀਤਾ 1960 1960 ਦੀਆਂ ਰੋਮ 올림픽ਸ ਲਈ ਚੁਣੀ ਗਈ ਭਾਰਤੀ ਐਥਲੈਟਿਕਸ ਟੀਮ ਵਿੱਚੋਂ ਗੁਰਵਚਨ ਸਿੰਘ ਸਭ ਤੋਂ ਛੋਟੀ ਉਮਰ ਦਾ ਐਥਲੀਟ ਜਿਹੜਾ ਹੈਗਾ ਸੀ 1960 ਦੀਆਂ ਰੋਮ 올림픽 ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਗੁਰਵਚਨ ਸਿੰਘ ਦਾ ਹੌਸਲਾ ਹੋਰ ਵੀ ਵੱਧ ਗਿਆ 1962 ਦੀਆਂ ਜਕਾਰਤਾ ਐਸ਼ੀਆਈ ਖੇਡਾਂ ਤੋਂ ਸਵਾ ਮਹੀਨਾ ਪਹਿਲਾਂ ਬੰਗਲੌਰ ਵਿਖੇ ਭਾਰਤੀ ਐਥਲੈਟਿਕਸ ਟੀਮ ਦੇ ਟ੍ਰਾਇਲਾਂ ਵਿੱਚ ਗੁਰਵਚਨ ਸਿੰਘ ਨੇ ਦੋ ਦਿਨਾਂ ਵਿੱਚ 4 9 110 ਮੀਟਰ ਹਰਡਲਸ ਉੱਚੀ ਛਾਲ ਜੈਵਲਿਨ ਥਰੋ ਅਤੇ ਜਿਹੜਾ ਹੈਗਾ ਵਾ ਢਿੱਕੇ ਥਲਨ ਕੌਮੀ ਰਿਕਾਰਡ ਬਣਾ ਕੇ ਖੇਡ ਹਲਕਿਆਂ ਵਿੱਚ ਜਿਹੜੀ ਹੈਗੀ ਆ ਅੰਤਰ ਥੱਲੀ ਮਚਾ ਦਿੱਤੀ ਇਹ ਰਿਕਾਰਡ ਐਥਲੈਟਿਕਸ ਦੀਆਂ ਤਿੰਨੋਂ ਵਨਗੜੀਆਂ ਦੌੜਾਂ ਥਰੋਆਂ ਅਤੇ ਛਾੜਾ ਵਿੱਚੋਂ ਬਣਾਏ ਗਏ ਸਨ ਗੁਰਬਚਨ ਸਿੰਘ ਰਣਦਾਵਾ ਨੂੰ ਮਿਲਣ ਵਾਲੇ ਦੂਸਰੇ ਮਾਨ ਸਨਮਾਨ ਠੀਕ ਹੈ ਜੀ ਤਾਂ ਜਕਾਰਤਾ ਏਸ਼ੀ ਖੇਡਾਂ ਖੇਡਾਂ ਵਿੱਚ ਉਸਨੇ ਜਿਹੜਾ ਹੈਗਾ ਵਾ ਡਿੱਕੇ ਡੀਕੇ ਥਲਨ ਵਿੱਚ ਜਿਹੜਾ ਹੈਗਾ ਵਾ ਸੋਨ ਤਮਗਾ ਜਿੱਤ ਕੇ ਏਸ਼ੀਆਈ ਦਾ ਜਿਹੜਾ ਹੈਗਾ ਵਾ ਬੈਸਟ ਐਥਲੀਟ ਦਾ ਖਿਤਾਬ ਹਾਸਲ ਕੀਤਾ ਯੂਰਪ ਦੌਰੇ ਮੌਕੇ ਉਸ ਨੇ ਜਿਹੜਾ ਹੈਗਾ ਨਾ ਮੁਕਾਬਲੇ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ 8 ਮੁਕਾਬਲੇ ਜਿੱਤੇ ਟੋਕੀਓ ਸ਼ਹਿਰ ਵਿਖੇ ਹੁਈਆਂ ਜਿਹੜੀਆਂ 올림픽 ਖੇਡਾਂ ਵਿੱਚ ਗੁਰਵਚਨ ਸਿੰਘ ਨੂੰ ਭਾਰਤੀ ਖੇਡ ਦਲ ਦਾ ਕਪਤਾਨ ਠੀਕ ਹੈ ਜੀ ਜਿਹੜਾ ਹੈਗਾ ਵਾ ਦੋਸਤੋ ਬਣਾਇਆ ਗਿਆ ਜਿਸ ਨੇ ਉਦਗਾਟਨੀ ਸਮਾਰੋਹ ਵਿੱਚ ਤਿਰੰਗਾ ਚੰਡਾ ਫੜ ਕੇ ਖਿਡਾਰੀਆਂ ਦੀ ਅਗਵਾਈ ਕੀਤੀ ਟੋਕੀਓ 올림픽 ਖੇਡਾਂ ਗੁਰਵਚਨ ਸਿੰਘ ਦੇ ਖੇਡ ਜੀਵਨ ਵਿੱਚ ਬਹੁਤ ਹੀ ਅਹਿਮ ਸਾਬਿਤ ਹੋਇਆ 올림픽 ਖੇਡਾਂ ਦੇ ਇਤਿਹਾਸ ਵਿੱਚ 110 ਮੀਟਰ ਹਡਲਸ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਉਹ ਪਹਿਲਾ ਏਸ਼ੀਆ ਖਿਡਾਰੀ ਸੀ ਫਾਈਨਲ ਮੁਕਾਬਲੇ ਵਿੱਚ ਭਾਵੇਂ ਉਹ ਕੋਈ ਤਮਗਾ ਪ੍ਰਾਪਤ ਨਾ ਕਰ ਸਕਿਆ ਪਰ 14 ਸੈਕਿੰਡਾਂ 14 ਸੈਕਿੰਡਾਂ ਦੇ ਸਮੇਂ ਨਾਲ ਪੰਜਵਾਂ ਸਥਾਨ ਪ੍ਰਾਪਤ ਕਰਨ ਦੇ ਨਾਲ ਨਾਲ ਉਸਨੇ ਰਾਸ਼ਟਰੀ ਸੈਿਕ ਅਤੇ ਰਾਸ਼ਟਰ ਮੰਡਲ ਖੇਡ ਦਾ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਉਸ ਦਾ ਜਿਹੜਾ ਹੈਗਾ ਪੰਜਵਾਂ ਸਥਾਨ ਪ੍ਰਾਪਤ ਕਰਨ ਦਾ ਕਰਨਾ ਵੀ ਭਾਰਤੀ ਖੇਡਾਂ ਲਈ ਜਿਹੜਾ ਹੈਗਾ ਵਾ ਸੁਭਾ ਸੰਕੇਤ ਅਸੀ ਗੁਰਵਚਨ ਸਿੰਘ ਰਣਦਾਵਾ ਨੇ ਜਿਹੜਾ ਹੈਗਾ ਵਾ ਸਟੇਟ ਓਪਨ ਨੈਸ਼ਨਲ ਤੇ ਸਟੇਟ ਓਪਨ ਨੈਸ਼ਨਲ ਠੀਕ ਹੈ ਜੀ ਦੁਬਾਰਾ ਸੁਣੋ ਗੁਰਵਚਨ ਸਿੰਘ ਰਣਦਾਵਾ ਨੇ ਇੰਟਰ ਸਟੇਟ ਤੇ ਓਪਨ ਨੈਸ਼ਨਲ ਅਤੇ ਆਲ ਇੰਡੀਆ ਜਿਹੜਾ ਹੈਗਾ ਵਾ ਪੁਲਿਸ ਮੁਕਾਬਲਿਆਂ ਨੂੰ ਮਿਲਾ ਕੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ 34 ਸੋਨ ਤਮਗੇ ਜਿੱਤੇ ਜਿਨ੍ਹਾਂ ਵਿੱਚੋਂ ਇਕੱਲੇ ਪੁਲਿਸ ਖੇਡਾਂ ਵਿੱਚੋਂ 22 ਸੋਨ ਤਮਗੇ ਸ਼ਾਮਿਲ ਹਨ 110 ਮੀਟਰ ਹਡਲਸ ਵਿੱਚ ਬਣੌਣੀਆਂ ਅ uh, 110 ਮੀਟਰ ਹਡਲਸ ਵਿੱਚ ਬਣਾਇਆ ਉਸ ਦਾ ਕੌਮੀ ਰਿਕਾਰਡ 37 ਸਾਲ ਅਤੇ ਅ ਜਿਹੜਾ ਹੈਗਾ ਵਾ ਡਿਕੇਥਲਨ ਵਿੱਚ ਬਣਾਇਆ ਕੌਮੀ ਰਿਕਾਰਡ 12 ਸਾਲ ਬਰਕਰਾਰ ਰਿਹਾ ਉਹ ਏਸ਼ੀਆਈ ਖੇਡਾਂ ਵਿੱਚ 1982 ਦੌਰਾਨ ਭਾਰਤੀ ਐਥਲੈਟਿਕਸ ਟੀਮ ਦਾ ਕੋਚ ਸੀ ਕੋਚ ਤੋਂ ਇਲਾਵਾ ਗੁਰਵਚਨ ਸਿੰਘ ਰਣਦਾਵਾ ਭਾਰਤੀ ਐਥਲੈਟਿਕਸ ਟੀਮ ਦਾ ਅ ਲੰਮਾ ਸਮਾ ਚੋਣਕਾਰ ਖੇਡ ਅਵਾਰਡ ਕਮੇਟੀ ਦੇ ਮੈਂਬਰ ਅਤੇ ਡੋਪਿੰਗ ਕੇਸਾਂ ਸੰਬੰਧੀ ਬਣਨ ਵਾਲੇ ਜਿਉਰੀ ਪੈਨਲਾਂ ਦੇ ਵੀ ਮੈਂਬਰ ਰਹੇ ਭਾਰਤੀ ਐਥਲੀਟਾਂ ਦੀ ਚੋਣ ਕਮੇਟੀ ਦਾ ਉਹ 2005 ਤੋਂ ਮੁਖੀ ਚਲੇ ਆ ਰਹੇ ਸਨ ਉਹ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਸਲਾਹਕਾਰ ਵੀ ਰਹੇ ਉਹਨਾਂ ਦੇ ਨਾਂਤੇ ਹੋਰ ਜਿਹੜਾ ਹੈਗਾ ਵਾ ਹਾਂਜੀ ਉਹਨਾਂ ਦੇ ਨਾਂ ਉੱਤੇ ਉੱਡਣਾ ਬਾਜ਼ ਜੀਵਨੀ ਵੀ ਲਿਖੀ ਗਈ ਅ ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਖਿਡਰੀਆਂ ਠੀਕ ਹੈ ਜੀ ਖਿਡਰੀਆਂ ਲਈ ਸੈਨਾ ਵਿੱਚ ਜਿਹੜਾ ਹੈਗਾ ਵਾ ਖਿਡਰੀਆਂ ਨਹੀਂ ਖਿਡਾਰੀਆਂ ਖਿਡਰੀਆਂ ਇੱਥੇ ਮਤਲਬ ਸਪੈਲਿੰਗ ਦੇ ਵਿੱਚ ਥੋੜਾ ਜਿਹਾ ਇਦ ਕਲਤੀ ਲਿਖਤਾ ਨਾ ਨੇ ਤਾਂ ਖਿਡਾਰੀਆਂ ਲਈ ਸੈਨਾ ਵਿੱਚ ਕੀਪਰ ਵਿਖੇ ਵਿਸਥਾਰ ਨਾਲ ਪਵੇਲ ਲਿਖੋ ਤਾਂ ਸੈਨਾ ਵਿੱਚ ਖਿਡਾਰੀਆਂ ਦਾ ਭਵਿੱਖ ਭਾਰਤੀ ਸੈਨਾ ਖਿਡਾਰੀਆਂ ਲਈ ਜਿਹੜਾ ਹੈਗਾ ਬਹੁਤ ਹੀ ਵਧੀਆ ਮੌਕਾ ਪ੍ਰਦਾਨ ਕਰਦੀ ਹੈ ਸੈਨਾ ਵਿੱਚ ਭਾਰਤੀ ਹੋਣ ਵਾਲੇ ਖਿਡਾਰੀਆਂ ਨੂੰ ਕੋਚਿੰਗ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਖਿਡਾਰੀਆਂ ਨੂੰ ਜਨਰਲ ਡਿਊਟੀ ਤੋਂ ਛੋਟ ਵਧੀਆ ਖੁਰਾਕ ਦਾ ਪ੍ਰਬੰਧ ਅਤੇ ਤਰੱਕੀ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਭਾਰਤੀ ਸੈਨਾ ਬਹੁਤ ਹੀ ਸਾਰੀ ਰੈਜੀਮੈਂਟਾਂ ਵਿੱਚ ਵੰਡੀ ਹੋਈ ਹੈ ਜਿਵੇਂ ਕਿ ਸਿੱਖ ਰੈਜੀਮੈਂਟ ਤੇ ਡੁਗਰਾ ਰੈਜੀਮੈਂਟ ਗੋਰਖਾ ਰੈਜੀਮੈਂਟ ਜਾਟ ਰੈਜੀਮੈਂਟ ਰਾਜਪੂਤ ਰੈਜੀਮੈਂਟ ਅਤੇ ਬਿਹਾਰ ਰੈਜੀਮੈਂਟ ਆਦਿ ਹਰੇਕ ਰੈਜੀਮੈਂਟ ਦਾ ਇੱਕ ਜਿਹੜਾ ਹੈਗਾ ਵਾ ਕੀ ਹੈ ਹਾਂਜੀ ਇੱਕ ਦੋਸਤੋ ਕੀ ਹੈ ਹਰੇਕ ਰੈਜੀਮੈਂਟ ਦਾ ਇੱਕ ਜਿਹੜਾ ਹੈਗਾ ਵਾ ਇੱਕ ਖੇਡ ਵਿੰਗ ਹੁੰਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਰੈਜੀਮੈਂਟ ਦਾ ਇੱਕ ਜਿਹੜਾ ਹੈਗਾ ਵਾ ਦੋਸਤੋ ਕੀ ਹੈ ਨੋਰਮਲ ਦੁਬਾਰਾ ਪੜੋ ਹਰੇਕ ਰੈਜੀਮੈਂਟ ਦਾ ਇੱਕ ਜਿਹੜਾ ਹੈਗਾ ਖੇਡ ਵਿੰਗ ਹੁੰਦਾ ਹੈ ਜਿਸ ਵਿੱਚ ਵੱਖ-ਵੱਖ ਖੇਡਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਹਨ ਅਤੇ ਇਹਨਾਂ ਰੈਜੀਮੈਂਟਾਂ ਵੱਲੋਂ ਖਿਡਾਰੀਆਂ ਨੂੰ ਆਪਣੀਆਂ ਟੀਮਾਂ ਅ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਤੇ ਫੌਜ ਉਹਦੀਆਂ ਕੋਚਾਂ ਵਾਲੇ ਵੱਲੋਂ ਇਹਨਾਂ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਸੈਨਾ ਵੱਲੋਂ ਵੱਖ-ਵੱਖ ਪੱਧਰ ਤੇ ਖੇਡ ਮੁਕਾਬਲੇ ਕਰਾਏ ਜਾਂਦੇ ਹਨ ਇਹ ਇਨਾ ਮੁਕਾਬਲਿਆਂ ਵਿੱਚ ਰੈਜੀਮੈਂਟ ਦੇ ਜਿਹੜੇ ਹੈਗੇ ਆਪਸੀ ਮੁਕਾਬਲਿਆਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖੇਡ ਮੁਕਾਬਲੇ ਸ਼ਾਮਿਲ ਹਨ ਹਰ ਸਾਲ ਆਪਣੀ ਹਰ ਸਾਲ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਵਿੱਚ ਵੀ ਸੈਨਾ ਦੀਆਂ ਟੀਮਾਂ ਜਿਹੜੇ ਹਿੱਸਾ ਲੈਂਦੀਆਂ ਹਨ ਜਿਸ ਵਿੱਚ ਹਰ ਸਾਲ ਸੈਨਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸਲੰਗਾ ਯੋਗ ਹੁੰਦਾ ਹੈ ਹਰੇਕ 4 ਸਾਲ ਬਾਅਦ ਵਿਸ਼ਵ ਮਿਲਟਰੀ ਖੇਡਾਂ ਯਾਨਕੀ ਵਰਲਡ ਮਿਲਟਰੀ ਗੇਮਸ ਦਾ ਆਯੋਜਨ ਕੀਤਾ ਜਾਂਦਾ ਹੈ ਇਹਨਾਂ ਮੁਕਾਬਲਿਆਂ ਵਿੱਚ ਸਾਰੇ ਹੀ ਦੇਸ਼ਾਂ ਦੀਆਂ ਸਿਨਮਾ ਦੀਆਂ ਟੀਮਾਂ ਭਾਗ ਲੈਂਦੀਆਂ ਹਨ ਭਾਰਤੀ ਸੈਨਾ ਦੇ ਖਿਡਾਰੀ ਇਹਨਾਂ ਮੁਕਾਬਲੇ ਵਿੱਚ ਭਾਗ ਲੈਂਦੇ ਹਨ ਅਤੇ ਹੁਣ ਤੱਕ ਕਈ ਮੈਡਲ ਪ੍ਰਾਪਤ ਕਰ ਚੁੱਕੇ ਹਨ ਮਿਲਟਰੀ ਖੇਡਾਂ ਤੋਂ ਇਲਾਵਾ ਭਾਰਤੀ ਸੈਨਾ ਦੇ ਖਿਡਾਰੀਆਂ ਦਾ ਦੂਸਰਾ ਖੇਡ ਮੁਕਾਬਲੇ ਜਿਵੇਂ ਕਿ 올림픽 ਖੇਡਾਂ ਤੇ ਕਾਮਨਵੈਲਥ ਖੇਡਾਂ ਏਸ਼ੀਆ ਖੇਡਾਂ ਤੇ ਏਸ਼ੀਆ ਖੇਡਾਂ SAF ਖੇਡਾਂ ਆਦ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ 2020 ਟੋਕੀਓ 올림픽 ਖੇਡਾਂ ਵਿੱਚ ਭਾਰਤ ਲਈ ਇਕੋ ਇਕੋ ਜਿਹੜਾ ਹੈਗਾ ਸੋਨ ਤਮਗਾ ਜਿੱਤਣ ਵਾਲੀ ਖਿਡਾਰੀ ਨੀਰਜ ਚੋਪੜਾ ਵੀ ਫੌਜ ਨਾਲ ਸੰਬੰਧਿਤ ਹੈ ਮਿਲਖਾ ਸਿੰਘ ਨੂੰ ਪੂਰੇ ਵਿਸ਼ਵ ਵਿੱਚ ਉੱਡਣੇ ਸਿੱਖਿਆ ਨੀ ਕਿ ਫਲਾਈਂਗ ਸਿੱਖ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਕਈ ਕੀਰਤੀਮਾਨ ਸਥਾਪਿਤ ਕੀਤੇ ਹਨ ਠੀਕ ਹੈ ਜੀ ਮਿਲਖਾ ਸਿੰਘ ਦਾ ਖੇਡਾਂ ਪ੍ਰਤੀ ਲਗਾ ਫੌਜ ਵਿੱਚ ਭਰਤੀ ਹੋਣ ਉਪਰੰਤ ਹੀ ਸ਼ੁਰੂ ਹੋ ਗਿਆ ਫੌਜ ਵਿੱਚ ਹੀ ਸਿਖਲਾਈ ਪ੍ਰਾਪਤ ਕਰਕੇ ਉਹ ਇੱਕ ਕਾਮਯਾਬ ਐਥਲੀਟ ਬਣਿਆ ਮੇਜਰ ਧਰਮਚੰਦ ਹਾਕੀ ਤੇ ਦੋਸਤੋ ਆਪਣਾ ਰਾਜਵਰਦਨ ਜਿਹੜਾ ਹੈਗਾ ਰਠੋੜ ਸ਼ੂਟਿੰਗ ਦੇ ਵਿੱਚ ਜੀਤੂ ਰਾਜ ਦੋਸਤੋ ਸ਼ੂਟਿੰਗ ਵਿੱਚ ਤੇ ਰਾਮ ਸਿੰਘ ਯਾਦਵ ਮੈਰਾਥਨ ਗੁਰਚਰਨ ਸਿੰਘ ਜਿਹੜਾ ਹੈਗਾ ਬਾਕਸਿੰਗ ਆਦਿ ਸੈਨਾ ਦੇ ਅਨੇਕ ਖਿਡਾਰੀਆਂ ਨੇ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ਤੇ ਜਿਹੜਾ ਹੈਗਾ ਨਮਨਾ ਖੱਟਿਆ ਠੀਕ ਹੈ ਜੀ ਤੇ ਭਾਰਤੀ ਹਵਾਈ ਸੈਨਾ ਬਾਰੇ ਤੁਸੀਂ ਪੂਰਨ ਜਾਣਕਾਰੀ ਦਿਓ ਤਾਂ ਭਾਰਤੀ ਹਵਾਈ ਸੈਨਾ ਭਾਰਤੀ ਸੁਰੱਖਿਆ ਬਲ ਦੀ ਹਵਾਈ ਜਿਹੜੀ ਹੈਗੀ ਬਾਹ ਹੈ ਭਾਰਤੀ ਹਵਾਈ ਸੈਨਾ ਦੀ ਸਥਾਪਨਾ 1932 ਵਿੱਚ ਹੋਈ ਥਲ ਸੈਨਾ ਦੀ ਤਰ੍ਹਾਂ ਭਾਰਤੀ ਹਵਾਈ ਸੈਨਾ ਨੇ ਵੀ ਦੁਨੀਆ ਦੀਆਂ ਜਿਹੜੀਆਂ ਨੇ ਵਧੀਆ ਹਵਾਈ ਸੈਨਾਵਾਂ ਵਿੱਚ ਜਿਹੜਾ ਹੈਗਾ ਨਾਮਣਾ ਖਟਿਆ ਹਵਾਈ ਸੈਨਾ ਦਾ ਮੁੱਖ ਕੰਮ ਦੇਸ਼ ਨੂੰ ਕਿਸੇ ਪ੍ਰਕਾਰ ਦੇ ਹਵਾਈ ਖਤਰਿਆਂ ਤੋਂ ਬਚਾਉਣਾ ਤੇ ਲੋੜ ਪੈਣ ਤੇ ਦੁਸ਼ਮਣ ਉੱਪਰ ਹਮਲਾ ਕਰਨਾ ਹੁੰਦਾ ਹੈ ਹਵਾਈ ਸੈਨਾ ਦਾ ਦੇਸ਼ ਹਵਾਈ ਸੈਨਾ ਦਾ ਦੇਸ਼ ਦੇਸ਼ ਦੀ ਰੱਖਿਆ ਲਈ ਅਹਿਮ ਯੋਗਦਾਨ ਹੁਣ ਹੁੰਦਾ ਹੈ ਹਵਾਈ ਸੈਨਾ ਵਿੱਚ ਦੋ ਵਰਗਾਂ ਵਿੱਚ 에어ਮੈਨ ਵਜੋਂ ਭਰਤੀ ਹੁੰਦੀ ਹੈ ਜਿਵੇਂ ਕਿ ਦੋਸਤੋ ਤਕਨੀਕੀ 에어ਮੈਨ ਤੇ ਗੈਰ ਤਕਨੀਕੀ 에어ਮੈਨ ਉਸ ਤੋਂ ਬਾਅਦ ਦੋਸਤੋ ਕੀ ਹੈ ਤਕਨੀਕੀ 에어ਮੈਨ ਕੀ ਹੈ ਹਵਾਈ ਸੈਨਾ ਵਿੱਚ ਜਿਹੜਾ ਹੈਗਾ ਦੋਸਤੋ ਕੀ ਹੈ ਹਵਾਈ ਸੈਨਾ ਦੀ ਟ੍ਰੇਡ ਵਿੱਚ ਜਿਹੜਾ ਹੈਗਾ ਭਰਤੀ ਹੋਣ ਲਈ ਉਮੀਦਵਾਰ ਦੀ ਉਮਰ ਸੀਮਾ 17 ਸਾਲ ਤੋਂ 21 ਸਾਲ ਅਤੇ ਉਸ ਨੇ +2 ਸ਼੍ਰੇਣੀ ਨਾਲ ਨਾਨ ਮੈਡੀਕਲ ਵਿਸ਼ੇ ਨਾਲ ਘੱਟੋ ਘੱਟ 50% ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ 10ਵੀਂ ਪਾਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਮੈਕੈਨੀਕਲ ਇਲੈਕਟ੍ਰੀਕਲ ਤੇ ਇਲੈਕਟ੍ਰੀਕਲ ਇਲੈਕਟ੍ਰੋਨਿਕ ਕੰਪਿਊਟਰ ਆਦਿ ਵਿੱਚ ਤਿੰਨ ਸਾਲ ਡਿਪਲੋਮਾ ਪ੍ਰਾਪਤ ਕੀਤਾ ਹੋਵੇ ਉਹ ਵੀ ਇਸ ਵਰਗ ਵਿੱਚ ਭਰਤੀ ਲਈ ਯੋਗ ਹੁੰਦੇ ਹਨ ਗੈਰ ਤਕਨੀਕੀ 에ਅਰਮੈਨ ਤਾਂ ਇਸ ਵਰਗ ਵਿੱਚ ਜਿਹੜਾ ਹੈਗਾ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਉਮਰ 17 ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਉਮੀਦਵਾਰ ਨੂੰ ਕਿਸੇ ਵਿਸ਼ੇ ਸਟ੍ਰੀਮ +2 ਸ਼੍ਰੇਣੀ ਘੱਟੋ-ਘੱਟ 50% ਅੰਕ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਹਵਾਈ ਸੈਨਾ ਦੇ ਦੋਹਾਂ ਵਰਗਾਂ ਵਿੱਚ ਭਰਤੀ ਹੋਣ ਲਈ ਜਿਹੜਾ ਹੈਗਾ ਵਾ ਥਲ ਸੈਨਾ ਦੀ ਤਰ੍ਹਾਂ ਹੀ ਸ਼੍ਰੇਡਿਕ ਯੋਗਤਾ ਲਿਖਤੀ ਪ੍ਰੀਖਿਆ ਮੈਡੀਕਲ ਆਦ ਟੈਸਟਾਂ ਨੂੰ ਪਾਸ ਕਰਨਾ ਲਾਜ਼ਮੀ ਹੁੰਦਾ ਹੈ ਠੀਕ ਹੈ ਜੀ ਇੱਥੇ ਹੀ ਤੁਹਾਡਾ ਇਹ ਪੇਪਰ ਪੂਰਾ ਹੀ ਖਤਮ ਹੋ ਗਿਆ ਸ਼ਾਂਤੀ ਗੈਸ ਪੇਪਰ ਪੂਰੇ ਤੋਂ ਪੂਰੇ ਪੇਜ 32 ਪੇਜ ਸੀਗੇ ਅਸੀਂ ਤੁਹਾਨੂੰ ਜਿਹੜੇ ਹੈਗੇ ਆ ਇੱਥੇ ਆਨਸਰ ਕਰਵਾ ਦਿੱਤੇ ਆ ਬਤੀ-ਬਤੀ ਦੇ ਪੇਜ ਤਾਂ ਆ ਸੀਗਾ ਦੋਸਤੋ ਤੁਹਾਡਾ ਜਿਹੜਾ ਹੈਗਾ ਵਾ ਸ਼ਾਂਤੀ ਗੈਸ ਪੇਪਰ ਜੋ ਕਿ ਫਿਜ਼ੀਕਲ ਐਜੂਕੇਸ਼ਨ ਦਾ ਹੈ ਸਾਡੇ ਕੋਲ ਸ਼ਾਂਤੀ ਗੈਸ ਪੇਪਰ ਪਹੁੰਚਿਆ ਸੀ ਅਸੀਂ ਪੂਰਾ ਹੀ ਸੋਲਵ ਕਰਕੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਇਸ ਨੂੰ ਹਾਜ਼ਰ ਕਰ ਦਿੱਤਾ ਹੈ ਦੋਸਤੋ ਠੀਕ ਹੈ ਜੀ ਤੁਹਾਡੀ ਵਧੀਆ ਨਾਲ ਅਸੀਂ ਤਿਆਰੀ ਕਰਾ ਦਿੱਤੀ ਹੈ ਸਾਰੇ ਹੀ ਜਿਹੜੇ ਹੈਗੇ ਪ੍ਰਸ਼ਨ ਜਿਹੜੇ ਹੈਗੇ ਅਸੀਂ ਚੰਗੀ ਤਰ੍ਹਾਂ ਤੁਹਾਨੂੰ ਸਮਝਾ ਦਿੱਤੇ ਹਨ ਤੇ ਦੋਸਤੋ ਜਿਹੜੇ ਪੇਪਰ ਨੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਸ਼ਾਂਤੀ ਗੈਸ ਪੇਪਰ ਦੇ ਵਿੱਚੋਂ ਹੀ ਜਿਹੜੇ ਹੈਗੇ ਬੋਏਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੁੰਦੇ ਹਨ ਤੇ ਇਹਨਾਂ ਦੇ ਵਿੱਚੋਂ ਹੀ ਜਿਹੜਾ ਹੈਗਾ ਤੁਹਾਡੇ ਪੇਪਰ ਆ ਜਾਂਦੇ ਹਨ ਅਗਰ ਤੁਸੀਂ ਇਹਨਾਂ ਦੀ ਚੰਗੀ ਤਰ੍ਹਾਂ ਤਿਆਰੀ ਕਰ ਲੈ ਲੇਨੇ ਹੋ ਤਾਂ ਤੁਹਾਡੇ ਪਾਸ ਹੋਣ ਦੀ ਉਮੀਦ ਜਿਹੜੀ ਹੈਗੀ ਆ 100 ਐਂਡ 1% ਜਿਹੜੀ ਹੈਗੀ ਆ ਹੋ ਜਾਂਦੀ ਹੈ ਠੀਕ ਹੈ ਜੀ 올 ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ ਤੇ ਅੱਜ ਦਾ ਐਗਜ਼ਾਮ ਤੁਹਾਡਾ ਕਿਸ ਤਰ੍ਹਾਂ ਦਾ ਗਿਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਪੰਜਾਬੀ A ਦਾ ਤੁਹਾਡਾ ਅੱਜ ਇਹ ਪੇਪਰ ਸੀਗਾ ਦੋਸਤੋ ਤੇ ਅਸੀਂ ਤੁਹਾਡੀ ਸ਼ਾਂਤੀ ਗੈਸ ਪੇਪਰ ਤੋਂ ਤੁਹਾਡੀ ਜਿਹੜੀ ਹੈਗੀ ਚੰਗੀ ਤਰ੍ਹਾਂ ਜਿਹੜੀ ਹੈਗੀ ਸੀ ਤੁਹਾਡੀ ਤਿਆਰੀ ਕਰਾ ਦਿੱਤੀ ਆ ਤਾਂ ਦੋਸਤੋ ਆ ਸੀਗਾ ਤੁਹਾਡੇ 10ਵੀਂ ਜਮਾਤ ਦਾ ਫਿਜ਼ੀਕਲ ਐਜੂਕੇਸ਼ਨ ਦਾ ਇਹ ਸੰਤੀ ਗੈਸ ਪੇਪਰ ਸੀਗਾ ਠੀਕ ਹੈ ਜੀ ਤੁਹਾਡੀ ਚੰਗੀ ਤਰ੍ਹਾਂ ਅਸੀਂ ਜਿਹੜੀ ਹੈਗੀ ਇਸ ਦੀ ਤਿਆਰੀ ਕਰਾ ਕੇ ਤੁਹਾਡੀ ਜਿਹੜੀ ਹੈਗੀ ਆ ਪੂਰੀ ਵਧੀਆ ਨਾਲ ਕਰਾ ਦਿੱਤੀ ਹੈ ਕੱਲ ਤੁਸੀਂ ਤੁਸੀਂ ਐਗਜ਼ਾਮ ਦੇਣਾ ਵਾ ਸਰੀਰ ਸਿੱਖਿਆ ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਦਾ 올 ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ ਬਾਕੀ ਪਿਛਲੇ ਸਾਲ ਦਾ ਇੱਕ ਬੋਰਡ ਦਾ ਕੁਐਸਚਨ ਪੇਪਰ ਹੈ ਜਿਹਨਾਂ ਨੇ ਉਹ ਕਰਨਾ ਤਾਂ ਉਸ ਦਾ ਵੀ ਵੀਡੀਓ ਮੈਂ ਪਾ ਚੁੱਕਿਆ ਹਾਂ ਲਿੰਕ ਇਨ ਡਿਸਕ੍ਰਿਪਸ਼ਨ ਹੈ ਤੁਸੀਂ ਉਸ ਨੂੰ ਦੇਖ ਸਕਦੇ ਹੋ ਓਕੇ ਦੋਸਤੋ ਚਲੋ ਠੀਕ ਹੈ ਜੀ 올 ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ ਕੱਲ ਦੇ